साहिब जीओ महाराज नाल सारे साथ दे सूरा सो पहचानिए जो लड़े दीन के पुर्जा कटमर कब होना छाड़े खे पुर्जा
पुरजा कट मरे कबहू ना छड़े खे। जाको हर रंग लागो इस जुग में है सो कहियत है सूरा सो कहियत है सूरा। आत्म जिने सगल वस तक जाका सतगुर पूरा जाका सतगुर पूरा जाका सतगुर पूरा जाका सतगुर पूरा। ठाकुर गाइए आत्म रंग ठाकुर गाइए आत्म आत्म रंग ठाकुर गाइए 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 आत्म रंग। चरणी पावन नाम ते आवण चरणी पावन नाम ते आवन चरणी पावन नाम ते आवन चरणी पावन नाम ते आवन सहज समावन संग सहज समावन संग सहज समावन संग सहज समावन संग। ठाकुर गाइए 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 ठाकुर गाइए। सारे नाल नाल जपो भी बेनती संगते सारे जपो वाजे ना रहिए कृपा करो जी। वाहगुरु 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 ठाकुर गाइए 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 गाइए ठाकुर 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 गाइए। वाहगुरु 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 धन गुरु 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 प्यारे 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 सतगुरु सतगुरु प्यारे सतगुरु सतगुरु प्यारे सतगुरु सतगुरु प्यारे सतगुरु सतगुरु प्यारे गुरु वाहेगुरु 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 संगत बोलो सारे
ਸਤਿਗੁਰੂ ਆ ਵਾਹਿਗੁਰੂ 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 ਜਪੋ ਸਾਰੀ ਸੰਗਤ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਪਿਆਰ ਧੰਨ ਗੁਰੂ ਪਿਆਰ ਧੰਨ ਗੁਰੂ ਪਿਆਰ ਧੰਨ ਗੁਰੂ ਪਿਆਰ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਬਖਸ਼ ਲੈ 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 ਵਾਹਿਗੁਰੂ 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 ਠਾਕੁਰ ਗਾਈਏ ਸਾਰੇ ਜਪੀਏ ਵਾਹਿਗੁਰੂ 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 ਜਾਗੋ ਹਰ ਰੰਗ ਲਾਗੋ ਇਸ ਯੁਗ ਮੈਂ ਹੈ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਸਤਿਗੁਰ ਪੂਰਾ ਵਾਹਿਗੁਰੂ ਠਾਕੁਰ ਗਾਈਏ ਆਤਮ ਰੰਗ ਠਾਕੁਰ ਗਾਈਏ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਵਾਹਿਗੁਰੂ ਜਨ ਕੇ ਚਰਨ ਵਸੇ
ਮੇਰਾ ਹੀ ਜਨ ਕੇ ਚਰਨ ਵਸੈ ਮੇਰਾ ਹੀ ਸੰਗ ਪੁਨੀਤਾ ਦੇਹੀ ਜਨ ਕੀ ਤੂਰ ਜਨ ਕੀ ਤੂਰ ਦੇਹੋ ठाकुर गाइए ठाकुर गाइए ठाकुर गाइए ठाकुर गाइए ठाकुर गाइए आत्म राम ठाकुर गाइए आत्म राम ठाकुर गाइए आत्म राम ठाकुर गाइए आत्म राम वाहेगुरु 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 Vaheguru, 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 Vaheguru,
पंचतोत संघारे सतसंगत मेला पंचतोत संघारे तोत संघारे सतसंगत मेला पंचतोत संघारे ਵਿੱਚ ਸੰਗਤ ਢੋਈ ਨਾ ਲਹਿਣ ਵਿੱਚ ਸੰਗਤ ਢੋਈ ਨਾ ਲਹਿਣ ਜੋ ਖਸਮ ਵਸਾਰੇ ਵਿੱਚ ਸੰਗਤ ਢੋਈ ਨਾ ਲਹਿਣ ਜੋ ਖਸਮ ਵਸਾਰੇ ਖਸਮ ਵਸਾਰੇ ਸੰਗਤ ਢੋਈ ਨਾ ਲਹਿਣ ਜੋ ਖਸਮ ਵਸਾਰੇ ਸੰਗਤ ਢੋਈ ਨਾ ਲਹਿਣ ਜੋ ਖਸਮ ਵਸਾਰੇ ਖਸਮ ਵਸਾਰੇ ਔਰ ਸਿੱਖਾਂ ਮੱਥੇ ਪੁੱਜਲੇ ਔਰ ਸਿੱਖਾਂ ਮੱਥੇ ਪੁੱਜਲ ਸੱਚੇ ਦਰਬਾਰੇ ਔਰ ਸਿੱਖਾਂ ਮੱਥੇ ਸੱਚੇ ਦਰਬਾਰ ਸੱਚੇ ਦਰਬਾਰੇ ਸਿੱਖਾਂ ਮੱਥੇ ਪੁੱਜਲ ਸੱਚੇ ਦਰਬਾਰੇ ਮੱਥੇ ਸੱਚੇ ਦਰਬਾਰੇ ਦਰਬਾਰੇ ਹਰ ਗੁਰ ਗੋਬਿੰਦ ਤੇ ਆਈ ਹੈ ਹਰ ਗੁਰ ਗੋਬਿੰਦ ਤੇ ਆਈ ਸਤ ਅੰਮ੍ਰਿਤ ਵੇਲਾ ਹਰ ਗੁਰ ਗੋਬਿੰਦ ਤੇ ਆਈ ਸਤ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਹਰ ਗੁਰ ਗੋਬਿੰਦ ਤੇ ਆਈ ਹੈ ਸਤ ਅੰਮ੍ਰਿਤ ਵੇਲਾ ਗੋਬਿੰਦ ਤੇ ਆਈ ਹੈ ਸਤ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਵਾਹੋ ਵਾਹੋ ਗੋਬਿੰਦ ਸਿੰਘ
मेरे पर ना होता कोई आवाज़ दे आया तेरिया आवाज़ दे आया मेरे पर का होता कोई आवाज़ दे आया तेरिया आवाज़ दे आया तेरिया मेरे पर का होता कोई का होर ना कोई बाबने आइया बाबने आइया मेरे वर का होर ना कोई बाबने आइया तेरिया बाबने आइया मेरे वर का होर ना कोई बाबने आइया तेरिया बाबने हर गुर गोविंद ते आई सत अमृत वेला हर गुर गोविंद ते आई सत अमृत वेला अमृत वेला हर गुर गोविंद ते आई सत अमृत वेला गोविंद ते आई है हमें अमृत वेला अमृत वेला बाहो बाहो गोविंद सिंह आपे गुर चेला बाहो बाहो गोविंद सिंह आपे गुर चेला आपे गुर चेला गोविंद सिंह आपे गुर चेला बाहो बाहो गोविंद सिंह आपे गुर चेला आपे गुर चेला ਵਾਰ ਤੂੰ ਜਿਗਰ ਦੇ ਟੋਟੇ ਬਾਜਾਂ ਵਾਲੇ ਗੁਰਾ ਤੋਂ ਬਿਨਾਂ ਕਿਹੜਾ ਵਾਰ ਤੂੰ ਜਿਗਰ ਦੇ ਟੋਟੇ ਜਿਗਰ ਦੇ ਟੋਟੇ ਬਾਜਾਂ ਵਾਲੇ ਗੁਰਾ ਤੋਂ ਬਿਨਾਂ ਕਿਹੜਾ ਵਾਰ ਤੂੰ ਜਿਗਰ ਦੇ ਬਾਜਾਂ ਵਾਲੇ ਗੁਰਾ ਤੋਂ ਬਿਨਾਂ ਬਾਜਾਂ ਵਾਲੇ ਗੁਰਾਂ ਤੋਂ ਬਿਨਾਂ ਜਿਹੜਾ ਵਾਰ ਤੂੰ ਜਿਗਰ ਦੇ ਟੋਟੇ ਬਾਜਾਂ ਵਾਲੇ ਗੁਰਾਂ ਤੋਂ ਬਿਨਾਂ ਜਿਹੜਾ ਵਾਰ ਤੂੰ ਜਿਗਰ ਦੇ ਬਾਜਾਂ ਵਾਲੇ ਗੁਰਾਂ ਤੋਂ ਬਿਨਾਂ ਵਾਰ ਤੂੰ ਜਿਗਰ ਦੇ ਬਾਜਾਂ ਵਾਲੇ ਗੁਰਾਂ ਤੋਂ ਬਿਨਾਂ ਜਿਹੜਾ ਵਾਰ ਤੂੰ ਜਿਗਰ ਦੇ ਬਾਜਾਂ ਵਾਲੇ ਗੁਰਾਂ ਤੋਂ ਬਿਨਾਂ ਵਾਰ ਤੂੰ ਜਿਗਰ ਦੇ ਬਾਜਾਂ ਵਾਲੇ ਗੁਰਾਂ ਤੋਂ ਬਿਨਾਂ ਸਾਰੇ ਬੋਲਿਆ ਕਰੋ
ਥੋੜਾ ਮਾਈਕ ਦੂਰ ਕਰ ਲਿਆ ਕਰੋ ਬਈ। ਕੋਈ ਹੋਇਆ ਨਾ ਕੋਈ ਹੋਇਆ ਨਾ ਕੋਈ ਹੋਣ ਹੋਇਆ ਨਾ ਕੋਈ ਹੋਇਆ ਨਾ ਕੋਈ ਨਾ ਕੋਈ ਹੋਇਆ ਨਾ ਕੋਈ ਹੋਣਾ ਨਾ ਕੋਈ ਹੋਇਆ ਨਾ ਕੋਈ ਹੋਣਾ ਨਾ ਕੋਈ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਕਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰੋਂ ਨੇੜਿਓਂ ਚੱਲ ਕੇ ਆਪਾਂ ਸਾਰੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਤੇਰਾ ਬੇਸ ਜ਼ਿਆਦਾ ਹੈ ਬਈ ਜ਼ਿਆਦਾ ਇਹਨੂੰ ਠੀਕ ਕਰ ਲਓ ਥੋੜ੍ਹਾ ਜਿਹਾ ਸਤਿਗੁਰ ਜੀ ਦੇ ਪਾਵਨ ਚਰਨਾਂ ਵਿੱਚ ਦੂਰੋਂ ਨੇੜਿਓਂ ਆਪਾਂ ਹਾਜ਼ਰੀਆਂ ਭਰਨ ਵਾਸਤੇ ਪੁੱਜੇ ਹਾਂ ਮੈਂ ਜਿਵੇਂ ਕੱਲ੍ਹ ਵੀ ਅਰਜ਼ ਕੀਤੀ ਸੀ ਫਤਿਹਗੜ੍ਹ ਸਾਹਿਬ ਸਭਾ ਉੱਤੇ ਵਿਦੇਸ਼ਾਂ ਵਿੱਚੋਂ ਵੀ ਕਈ ਸੱਜਣ ਹਾਜ਼ਰੀ ਭਰਨ ਵਾਸਤੇ ਆਉਂਦੇ ਨੇ ਜਿੱਥੇ ਵੀ ਖਾਲਸਾ ਬੈਠਾ ਹੈ ਉਹ ਤਰਸਦਾ ਇਸ ਧਰਤੀ ਤੇ ਨਮਸਕਾਰ ਕਰਨ ਵਾਸਤੇ ਕਈ ਸੱਜਣ ਵਿਦੇਸ਼ਾਂ ਵਿੱਚ ਤੁਹਾਨੂੰ ਬੈਠਿਆਂ ਨੂੰ ਤੱਕ ਰਹੇ ਹੋਣਗੇ ਜਦੋਂ ਦੀਵਾਨ ਲਾਈਵ ਟੈਲੀਕਾਸਟ ਹੁੰਦਾ ਹੈ ਉਹ ਸਾਡੇ ਸਾਰੇ ਵੀਰ ਵਿਦੇਸ਼ਾਂ ਵਿੱਚ ਬੈਠ ਕੇ ਘਰਾਂ ਵਿੱਚ ਟੈਲੀਵਿਜ਼ਨ 'ਤੇ ਵੇਖਦੇ ਨੇ ਜਿਹੜੇ ਕਿਸੇ ਕਾਰਨ ਕਰਕੇ ਵੀ ਇੰਡੀਆ ਨਹੀਂ ਆ ਸਕਦੇ ਕੋਈ 20 ਸਾਲ ਤੋਂ ਕੋਈ 25 ਸਾਲ ਤੋਂ ਕੋਈ 30 ਸਾਲ ਤੋਂ ਅਤੇ ਕਈ 40-40 ਸਾਲਾਂ ਦੇ ਐਸੇ ਵੀ ਨੇ ਜਿਹੜੇ ਰੋਜ਼ ਰਾਤ ਨੂੰ ਰੋ ਕੇ ਸੌਂਦੇ ਨੇ ਵੀ ਅਸੀਂ ਕਦੋਂ ਮੁੜ ਕੇ ਪੰਜਾਬ ਦੀ ਧਰਤੀ 'ਤੇ ਜਾਵਾਂ ਔਰ ਕਈਆਂ ਨੂੰ ਮੈਂ ਐਸਾ ਵੀ ਵੇਖਿਆ
ਇਸ ਕਰਕੇ ਨਹੀਂ ਰੋਂਦੇ ਅਸੀਂ ਬੱਚਿਆਂ ਤੋਂ ਦੂਰ ਹਾਂ, ਇਸ ਕਰਕੇ ਨਹੀਂ ਰੋਂਦੇ ਅਸੀਂ ਆਪਣੀ ਮਾਂ ਤੋਂ ਦੂਰ ਹਾਂ, ਆਪਣੀ ਘਰਵਾਲੀ ਤੋਂ ਦੂਰ ਹਾਂ, ਇਸ ਕਰਕੇ ਰੋਂਦੇ ਵੇਖੇ ਨੇ ਕਹਿੰਦੇ ਅੰਮ੍ਰਿਤਸਰ ਦੀ ਧਰਤੀ, ਆਨੰਦਪੁਰ ਸਾਹਿਬ ਦੀ ਧਰਤੀ ਤੇ ਫਤਿਹਗੜ੍ਹ ਸਾਹਿਬ ਤੋਂ ਦੂਰ ਤਰਸਦੇ ਨੇ ਉਹ ਇਸ ਧਰਤੀ ਤੇ ਆਉਣ ਵਾਸਤੇ। ਕਈ ਸੱਜਣ ਇਦਾਂ ਦੇ ਵੇਖੇ ਨੇ 20 ਸਾਲ ਬਾਅਦ ਜਦੋਂ ਇੰਡੀਆ ਪਰਤਦੇ ਨੇ ਨਾ ਤੇ ਸਭ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ਮੱਥਾ ਟੇਕਦੇ ਨੇ, ਕੋਈ ਸਿੱਧਾ ਅੰਮ੍ਰਿਤਸਰ ਸਾਹਿਬ ਜਾ ਕੇ ਉਤਰਦਾ। ਇੰਨੀ ਸ਼ਰਧਾ, ਜਦੋਂ ਧਰਤੀ ਤੋਂ ਇਸ ਤੋਂ ਦੂਰ ਚਲੇ ਜਾਈਏ ਨਾ ਫਿਰ ਇਹਦਾ ਪਤਾ ਲੱਗਦਾ ਇਹਦੀ ਕੀਮਤ ਕੀ ਹੈ। ਉਦਾਂ ਨਹੀਂ ਪਤਾ ਲੱਗਦਾ, ਉਹੀ ਮਾਂ ਹੈ ਉਹੀ ਪਿਓ ਹੈ, ਜਦੋਂ ਕੋਲ ਰਹਿੰਦਾ ਬੱਚਾ ਕਦ ਨਹੀਂ ਪੁੱਛਦਾ, ਪਰ ਜਦੋਂ ਬੱਚਾ ਜਹਾਜ਼ ਚੜ ਜਾਏ ਫਿਰ ਰੋਜ਼ ਫੋਨ ਕਰੇਗਾ, ਮਾਤਾ ਤੂੰ ਕਿਵੇਂ ਹੈ, ਪਿਤਾ ਨੂੰ ਪੁੱਛਣ ਲੱਗ ਜਾਂਦਾ ਤੂੰ ਠੀਕ ਹੈ, ਦੂਰ ਹੋ ਗਿਆ, ਪਿਆਰ ਵੱਧ ਗਿਆ, ਪ੍ਰੇਮ ਵੱਧ ਗਿਆ, ਐਸਾ ਹੁੰਦਾ ਹੈ। ਤਰਸਦੇ ਨੇ ਲੋਕ ਇਸ ਧਰਤੀ ਤੇ ਆਉਣ ਵਾਸਤੇ। ਅਸੀਂ ਕਿੱਡੇ ਭਾਗਾਂ ਵਾਲੇ ਹਾਂ ਮੇਰੇ ਵੀਰ, ਪਤਾ ਹੀ ਨਹੀਂ ਤੁਹਾਡੇ 'ਚ ਕਿੰਨੇ ਵੀਰ ਨੇ ਜਿਨ੍ਹਾਂ ਦੇ ਇਸ ਸਾਲ 'ਚ ਨਿਕਲ ਜਾਣਾ ਹੈ, ਵਿਦੇਸ਼ਾਂ 'ਚ ਬਣ ਜਾਣਾ ਹੈ ਪ੍ਰੋਗਰਾਮ, ਕਿਸੇ ਦਾ ਅਗਲੇ ਸਾਲ ਬਣ ਜਾਣਾ, ਕਈ ਤਿਆਰੀਆਂ 'ਚ ਨੇ। ਮੈਂ ਵੀਜ਼ਾ ਅਪਲਾਈ ਕੀਤਾ ਜੀ, ਮੈਂ ਕਰਨਾ ਜੀ, ਮੈਂ ਸਟੱਡੀ ਕਰ ਰਿਹਾ ਜੀ, ਮੈਂ ਬਾਹਰ ਜਾਣ ਦਾ ਪ੍ਰੋਗਰਾਮ ਬਣਾ ਰਿਹਾ। ਵੀਰੋ ਆ ਸਮੇਂ ਰੋਜ਼ ਰੋਜ਼ ਨਹੀਂ ਲੱਭਣੇ, ਆ ਧਰਤੀ ਦੇ ਦਰਸ਼ਨ, ਆ ਨੌਜਵਾਨ ਹੋ ਨਾ ਜਿਹੜੇ, ਜਿੱਦਾਂ ਆਪਾਂ ਕਹਿੰਦੇ ਹਾਂ ਵੀ ਜਿੰਨਾ ਚਿਰ ਬਾਪੂ ਕਹਿੰਦੇ ਸੀ ਸਦਾ ਸੁਖੀ ਰਹਿੰਦੇ ਸੀ, ਨੌਜਵਾਨ ਜ਼ਿਆਦਾ ਇੱਥੇ ਗਿਣਤੀ ਨੌਜਵਾਨਾਂ ਦੀ ਹੈ, ਬਹੁ ਗਿਣਤੀ ਤੁਸੀਂ ਨੌਜਵਾਨ ਬੈਠੇ ਹੋ। ਇਹ ਪਿਓ ਦੇ ਸਿਰ 'ਤੇ ਆਪਾਂ ਛਾਲਾਂ ਮਾਰਦੇ ਹੁੰਦੇ ਹਾਂ, ਕਮਾਉਣ ਵਾਲਾ ਹੈ, ਜਦੋਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਫਿਰ ਵੀ ਸਮਾਂ ਘੱਟ ਜਾਂਦਾ, ਜਦੋਂ ਪਰਿਵਾਰ ਵਾਲੇ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਨਾ ਫਿਰ ਵੀ ਇੱਦਾਂ ਨਹੀਂ ਹੁੰਦਾ। ਆ ਜੋਸ਼ ਹੋਣੀ ਹੈ, ਭੱਜ ਭੱਜ ਕੇ ਛਾਲਾਂ ਮਾਰਦੇ ਹਾਂ, ਠੰਡ ਨਹੀਂ ਮੰਨਦੇ। ਤੁਸੀਂ ਇਹਨਾਂ ਰੋਡਾਂ ਉੱਤੇ ਵੇਖੋ, ਧੁੰਦ ਵੀ ਪਈ ਹੈ, ਹੱਥ ਪਸਾਰਿਆ ਨਹੀਂ ਦਿਸਦਾ, ਬਾਹਰ ਇੰਨੀ ਧੁੰਦ ਹੈ। ਇਹ ਤਾਂ ਚਲੋ ਸ਼ੁਕਰ ਹੈ ਪੰਡਾਲ ਛੱਤਿਆ ਹੋਇਆ, ਆਪਾਂ ਟਿਕ ਕੇ ਇਕੱਠੇ ਬੈਠੇ ਹਾਂ, ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ ਇਹ ਆਪਾਂ ਆਰਾਮ ਨਾਲ ਟਿਕ ਕੇ ਬੈਠੇ ਹਾਂ, ਪਰ ਵੇਖੋ ਬਾਹਰ ਦਾ ਮੌਸਮ। ਗੱਡੀ 'ਚ ਆਏ ਹਾਂ ਹੁਣ, 8 ਵਜੇ ਇੰਨੀ ਜ਼ਿਆਦਾ ਧੁੰਦ ਪੈ ਗਈ ਸੀ ਅਤੇ ਰਾਤ 3-4 ਵਜੇ ਤੱਕ ਵੇਖੋ ਇੱਦਾਂ ਹੀ ਸੜਕਾਂ 'ਤੇ, ਰੋਡ ਦੇ ਉੱਤੇ ਨੌਜਵਾਨਾਂ ਨੇ ਇੱਦਾਂ ਹੀ ਫਿਰਦੇ ਰਹਿਣਾ। ਇੱਕ ਜੋਸ਼ ਹੈ, ਸਪਿਰਿਟ ਹੈ, ਥਕਾਵਟ ਹੈ ਹੀ ਨਹੀਂ, ਨੇੜੇ ਐ ਭੱਜੇ ਫਿਰਦੇ ਨੇ, ਜਿੱਧਰ ਨੂੰ ਮਰਜ਼ੀ ਤੁਸੀਂ ਵੇਖ ਲਓ, ਕਾਫਲੇ ਬਣਾ ਕੇ 50 ਇੱਧਰ ਨੂੰ ਤੁਰੇ ਜਾਂਦੇ ਨੇ, 100 ਇੱਧਰ ਨੂੰ ਤੁਰਿਆ ਜਾਂਦਾ, 200-400 ਇੱਧਰ ਨੂੰ ਤੁਰੇ ਜਾਂਦੇ ਨੇ, ਰਸ਼ ਹੀ ਰਸ਼ ਹੈ ਹਰ ਪਾਸੇ। ਇੱਕ ਸਪਿਰਿਟ ਹੁੰਦਾ ਹੈ, ਇੱਕ ਉਮਰ ਹੁੰਦੀ ਹੈ। ਆ ਜਿਹੜੇ ਬਜ਼ੁਰਗ ਬੈਠੇ ਨੇ, ਗੋਡੇ ਦੁਖਦੇ ਨੇ, ਦਾੜੀਆਂ ਚਿੱਟੀਆਂ ਹੋ ਗਈਆਂ ਨੇ, ਇਹ ਹੁਣ ਉਹ ਜਜ਼ਬਾ ਉਹ ਤਾਕਤ ਨਹੀਂ ਰਹੀ। ਤੇ ਜਦੋਂ ਇਤਿਹਾਸ ਸੁਣਦੇ ਪੜ੍ਹਦੇ ਨੇ ਨਾ ਤੇ ਕਈ ਵਾਰੀ ਇਹਨਾਂ ਦੇ ਮਨ ਵਿੱਚ ਵੀ ਆਉਂਦਾ ਹੈ ਵੀ ਭੱਜ ਭੱਜ ਸੇਵਾ ਕਰੀਏ ਪਰ ਹੁਣ ਸਰੀਰ ਨਹੀਂ ਤੁਰਦਾ, ਹੁਣ ਹਿੰਮਤ ਨਹੀਂ ਰਹੀ। ਪਰ ਇਹ ਇੱਕ ਜੋਸ਼, ਇਹ ਇੱਕ ਸਪਿਰਿਟ ਹੁੰਦਾ ਹੈ ਤੇ ਭਾਈ ਇਹ ਮੌਕਾ ਹੁੰਦਾ ਹੈ, ਇਹਨੂੰ ਗਵਾ ਨਾ ਬੈਠੀ, ਇਹਨੂੰ ਵੇਅਰਥ ਨਾ ਕਰ ਲਈ। ਇਹ ਸ਼ਕਤੀ ਹੈ ਪਰਮਾਤਮਾ ਦੀ, ਇਹਨੂੰ ਯੂਜ ਸਹੀ ਕਰਨਾ, ਇਹਦੀ ਵਰਤੋਂ ਸਹੀ ਹੋਣੀ ਚਾਹੀਦੀ ਹੈ, ਗਲਤ ਨਾ ਵਰਤ ਲਈਏ ਕਿਤੇ, ਐਵੇਂ ਦੁਕਾਨਾਂ ਉੱਤੇ ਰੌਲੇ ਰੱਪੇ ਪਾ ਕੇ ਨਹੀਂ। ਮੈਂ ਤੇ ਨਮਸਕਾਰ ਕਰਨਾ ਵੀਰੋ ਭਰਾਵੋ, ਤੁਸੀਂ ਇੱਥੇ ਟਿਕ ਕੇ ਆਰਾਮ ਨਾਲ, ਕੋਈ ਕਿਵੇਂ ਪਤਾ ਨਹੀਂ ਕਿੱਥੋਂ ਕਿੱਥੋਂ ਐਂ ਬਹਿ ਗਏ ਹੋ ਟਿਕ ਕੇ, ਨਹੀਂ ਤੇ ਮਾਫ ਕਰਨਾ, ਅੱਜ ਦਿਆਂ ਹਾਲਾਤਾਂ ਵਿੱਚ ਜਵਾਨੀ ਨੂੰ ਟਿਕ ਕੇ ਬਹਾਣਾ ਬੜਾ ਔਖਾ ਹੋ ਗਿਆ। ਇਹ ਜਵਾਨੀ ਮਾਪਿਆਂ ਤੋਂ ਸਾਂਭਦੀ ਨਹੀਂ, ਇਹ ਜਵਾਨੀ ਅੱਜ ਮਾਪਿਆਂ ਦੇ ਹੱਥ ਖੜੇ ਹੋ ਗਏ ਆ, ਨਹੀਂ ਇਹ ਜਵਾਨੀ ਸਾਂਭਦੀ ਟੀਚਰਾਂ ਪ੍ਰੋਫੈਸਰਾਂ ਤੋਂ, ਇਹ ਕੰਟਰੋਲ 'ਚ ਨਹੀਂ ਆ ਰਿਹਾ ਕੰਮ। ਪਰ ਆ ਤੇ ਸਾਹਿਬਜ਼ਾਦਿਆਂ ਨੇ ਤੁਹਾਨੂੰ ਇਹ ਕਹਿ ਲਓ ਵੀ ਇਸ ਜਵਾਨੀ ਨੂੰ ਡਾਇਰੈਕਸ਼ਨ ਹੀ ਇੱਦਾਂ ਦੀ ਦੇ ਦਿੱਤੀ ਹੈ ਵੀ ਠੰਡੇ ਕਰਕੇ ਬਿਠਾ ਦਿੱਤਾ, ਭਾਵੇਂ ਥੋੜ੍ਹੇ ਚਿਰ ਲਈ ਸੀ। ਇਹ ਸਾਹਿਬਜ਼ਾਦਿਆਂ ਦਾ ਹੀ ਹੈ ਪ੍ਰਤਾਪ, ਇਹ ਉਹਨਾਂ ਦੀਆਂ ਕਮਾਈਆਂ ਹੀ ਨੇ, ਇਹ ਉਹਨਾਂ ਦਾ ਅੰਦਰਲਾ ਜੋਸ਼ ਹੈ, ਉਹਨਾਂ ਦਾ ਸਪਿਰਿਟ ਹੈ, ਇਹ ਉਹਨਾਂ ਦੀ ਸ਼ਾਂਤੀ ਹੈ, ਇਹ ਉਹਨਾਂ ਦਾ ਪ੍ਰਤਾਪ ਹੈ ਵੀ ਇੱਦਾਂ ਆਪਾਂ ਟਿਕ ਕੇ ਕਿਤੇ ਬੈਠ ਗਏ ਹਾਂ, ਨਹੀਂ ਤੇ ਕਿੱਥੇ।
ਇਹ ਜਵਾਨੀ ਨੂੰ ਸਾਂਭਣਾ ਬੜਾ ਔਖਾ ਹੈ ਤੇ ਪਰ 90% ਨੌਜਵਾਨ ਵਿੱਚ ਬੈਠੇ 90% ਇਹ ਪੰਡਾਲ ਨੌਜਵਾਨਾਂ ਦਾ ਹੀ ਭਰਿਆ ਹੋਇਆ ਨੌਜਵਾਨ ਹੀ ਨੌਜਵਾਨ ਨੇ ਭੈਣਾਂ ਤੇ ਸਾਰੇ ਪੰਡਾਲ ਦੇ ਵਿੱਚ 10-15% ਨੇ ਬੀਬੀਆਂ 10-15% ਨੇ 80% ਭਾਈ ਨੇ ਉਹਦੇ ਵਿੱਚੋਂ 70% ਨੌਜਵਾਨ ਹੀ ਹੋਣ ਫਰੀਦਾ ਜਿੰਨੀ ਕੰਮੀ ਨਾਹੀਂ ਗੁਣ ਤੇ ਕੰਬੜੇ ਵਿਸਾਰ ਇਹ ਪੰਗਤੀ ਬੋਲ ਕੇ ਪੜ੍ਹ ਲਓ ਫਿਰ ਆਨੰਦ ਜਾ ਪੰਗਤੀ ਮਤ ਸ਼ਰਮਿੰਦਾ ਥੀ ਵੀ ਸਾਈਂ ਦੇ ਦਰਬਾਰੇ ਤੇ ਹੁੰਦਾ ਹੈ ਨਾ ਸਭ ਨੂੰ ਪਰ ਚਲੋ ਜਦੋਂ ਗਾਈਏ ਨਾ ਕਈ ਪੰਗਤੀਆਂ ਜਦੋਂ ਰਾਗ ਤੇ ਧਰ ਦਿੱਤੀਆਂ ਜਾਣ ਧੁਨਾਂ ਤੇ ਧਰ ਦਿੱਤੀਆਂ ਜਾਣ ਸੁਰ ਦੇ ਉੱਤੇ ਉਹ ਪੰਗਤੀ ਧਰ ਦਿੱਤੀ ਜਾਵੇ ਨਾ ਤੇ ਉਹ ਪੰਗਤੀ ਫਿਰ ਅੰਦਰ ਘਰ ਘਰ ਜਾਂਦੀ ਹੈ 50% ਮਾਈਂਡ ਸਾਡਾ ਦਿਮਾਗ ਕਹਿ ਲਓ 50% ਡੈਡ ਹੈ ਜਦੋਂ ਸੁਰ ਲੱਗਣੀ ਹੈ ਇਹਨੇ ਉਦੋਂ ਐਕਟਿਵ ਹੋਣਾ ਹੈ 50% ਕੰਮ ਕਰਦਾ 100% ਅਸਰ ਹੁੰਦਾ ਸਿੱਧਾ ਹੀ ਜਿਹੜੀ ਪੰਗਤੀ ਗਾ ਕੇ ਕਹੀ ਜਾਵੇ ਡਬਲ ਅਸਰ ਹੈ ਸਿੱਧਾ ਹੀ ਡਬਲ ਇੱਕਦਮ ਉਹ ਅੰਦਰ ਅਸਰ ਕਰਦੀ ਹੈ ਬੋਲ ਕੇ ਪੜੋ ਫਰੀਦਾ ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਹੀ ਸਾਈਂ ਦੇ ਦਰਬਾਰ ਫਰੀਦਾ ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ ਇੱਥੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜਿਹੜੇ ਕੰਮ ਦਾ ਫਾਇਦਾ ਨਾ ਨਾ ਹੋਵੇ ਕੋਈ ਉਹ ਨਾ ਕਰੀ ਜਿੰਨੀ ਕੰਮੀ ਨਾ ਹੈ ਗੁਣ ਜਿਸ ਤੇਰੀ ਗੇੜੀ ਦਾ ਫਾਇਦਾ ਕੋਈ ਨਹੀਂ ਉਹ ਨਹੀਂ ਕਰਨਾ ਮਾਫ ਕਰਨਾ ਵੀ ਜਿਵੇਂ ਹੁਣ ਮੰਨ ਲਓ ਆਪਾਂ ਕਿੱਧਰ ਚੱਲਿਆਂ ਬਈ ਮੋਟਰਸਾਈਕਲ ਤੇ ਚੱਲਿਆਂ ਕਿੱਥੇ ਗੇੜਾ ਦੇਣ ਚੱਲਿਆਂ ਕੰਮ ਕੀ ਹੈ ਐਵੇਂ ਹੀ ਐਵੇਂ ਹੀ ਅੱਛਾ ਕਿੱਥੇ ਚੱਲਿਆ ਗੱਡੀ ਲੈ ਕੇ ਕੀ ਕੰਮ ਹੈ ਐਵੇਂ ਹੀ ਬਸ ਗੇੜਾ ਜਾ ਦੇਣ ਚੱਲਿਆ ਮਾਫ ਕਰਨਾ ਇਹੋ ਜਿਹੀਆਂ ਤਿੰਨ ਤਿੰਨ ਚਾਰ ਚਾਰ ਰਾਤਾਂ ਠੰਡੀਆਂ ਵਿੱਚ ਸੜਕਾਂ ਤੇ ਰੋਡਾਂ ਤੇ ਫਿਰਦੇ ਰਹਿੰਦੇ ਆ ਜੇ ਪੁੱਛ ਲਓ ਕੀ ਖੱਟ ਕੇ ਲਿਆਇਆ ਕੀ ਕੀਤਾ ਬਸ ਮੌਜ ਮੇਲਾ ਐਵੇਂ ਹੀ ਇੱਥੇ ਫਿਰ ਚੋਟ ਕਰਦੇ ਨੇ ਬਾਬਾ ਫਰੀਦ ਸਾਹਿਬ ਜਿੰਨੀ ਕੰਮੀ ਨਾ ਹੈ ਗੁਣ ਜਿਹਦਾ ਫਾਇਦਾ ਕੋਈ ਨਹੀਂ ਉਹ ਕੰਮ ਛੱਡ ਦੇ ਜਿਹੜੇ ਤੇਰੇ ਕੰਮ ਨਾ ਆਉਣ ਉਹ ਛੱਡ ਦੇ ਜਿਸ ਤੇਰੀ ਗੇੜੀ ਦਾ ਫਾਇਦਾ ਹੀ ਕੋਈ ਨਹੀਂ ਕਿਉਂ ਭਟਕਦਾ ਫਿਰਦਾ ਹੈ ਤੇ ਕੰਬੜੇ ਵਿਸਾਰ ਮਤ ਸ਼ਰਮਿੰਦਾ ਥੀ ਵਹੀ ਸਾਈਂ ਦੇ ਦਰਬਾਰ ਜ਼ਿੰਦਗੀ ਵਿੱਚ ਉਹ ਕੰਮ ਨਾ ਕਰੀ ਜਿਹਦੇ ਕਰਕੇ ਸ਼ਰਮਿੰਦਾ ਹੋਣਾ ਪਵੇ ਜਿਹੜੇ ਕੰਮਾਂ ਦਾ ਫਾਇਦਾ ਹੀ ਨਾ ਹੋਇਆ ਨਾ ਆਪਣੇ ਆਪ ਨੂੰ ਨਾ ਸਮਾਜ ਨੂੰ ਕੋਈ ਫਾਇਦਾ ਹੋਇਆ ਉਹ ਕੰਮ ਨਾ ਕਰ ਹੁਣ ਆਪਾਂ ਆਹ ਪੰਡਾਲ ਲੱਗਿਆ ਵੇਖੋ ਕਿੱਡਾ ਤੇ ਜੇ ਇਹਦਾ ਕੋਈ ਫਾਇਦਾ ਹੀ ਨਹੀਂ ਇਹਦਾ ਕੀ ਲਾਭ ਹੈ ਇੱਥੇ ਜੇ ਮੈਂ ਤੁਹਾਨੂੰ ਵਹਿਮਾਂ ਵਿੱਚ ਪਾਈ ਜਾਵਾਂ ਭਰਮਾਂ 'ਚ ਪਾਈ ਜਾਵਾਂ ਹੋਰ ਹੀ ਪੁੱਠੀਆਂ ਜੀਆਂ ਗੱਲਾਂ ਕਰੀ ਜਾ ਤੇ ਕੀ ਫਾਇਦਾ ਸਾਡਾ ਇੱਥੇ ਇਕੱਠੇ ਹੋਣ ਦਾ ਲੱਖਾਂ ਰੁਪਇਆ ਖਰਚ ਕੀਤਾ ਕੀ ਫਾਇਦਾ ਇਹਦਾ ਜਿਹਦਾ ਲਾਭ ਨਾ ਹੋਵੇ ਜਿਹਦੇ ਜਿਸ ਦਾ ਜਿਹਦੇ ਕਰਕੇ ਸਾਡੇ 'ਚ ਗੁਣ ਨਾ ਆਉਣ ਅਸੀਂ ਐਕਟਿਵ ਨਾ ਹੋਈਏ ਇਹਦਾ ਕੀ ਲਾਭ ਹੈ ਫਿਰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਛੱਡ ਦੇ ਉਹ ਕੰਮ ਤੈਨੂੰ ਤੰਗ ਕਰਨਗੇ ਸ਼ਰਮਿੰਦਾ ਹੋਣਾ ਪਏਗਾ ਸੋ ਇਸ ਕਰਕੇ ਆਪਣੇ ਆਪ ਨੂੰ ਸਵਾਰਨ ਦੀ ਕੋਸ਼ਿਸ਼ ਕਰੀਏ ਤੇ ਯਾਦ ਕਰੀਏ ਉਹਨਾਂ ਸਾਹਿਬਜ਼ਾਦਿਆਂ ਨੂੰ ਆ ਸਾਹਿਬਜ਼ਾਦਿਆਂ ਦੀ ਜ਼ਿੰਦਗੀ ਦੀ ਆਖਰੀ ਰਾਤ ਸੀ ਜਿਹੜੀ 'ਚ ਆਪਾਂ ਬੈਠੇ ਇਹ ਆਖਰੀ ਰਾਤ ਸੀ ਲਾਸਟ ਰਾਤ ਹੈ ਲਾਸਟ ਨਾਈਟ ਹੈ ਆਖਰੀ ਰਾਤ
ਸਾਨੂੰ ਨਹੀਂ ਪਤਾ ਸਾਡੇ ਚੋਂ ਕਿਹਦੀ ਇਹ ਲਾਸਟ ਨਾਈਟ ਹੋਵੇ, ਅੱਜ ਰਾਤ ਲਾਸਟ ਹੋਵੇ, ਸਾਨੂੰ ਪਤਾ ਨਹੀਂ। ਪਰ ਸਾਹਿਬਜ਼ਾਦਿਆਂ ਨੂੰ ਪਤਾ ਸੀ ਕਿ ਸਾਡੀ ਜ਼ਿੰਦਗੀ ਦੀ ਆਖਰੀ ਰਾਤ, ਉਹਨਾਂ ਨੂੰ ਪਤਾ ਸੀ। ਕੋਈ ਪਤਾ ਨਹੀਂ ਕੀ ਭਾਣੇ ਵਰਤ ਜਾਣੇ ਨੇ ਕੱਲ ਨੂੰ, ਅੱਜ ਰਾਤ ਨੂੰ ਕੀ ਹੋ ਜਾਣਾ ਹੈ, ਪਰ ਉਹਨਾਂ ਨੂੰ ਪਤਾ ਸੀ ਕਿ ਸਵੇਰੇ ਜੋ ਹੋਏਗਾ ਕਚਹਿਰੀ ਵਿੱਚ ਉਹਦਾ ਪਤਾ ਸੀ। ਆਓ ਆਸੇ ਪਾਸੇ ਫਿਰਨ ਨਾਲੋਂ ਇਤਿਹਾਸ ਨੂੰ ਨਾਲ ਲਈਏ, ਉਹ ਸਮਾਂ ਆਪਾਂ ਯਾਦ ਕਰੀਏ। ਬਾਕੀ ਗੱਲਾਂ ਬਾਤਾਂ ਤੇ ਆਪਾਂ ਕਰਦੇ ਹੀ ਰਹਿੰਦੇ ਹਾਂ, ਪਰ ਉਹ ਜੋ ਸਮਾਂ ਉਹਨੂੰ ਸਾਹਮਣੇ ਲੈ ਕੇ ਆਈਏ। ਪੂਰੀ ਇਕਾਗਰਤਾ ਬੇਨਤੀ ਹੈ, ਬਣਾ ਕੇ ਰੱਖਿਓ, ਪੂਰਾ ਮਨ ਜੋੜ ਕੇ ਰੱਖਿਓ। ਕੱਲ ਆਪਾਂ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਾ ਜ਼ਿਕਰ ਕੀਤਾ ਸੀ, ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੋਣ ਵਾਸਤੇ ਭੇਜਿਆ। ਵਾਰ ਵਾਰ ਬੇਦਰਦਾਂ ਵਾਰ ਕੀਤੇ, ਵਾਰ ਇੱਕ ਨਾ ਜੀਤ ਦਾ ਝੱਲ ਹੋਇਆ। ਇਹ ਦਸ਼ਮੇਸ਼ ਨੂੰ ਪਤਾ ਹੈ ਕਿ ਕਿੰਨੀ ਹਾਲੀ ਮਸਲਾ ਟੁੱਟੇ ਜਨੇਊਆਂ ਦਾ ਹੱਲ ਹੋਇਆ। ਚਮਕੌਰ ਦੀ ਦਾਸਤਾਨ ਆਪਾਂ ਰਲ ਕੇ ਵਿਚਾਰੀ ਸੀ, ਕਿਵੇਂ ਸਮੇਂ ਨੂੰ ਬਦਲਿਆ ਸਤਿਗੁਰਾਂ ਨੇ। ਇਹ ਸਮਾਂ ਜਾਣੇ ਜਾਂ ਸਮੇਂ ਦਾ ਤੌਰ ਜਾਣੇ, ਕਿੰਨੀ ਪੀੜ ਕਲੇਜੇ ਗੁਰਾਂ ਚ ਲਈ। ਇਹ ਸਰਹੰਦ ਜਾਣੇ ਜਾਂ ਚਮਕੌਰ ਜਾਣੇ, ਕਿੰਨੀ ਕਿੰਨੀ ਪੀੜ ਕਲੇਜੇ ਉਹਨਾਂ ਚ ਲਈ ਹੈ। ਇਹ ਸਰਹੰਦ ਜਾਣੇ ਜਾਂ ਚਮਕੌਰ ਜਾਣੇ, ਕੱਲ ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜਰੋਂ ਮੇਂ। ਜੋਗੀ ਅੱਲਾ ਯਾਰ ਖਾਂ ਨੇ ਲਿਖਿਆ, ਯਹੀਂ ਸੇ ਤਾਰੇ ਬਣ ਕੇ ਗਏ ਆਸਮਾਂ ਕੇ ਲੀਏ। ਚਮਕੌਰ ਦੀ ਗੱਲ ਕਰਦੇ ਆ ਜੋਗੀ ਅੱਲਾ ਯਾਰ ਖਾਂ, ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜਰੋਂ ਮੇਂ। ਇੱਥੋਂ ਦਾ ਜਰਾ ਜਰਾ ਪਵਿੱਤਰ ਹੈ, ਉਹ ਚਮਕੌਰ ਸਾਹਿਬ ਦੀ ਧਰਤੀ ਹੈ, ਜਿਹਦੀ ਬਾਬਤ ਲਿਖਿਆ, ਬਸ ਏਕ ਹੀ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ, ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ। ਔਰ ਇਹ ਸਰਹੰਦ ਦੀ ਧਰਤੀ, ਸਾਡੇ ਤੇ ਕੋਈ ਇੱਕ ਕਦੇ ਨਾ ਕਦੇ ਚੇਚਕ ਵਰਗੀ ਬਿਮਾਰੀ ਸਾਨੂੰ ਜ਼ਿੰਦਗੀ ਚ ਪੰਜ ਚਾਰ ਦਿਨ ਤੰਗ ਕਰ ਜਾਏ, ਸਾਨੂੰ ਭੁੱਲਦੀ ਨਹੀਂ। ਬੜੇ ਔਖੇ ਹੋਏ ਸੀ ਵੀ ਉਦੋਂ, ਮੈਨੂੰ ਬੁਖਾਰ ਚੜਿਆ ਸੀ ਜੀ, ਹਟਿਆ ਹੀ ਨਹੀਂ, ਕਿੰਨੇ ਦਿਨ ਔਖੇ ਹੋਏ ਸੀ ਜੀ ਉਦੋਂ। ਹੋਰ ਕੋਈ ਮਾੜਾ ਮੋਟਾ ਰੋਗ ਲੱਗ ਜਾਏ ਭੁੱਲਦਾ ਨਹੀਂ। ਤਨ ਕਲਗੀਧਰ ਸੱਚੇ ਪਾਤਸ਼ਾਹ ਕਿੱਡਾ ਜਿਗਰਾ ਹੋਣਾ ਤੁਹਾਡਾ। ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ, ਮੈਂ ਅਰਜ਼ ਕੀਤੀ ਸੀ ਕੱਲ ਕਿ ਸਰਸਾ ਦੇ ਕੰਢੇ ਤੇ ਮਹਾਰਾਜ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ, ਇਹ ਆਖਰੀ ਵਾਰ ਸੀ ਕਿ ਸਾਰਾ ਪਰਿਵਾਰ ਜੇ ਇਕੱਠਾ ਬੈਠਾ ਹੈ ਤੇ ਕੀਰਤਨ ਚ ਹੀ ਬੈਠਾ। ਆਸਾ ਜੀ ਦੀ ਵਾਰ ਤੋਂ ਬਾਅਦ ਇਕੱਠੇ ਨਹੀਂ ਹੋਏ। ਆਸਾ ਜੀ ਦੀ ਵਾਰ ਦਾ ਕੀਰਤਨ ਜਿਹੜਾ ਸਰਸਾ ਦੇ ਕੰਢੇ ਹੋਇਆ ਹੈ, ਉਹਦੇ ਵਿੱਚ ਵੱਡੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ, ਅਜੀਤ ਸਿੰਘ ਨਹੀਂ, ਅਜੀਤ ਸਿੰਘ ਜੀ ਰੋਕਦੇ ਰਹੇ ਆਉਣ ਵਾਲੀ ਫੌਜ ਨੂੰ, ਪਹਿਰੇ ਤੇ ਸੀ ਉਹ। ਸਾਹਿਬ ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ ਨਾਲ ਕੀਰਤਨ ਕਰਦੇ ਰਹੇ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਆਪ ਕੀਰਤਨ ਕੀਤਾ, ਮਾਤਾ ਗੁਜਰ ਕੌਰ ਜੀ ਸਾਹਮਣੇ ਬੈਠ ਕੇ ਵਹਿੰਦੇ ਰਹੇ। ਤੇ ਮੈਂ ਕੱਲ ਵੀ ਅਰਜ਼ ਕੀਤੀ ਸੀ, ਕਲਗੀਧਰ ਨੂੰ ਪਤਾ ਹੈ ਸਾਹਿਬਜ਼ਾਦੇ ਅੱਜ ਛੋਟੇ ਦਿਸਣੇ ਨੇ, ਮੁੜ ਕੇ ਨਹੀਂ ਦਿਸਣੇ। ਗੁਰੂ ਗੋਬਿੰਦ ਸਿੰਘ ਨੂੰ ਪਤਾ ਤੇ ਸੰਗਤ ਵਿੱਚ ਬੈਠੇ ਆ, ਮਾਤਾ ਗੁਜਰ ਕੌਰ ਜੀ ਵੀ ਵਿੱਚ ਬੈਠੇ ਨੇ, ਕੀਰਤਨ ਹੋ ਰਿਹਾ। ਤੇ ਜਦੋਂ ਕਲਗੀਆਂ ਵਾਲੇ ਆਪ ਕੀਰਤਨ ਕਰਦੇ ਨੇ ਤੇ ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦੇ ਵੱਲ ਤੱਕ ਲੈਂਦੇ ਨੇ ਕਦੀ ਕਦੀ, ਕਿਉਂਕਿ ਸ਼ਾਦੀ ਨੂੰ 32 ਸਾਲ ਹੋ ਗਏ ਸੀ ਘਰ ਵਿੱਚ ਪੁੱਤਰ ਹੋਇਆ ਸੀ। ਮੈਂ ਕੱਲ ਵੀ ਬੇਨਤੀ ਕੀਤੀ ਸੀ, 32 ਸਾਲ ਬਾਅਦ ਵਿਆਹ ਨੂੰ ਸ਼ਾਦੀ ਹੋਈ ਨੂੰ, ਛੋਟੀ ਉਮਰ ਵਿੱਚ ਸ਼ਾਦੀ ਹੋ ਗਈ ਸੀ ਮਾਤਾ ਗੁਜਰ ਕੌਰ ਜੀ ਦੀ, ਤਕਰੀਬਨ 9 ਸਾਲ ਦੀ ਉਮਰ ਸੀ ਉਦੋਂ, ਛੋਟੀ ਉਮਰ 'ਚ ਹੀ ਵਿਆਹ ਹੁੰਦੇ ਸੀ। 32 ਸਾਲ ਵਿਆਹ ਨੂੰ ਹੋ ਗਏ ਜਦੋਂ ਕਲਗੀਧਰ ਸੱਚੇ ਪਾਤਸ਼ਾਹ ਦਾ ਆਗਮਨ ਹੋਇਆ, ਤੇ ਜਦੋਂ ਮਾਤਾ ਜੀ ਕੀਰਤਨ ਵਿੱਚ, ਕਲਗੀਆਂ ਵਾਲੇ ਕੀਰਤਨ ਕਰਦੇ ਨੇ,
ਅੱਖਾਂ ਬੰਦ ਕਰਕੇ ਕੀਰਤਨ ਸੁਣਿਆ ਜਾਂਦਾ ਹੈ, ਆਨੰਦ ਹੀ ਫੇਰ ਆਉਂਦਾ ਹੈ। ਪਰ ਅੱਜ ਮਾਤਾ ਗੁਜਰ ਕੌਰ ਅੱਖਾਂ ਖੋਲ ਕੇ ਆਪਣੇ ਫਰਜੰਦ ਵੱਲ, ਆਪਣੇ ਲਖਤੇ ਜਿਗਰ ਵੱਲ, ਸਾਡੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਤੇ ਉਹ ਤੇ ਕਦੀ ਕਦੀ ਗੋਬਿੰਦ ਸਿੰਘ ਵੀ ਕਹਿੰਦੇ ਹੋਣਗੇ, ਕਿੱਡੇ ਮਾਣ ਵਾਲੀ ਗੱਲ ਹੋਏਗੀ। ਕਦੇ ਗੁਰੂ ਤੇਗ ਆਪਾਂ ਨੂੰ ਕੋਈ ਪੁੱਛਦਾ ਤੇਰੇ ਪਿਤਾ ਦਾ ਨਾਂ ਕੀ ਹੈ, ਫਲਾਣਾ ਸਿੰਘ ਹੈ, ਤੇਰੀ ਮਾਂ ਦਾ ਕੀ ਨਾਂ ਹੈ, ਆਹ ਆਪਾਂ ਕਹਿੰਦੇ ਨਾ ਕੌਰ ਲਾਨੇ ਆ, ਤੇਰੇ ਪੁੱਤਰ ਦਾ ਕੀ ਨਾਂ ਹੈ, ਦੋ ਨੇ ਇੱਕਾ ਇੱਕਾ ਇੱਦਾਂ ਨਾਂ ਬੋਲਨੇ ਆ। ਕਿਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛਦੇ ਹੋਣਗੇ ਤੁਹਾਡੇ ਪਿਤਾ ਦਾ ਕੀ ਨਾਂ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ, ਤੁਹਾਡੇ ਦਾਦਾ ਧੰਨ ਗੁਰੂ ਅਰਜਨ ਦੇਵ ਜੀ, ਘਰਵਾਲੀ ਗੁਜਰ ਕੌਰ ਹੈ, ਮਾਂ ਦਾ ਨਾਂ ਨਾਨਕੀ ਹੈ, ਮਾਤਾ ਨਾਨਕੀ। ਸੰਤਾਨ ਜੀਵਨ ਬਿਓਰਾ ਭਰ ਕੇ ਵੇਖੋ, ਕਦੇ ਉਹ ਜੀਵਨ ਬਿਓਰਾ ਲਿਖਿਆ ਹੁੰਦਾ ਨਾ ਕਦੀ ਕਦੀ, ਜਿੱਥੇ ਲਿਖਿਆ ਨਾ ਸੰਤਾਨ, ਤੁਹਾਡੇ ਬੱਚਿਆਂ ਦਾ ਨਾਂ ਇੱਕੋ ਹੀ ਹੈ, ਗੁਰੂ ਤੇਗ ਬਹਾਦਰ ਸਾਹਿਬ ਇੱਕੋ ਹੀ ਹੈ ਜੀ, ਕੀ ਨਾਂ ਹੈ, ਔਲਾਦ ਸੰਤਾਨ ਇੱਕੋ ਹੀ ਹੈ, ਕੀ ਨਾਂ ਹੈ, ਗੋਬਿੰਦ ਸਿੰਘ। ਕਿੱਡੇ ਮਾਣ ਵਾਲੀ ਗੱਲ ਹੈ, ਮੇਰੇ ਪੁੱਤਰ ਦਾ ਨਾਂ ਹੈ ਗੋਬਿੰਦ ਸਿੰਘ। ਮਾਤਾ ਗੁਜਰੀ ਕਹਿੰਦੀ ਇੱਕੋ ਹੀ ਸੰਤਾਨ ਹੈ ਮੇਰੀ, ਇੱਕੋ ਹੀ ਹੈ ਮੇਰਾ ਪੁੱਤਰ, ਕੀ ਨਾਂ ਹੈ ਮਾਤਾ, ਗੋਬਿੰਦ ਸਿੰਘ, ਮੇਰੇ ਪੁੱਤਰ ਦਾ ਨਾਂ ਹੈ ਗੋਬਿੰਦ ਸਿੰਘ। ਮੈਂ ਅਰਜ ਕਰਨਾ ਵੀਰੋ ਭਰਾਵੋ, ਆਪਣੀ ਜ਼ਿੰਦਗੀ ਵਿੱਚ ਇਦਾਂ ਦੇ ਬਣੋ, ਸਾਡੇ ਮਾਪਿਆਂ ਨੂੰ ਸਾਡਾ ਨਾਂ ਲੈਣ ਲੱਗਿਆਂ ਸ਼ਰਮ ਨਾ ਆਵੇ, ਨੀਵੀਂ ਨਾ ਪਾਉਣੀ ਪਵੇ। ਕਲਗੀਧਰ ਦੇ ਪੁੱਤਰ ਉਹ, ਉਹਨਾਂ ਦਾ ਨਾਂ ਲੈਂਦਿਆਂ ਗੁਰੂ ਤੇਗ ਬਹਾਦਰ ਸਾਹਿਬ ਦੀ ਛਾਤੀ ਚੌੜੀ ਹੋ ਜਾਂਦੀ ਸੀ, ਗੁਰੂ ਤੇਗ ਬਹਾਦਰ ਸਾਹਿਬ ਦਾ ਨਾਂ ਲੈਂਦਿਆਂ ਗੁਰੂ ਗੋਬਿੰਦ ਸਿੰਘ ਦਾ ਸੀਨਾ ਚੌੜਾ ਹੋ ਜਾਂਦਾ ਸੀ। ਕਲਗੀਆਂ ਵਾਲੇ ਜਦੋਂ ਸਾਹਿਬਜ਼ਾਦਿਆਂ ਦਾ ਨਾਂ ਲੈਂਦੇ ਸੀ ਛਾਤੀ ਚੌੜੀ ਹੋ ਜਾਂਦੀ ਸੀ। ਕੁਛ ਐਸਾ ਨਾ ਕਰਿਓ ਤੁਹਾਡਾ ਨਾਂ ਲੈਣ ਲੱਗਿਆਂ ਮਾਪਿਆਂ ਨੂੰ ਨੀਵੀਂ ਨਾ ਪਾਣੀ ਪਵੇ। ਜ਼ਿੰਦਗੀ ਵਿੱਚ ਬੜੀਆਂ ਭੁੱਲਾਂ ਹੋ ਜਾਂਦੀਆਂ ਨੇ, ਅੱਜ ਦਾ ਸਮਾਂ ਇਦਾਂ ਦਾ ਹੈ, ਬੜੇ ਔਖਾ ਹੈ ਆਪਣੇ ਮਨ ਦੇ ਵੇਗ ਨੂੰ ਰੋਕਣਾ, ਅੱਜ ਦੇ ਸਮੇਂ ਵਿੱਚ ਬੜਾ ਔਖਾ ਹੈ ਆਪੇ ਤੇ ਕੰਟਰੋਲ ਰੱਖਣਾ, ਆਤਮ ਜਿਣਾ ਹੈ ਸਗਲ ਵਸ ਤਾਕ ਹੈ। ਇਹ ਕਿਵੇਂ ਹੁੰਦਾ ਜੀ, ਜਾਕਾ ਸਤਿਗੁਰ ਪੂਰਾ, ਜਿਹਦਾ ਸਤਿਗੁਰੂ ਪੂਰਾ ਹੋਵੇ, ਜਿਹਦੇ ਕੋਲ ਸਿਰੇ ਦਾ ਗਿਆਨ ਹੋਵੇ, ਗੁਰਬਾਣੀ ਪੜ੍ਹਨ ਵਾਲਾ ਜਿਹੜਾ ਵੀਰ ਤੁਹਾਡੇ ਵਿੱਚ ਬੈਠਾ, ਗੁਰਸਿੱਖ ਜਿੰਨੇ ਬੈਠੇ ਹੋ, ਉਹਨਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ, ਬਸ਼ਰਤੇ ਉਹ ਬਾਣੀ ਪੜ੍ਹ ਕੇ ਅਮਲ ਕਰਦੇ ਹੋਣ, ਸਹਿਜ ਪਾਠ ਕਰਦੇ ਹੋਣ, ਗੁਰਬਾਣੀ ਪੜ੍ਹਦੇ ਹੋਣ, ਕੁਛ ਨਹੀਂ ਵਿਗੜਦਾ ਉਹਨਾਂ ਦਾ। ਤੇ ਕੁਛ ਵੀ ਜ਼ਿੰਦਗੀ ਚ ਇੱਦਾਂ ਦਾ ਨਾ ਕਰੀਏ ਸਾਡੇ ਮਾਂ ਪਿਓ ਨੂੰ ਸਿਰ ਨੀਵਾਂ ਕਰਨਾ ਪੈ ਜਾਵੇ, ਸ਼ਰਮ ਆਵੇ ਇਹ ਹੈ ਪੁੱਤ ਸਾਡਾ। ਕੁਛ ਨਾ ਕਰੀਏ, ਵਾਹਿਗੁਰੂ ਬਚਾ ਕੇ ਰੱਖੋ, ਇਹ ਅਰਦਾਸ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ। ਡੰਡੌਤ ਬੰਧਨ ਅਨਕਵਾਰ ਸਰਬ ਕਲਾ ਸਮਰੱਥ, ਡੋਲਨ ਤੇ ਇਹ ਮਨ ਖੋਟੇ ਦਾ ਪਤਾ ਕੋਈ ਨੀ। ਅੱਜ ਬੜੇ ਚੜ੍ਹਦੀ ਕਲਾ ਚਾਂ ਬਾਣੀ ਪੜ੍ਹਦਿਆਂ ਨਿਤਨੇਮ ਕਰਦਿਆਂ ਦਾ ਇਹਦਾ ਭੈੜੇ ਮਨ ਦਾ ਪਤਾ ਕੋਈ ਨੀ, ਇਹਨੇ ਡੋਲਣਾ ਕਿੱਥੇ ਹੈ ਕੋਈ ਪਤਾ ਨਹੀਂ, ਇਹਨੇ ਕਿਹੜੇ ਵੇਲੇ ਬੇਈਮਾਨ ਹੋ ਜਾਣਾ ਹੈ, ਕਿੱਥੇ ਡੋਲ ਜਾਣਾ ਹੈ। ਇਸ ਕਰਕੇ ਇਹ ਅਰਦਾਸ ਨਾ ਛੱਡੋ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਤੇ ਵੇਖੋ ਖਾਲਸਾ ਜੀ ਗੁਰੂ ਪਿਆਰਿਓ, ਕਲਗੀਆਂ ਵਾਲੇ ਸਰਸਾ ਦੇ ਕੰਢੇ ਤੇ ਨਿਤਨੇਮ ਕਰਕੇ ਸਾਨੂੰ ਸਿਖਾ ਰਹੇ ਨੇ, ਸਿੱਖੋ ਬਾਣੀ ਦਾ ਲੜਨਾ ਛੱਡਿਓ। ਇਹੋ ਜਿਹਾ ਹਾਲਾਤਾਂ ਵਿੱਚ ਵੀ ਪਾਸ ਹੋ ਜਾਓਗੇ ਪੂਰੇ ਨੰਬਰ ਲੈ ਕੇ, ਪਰ ਬਾਣੀ ਨਾ ਛੱਡਿਓ। ਸਰਸਾ ਦੇ ਕੰਢੇ ਤੇ ਨਿਤਨੇਮ ਕਰਦਾ ਬੈਠਾ, ਚਮਕੌਰ ਦੀ ਗੜੀ ਵਿੱਚ ਰਹਿ ਰਸ ਦਾ ਪਾਠ ਹੋਇਆ ਹੈ, ਮੈਂ ਭੁੱਲਿਆ ਨਹੀਂ, ਚਮਕੌਰ ਦੀ ਗੜੀ ਵਿੱਚ ਵੀ ਨਿਤਨੇਮ ਹੋਇਆ ਹੈ। ਆਹ ਸਾਡੇ ਲਈ ਪੂਰਨੇ ਨੇ, ਇਹੋ ਜਿਹਾਂ ਹਾਲਾਤਾਂ ਵਿੱਚ ਆਪਣੇ ਆਪ ਨੂੰ ਕਾਇਮ ਕਿੱਦਾਂ ਰੱਖਣਾ ਹੈ, ਇਹ ਕਲਗੀਆਂ ਵਾਲੇ ਸਾਨੂੰ ਸਿਖਾ ਕੇ ਗਏ ਆ। ਨਿਤਨੇਮ ਨਾ ਛੱਡੀ, ਹਮੇਸ਼ਾ ਪਾਸ ਹੋਏਗਾ, ਬਾ ਗੁਰਬਾਣੀ ਦਾ ਲੜ ਨਾ ਛੱਡੀ। ਸਰਸਾ ਦੇ ਕੰਢੇ ਤੇ ਨਿਤਨੇਮ ਕਰਕੇ ਗਰੀਬ ਨਿਵਾਜ ਸਾਨੂੰ ਸਿਖਾ ਕੇ ਗਏ ਆ।
ਬਸ ਸਾਡਾ ਵੀ ਮਨ ਪੱਕਾ ਰਵੇ ਅੱਜ ਬਾਣੀ ਨਹੀਂ ਪੜ੍ਹੀ ਪਿਆਸ ਲੱਗਣ ਲੱਗ ਜਾਏ ਜਿਵੇਂ ਆਪਾਂ ਅੱਗੇ ਪੜ੍ਹਦੇ ਹਾਂ ਨਾ ਜੇ ਮੈਂ ਅੱਜ ਨਾ ਪੜ੍ਹੀ ਗੁਰਬਾਣੀ ਏਦਾਂ ਦੀ ਭਾਵਨਾ ਬਣਾਓ ਵੀ ਅੱਜ ਮੇਰੇ ਤੋਂ ਬਾਣੀ ਨਹੀਂ ਪੜ੍ਹੀ ਗਈ ਨਿਤਨੇਮ ਟੁੱਟ ਜਾਵੇਗਾ ਜੇ ਮੈਂ ਅੱਜ ਨਾ ਪੜ੍ਹੀ ਗੁਰਬਾਣੀ ਨਿਤਨੇਮ ਟੁੱਟ ਜਾਵੇਗਾ ਨਿਤਨੇਮ ਨਹੀਂ ਛੱਡਣਾ ਬਾਣੀ ਨਹੀਂ ਛੱਡਣੀ ਹਮੇਸ਼ਾ ਨਿਤਨੇਮ ਕਰਦੇ ਰਹਿਣਾ ਸਵੇਰੇ ਸ਼ਾਮ ਸੌਣ ਵੇਲੇ ਔਰ ਪਿਆਰ ਨਾਲ ਬਾਣੀ ਪੜ੍ਹੀਏ ਅਸੀਂ ਨਵੇੜੇ ਨਾ ਕਰੀਏ ਆਰਾਮ ਨਾਲ ਬੈਠ ਕੇ ਗੁਰਬਾਣੀ ਪੜ੍ਹੀਏ ਤੇ ਵੇਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਸਾ ਕੰਢੇ ਨਿਤਨੇਮ ਕੀਤਾ ਪੂਰਾ ਦੀਵਾਨ ਲੱਗਾ ਆ ਸੱਜ ਦੀ ਵਾਰ ਦਾ ਕੀਰਤਨ ਹੋਇਆ ਭਗਤ ਤੇਰੇ ਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨ ਲਹਿਨੀ ਤਾਪ ਇੱਕ ਮੂਲ ਨਾ ਬੁੱਝਣੇ ਆਪਣਾ ਅਣਹੋਂਦਾ ਆਪ ਗਣਾਏ ਦੇ ਹੁਣ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ ਤਿੰਨ ਮੰਗਾ ਜੇ ਤੁਝੇ ਧਿਆਏ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਗੂੰਜਾਂ ਪੈਂਦੀਆਂ ਰਹੀਆਂ ਚਲੋ ਸਰਸਾ ਦਾ ਕੰਡਾ ਮਹਾਰਾਜ ਨੇ ਪਾਰ ਕੀਤਾ ਸਾਰਾ ਪਰਿਵਾਰ ਵਿਛੜ ਗਿਆ ਵੱਡੇ ਸਾਹਿਬਜ਼ਾਦੇ ਕਲਗੀਆਂ ਵਾਲੇ ਆਪ ਨਾਲ 40 ਸਿੰਘ ਚਮਕੌਰ ਦੀ ਗੜੀ ਵੱਲ ਗਏ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਇੱਕ ਪਾਸੇ ਹੋ ਤੁਰੇ ਮਾਤਾ ਜੀ ਦੇ ਕੋਲ ਮੋਹਰਾਂ ਵਾਲੀ ਇੱਕ ਥੈਲੀ ਹੈ ਠੰਡ ਬੜੀ ਜ਼ਿਆਦਾ ਹੈ ਬਸਤਰ ਵੀ ਗਿੱਲੇ ਹੋ ਗਏ ਨੇ ਸਾਹਿਬਜ਼ਾਦੇ ਤੁਰਦਿਆਂ ਤੁਰਦਿਆਂ ਮਾਤਾ ਜੀ ਨੂੰ ਪੁੱਛਦੇ ਨੇ ਮਾਤਾ ਜੀ ਜਾਣਾ ਕਿੱਥੇ ਹੈ ਸਾਡਾ ਟਿਕਾਣਾ ਕਿਹੜਾ ਹੈ ਕਿੱਥੇ ਪਹੁੰਚਣਾ ਹੈ ਮਾਤਾ ਜੀ ਕਹਿੰਦੇ ਨੇ ਜਿੱਥੇ ਕਰਤਾਰ ਵਾਹਿਗੁਰੂ ਪਰਮੇਸ਼ਰ ਲੈ ਜਾਏ ਬੱਚਿਓ ਜਿੱਥੇ ਉਹਦਾ ਹੁਕਮ ਹੈ ਉੱਥੇ ਹੀ ਜਾਣਾ
ਭਾਣੇ ਵਿੱਚ ਰਹਿਣਾ ਹੈ, ਰਜਾ ਵਿੱਚ ਰਹਿਣਾ ਹੈ। ਇੱਕ ਦਿਨ ਬੱਚਿਓ ਆਪਾਂ ਉੱਥੇ ਪਹੁੰਚ ਜਾਣਾ ਜਿੱਥੇ ਆ ਫੌਜਾਂ ਤੰਗ ਨਹੀਂ ਕਰਨਗੀਆਂ, ਜਿੱਥੇ ਆ ਸੂਬੇ ਆ ਸਰਕਾਰਾਂ ਆ ਟਿੱਡੀ ਦਲ ਸਾਡਾ ਕੁਛ ਨਹੀਂ ਵਿਗਾੜ ਸਕਦਾ। ਆਪਾਂ ਬਸ ਇੱਕ ਦਿਨ ਉੱਥੇ ਹੀ ਪਹੁੰਚ ਜਾਣਾ। ਜਾਣਾ ਸਭ ਨਹੀਂ ਹੁੰਦਾ ਹੈ, ਪਰ ਜਾਣ ਜਾਣ ਵਿੱਚ ਫਰਕ ਹੈ। ਮਰਨਾ ਸਭ ਨੇ ਆ, ਪਰ ਮਰਨ ਮਰਨ ਵਿੱਚ ਫਰਕ ਹੈ। ਹੁਣ ਵੇਖੋ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਥੋੜ੍ਹਾ ਤੁਰਦੇ ਨੇ, ਥੱਕ ਜਾਂਦੇ ਨੇ, ਰੁਕ ਜਾਂਦੇ ਨੇ। ਸਾਹਮਣੇ ਵੇਖਿਆ ਇੱਕ ਛੱਪਰੀ ਨਜ਼ਰ ਆਈ। ਮਾਤਾ ਜੀ ਉਹ ਸਾਹਮਣੇ ਲਾਲਟੈਨ ਬਲਦੀ ਹੈ, ਚਾਨਣ ਦਿਸਦਾ, ਦੀਵਾ ਬਲਦਾ, ਉੱਥੇ ਚੱਲੀਏ। ਨਾਲ ਗਏ, ਮਾਤਾ ਜੀ ਨੇ ਬਾਹਰ ਖਲੋ ਕੇ ਆਵਾਜ਼ ਮਾਰੀ, ਘਰ ਦਿਆ ਮਾਲਕਾ ਬਾਹਰ ਆ। ਉੱਥੇ ਫਿਰ ਕੁੰਮਾ ਮਾਸ਼ਕੀ ਜਿਹਨੂੰ ਕਰੀਮ ਬਖਸ਼ ਵੀ ਲਿਖਿਆ, ਇਤਿਹਾਸਕਾਰਾਂ ਨੇ ਵੱਖਰੇ ਵੱਖਰੇ ਨਾਮ ਦਿੱਤੇ। ਉਸ ਕੁੰਮੇ ਮਾਸ਼ਕੀ ਨੇ ਬੂਹਾ ਖੋਲਿਆ, ਇਕੱਲੇ ਹੀ ਸੀ ਉੱਥੇ। ਬਾਹਰ ਆ ਕੇ ਕਹਿੰਦਾ, ਹਾਂਜੀ ਦੱਸੋ। ਮਾਤਾ ਗੁਜਰ ਕੌਰ ਜੀ ਕਹਿੰਦੇ ਨੇ, ਅਸੀਂ ਰਾਤ ਕੱਟਣੀ ਹੈ, ਕੌਣ ਹੋ, ਕਿੱਥੋਂ ਆਏ ਹੋ? ਮਾਤਾ ਜੀ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਨੂੰ ਜਾਣਦਾ ਹੈ ਆਨੰਦਪੁਰ ਵਾਲੇ ਗੁਰੂ ਨੂੰ? ਇਹ ਕੁੰਮਾ ਮਾਸ਼ਕੀ ਕਹਿੰਦਾ, ਮੈਂ ਜਾਣਦਾ ਜੀ, ਸਤਲੁਜ ਵਿੱਚ ਮੈਂ ਬੇੜੀ ਪਾਈ ਹੋਈ ਹੈ, ਬੜੀ ਸੰਗਤ ਇੱਦਾਂ ਦੀ ਮੈਨੂੰ ਮਿਲਦੀ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਜਾਣ ਵਾਲੇ ਹੁੰਦੇ ਨੇ ਆਨੰਦਪੁਰ ਸਾਹਿਬ, ਉਹਨਾਂ ਦੀ ਮੈਂ ਸਿਫਤ ਬੜੀ ਸੁਣੀ ਹੈ, ਉਹਨਾਂ ਦੀ ਮੈਂ ਵਡਿਆਈ ਬੜੀ ਸੁਣੀ ਹੈ, ਦਰਸ਼ਨ ਮੈਨੂੰ ਨਹੀਂ ਹੋਏ। ਮਾਤਾ ਜੀ ਕਹਿਣ ਲੱਗੇ, ਆ ਜਿਹੜੇ ਤੈਨੂੰ ਬੱਚੇ ਦਿਸਦੇ ਨੇ ਨਾ, ਇਹ ਗੁਰੂ ਗੋਬਿੰਦ ਸਿੰਘ ਦੇ ਲਾਲ ਨੇ, ਉਹਨਾਂ ਦੇ ਫਰਜੰਦ ਨੇ, ਉਹਨਾਂ ਦੇ ਲਖਤੇ ਜਿਗਰ ਨੇ, ਉਹਨਾਂ ਦੇ ਸਾਹਿਬਜ਼ਾਦੇ ਨੇ, ਤੇ ਮੈਂ ਉਹਨਾਂ ਦੀ ਮਾਤਾ। ਜਦੋਂ ਇੰਨੀ ਗੱਲ ਸੁਣੀ ਵੀ ਗੁਰੂ ਗੋਬਿੰਦ ਸਿੰਘ ਦੀ ਮਾਤਾ ਤੇ ਸਾਹਿਬਜ਼ਾਦੇ ਆਏ ਨੇ, ਇਹਨੇ ਚਰਨਾਂ ਤੇ ਮੱਥਾ ਟੇਕਿਆ। ਇੱਕ ਪਾਸੇ ਵੇਖੋ ਇਹ ਹੈ, ਤੇ ਦੂਜੇ ਪਾਸੇ ਆਪਣੇ ਕਹਾਉਣ ਵਾਲੇ, ਸੁਖਮੈ ਆਨ ਬਹੁਤ ਮਿਲ ਬੈਠਤ ਰਹਿਤ ਚਹੁੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛੱਡਤ ਕੋ ਨਾਵਤ। ਪਤਾ ਉਦੋਂ ਲੱਗਦਾ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ ਹੁੰਦਾ ਸੀ ਪੂਰਨ ਮਸੰਦ ਕਿ ਮਹਾਰਾਜ ਕਦੇ ਮੇਰੇ ਘਰ ਚਰਨ ਪਾਇਓ, ਕਦੋਂ ਮੇਰੇ ਘਰ ਆਓਗੇ? ਤੇ ਕਲਗੀਆਂ ਵਾਲੇ ਕਹਿੰਦੇ ਸੀ, ਸਮਾਂ ਆਏਗਾ ਤੇਰੇ ਘਰ ਵੀ ਆਵਾਂਗੇ। ਜਦੋਂ ਮਹਾਰਾਜ ਨੇ ਚਮਕੌਰ ਦੀ ਗੜੀ ਛੱਡੀ, ਮਾਛੀਵਾੜੇ ਜਾਣ ਤੋਂ ਪਹਿਲਾਂ ਬਹਿਲੌਲਪੁਰ ਪਿੰਡ ਵਿੱਚ ਗਏ ਸੀ। ਬਹਿਲੌਲਪੁਰ ਪਿੰਡ ਵਿੱਚ ਰਹਿੰਦਾ ਸੀ ਪੂਰਨ ਮਸੰਦ, ਧੁੰਦ ਬੜੀ ਸੀ। ਜਦੋਂ ਕਲਗੀਆਂ ਵਾਲੇ ਗਏ ਸੱਚੇ ਪਾਤਸ਼ਾਹ, ਜਾਮਾ ਲੀਰੋ ਲੀਰ ਹੈ, ਚਰਨਾਂ 'ਚ ਜੋੜਾ ਨਹੀਂ, ਘੋੜਾ ਨਹੀਂ, ਬਾਜ ਨਹੀਂ, ਸਿਰ 'ਤੇ ਤਾਜ ਨਹੀਂ, ਇਕੱਲੇ ਗਏ। ਸ੍ਰੀ ਸਾਹਿਬ ਹੈ ਮਿਆਨ ਤੋਂ ਬਿਨਾਂ। ਉੱਥੇ ਇੱਕ ਪੰਡਿਤ ਬ੍ਰਹਮਣ ਸਵੇਰੇ ਸਵੇਰੇ ਇਸ਼ਨਾਨ ਕਰਨ ਵਾਸਤੇ ਆਇਆ, ਛੱਪੜ ਤੇ ਟੋਬਿਆਂ ਤੇ ਇਸ਼ਨਾਨ ਕਰਦੇ ਸੀ ਲੋਕ ਪਹਿਲੇ ਸਮਿਆਂ 'ਚ। ਉਹ ਇਸ਼ਨਾਨ ਕਰਨ ਆਇਆ, ਰਾਮ 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 ਕਰਦਾ ਹੈ। ਕਲਗੀਆਂ ਵਾਲੇ ਪੁੱਛਦੇ ਨੇ, ਰਾਮ ਦੇ ਆ ਭਗਤਾ, ਗੱਲ ਸੁਣ, ਸਾਦੀ ਦਸਤਾਰ, ਕਿਉਂਕਿ ਕਲਗੀ ਤੇ ਸੰਗਤ ਸਿੰਘ ਦੇ ਸੀਸ ਤੇ ਸਜਾਤੀ ਸੀ, ਸਾਦੇ ਬਸਤਰ ਸੀ ਮਹਾਰਾਜ ਦੇ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਕਹਿੰਦੇ ਨੇ, ਰਾਮ ਦੇ ਆ ਭਗਤਾ, ਗੱਲ ਸੁਣੇ, ਪਿੰਡ ਕਿਹੜਾ ਹੈ? ਕਹਿੰਦਾ ਜੀ ਬਹਿਲੌਲਪੁਰ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਇੱਥੇ ਪੂਰਨ ਮਸੰਦ ਰਹਿੰਦਾ ਹੈ, ਇਹ ਉਸੇ ਦਾ ਪਿੰਡ ਹੈ? ਕਹਿੰਦਾ ਹਾਂਜੀ ਮਹਾਰਾਜ, ਉਸੇ ਦਾ ਪਿੰਡ ਹੈ। ਦੱਸੋ ਮਹਾਰਾਜ ਕਹਿੰਦੇ ਨੇ, ਉਹਦੇ ਘਰ ਜਾਣਾ, ਛੱਡ ਆਏਗਾ? ਉਹਨੇ ਮਹਾਰਾਜ ਨੂੰ ਨਹੀਂ ਪਛਾਣਿਆ ਕੌਣ ਨੇ, ਪਰ ਉਹਨੂੰ ਤਰਸ ਆ ਗਿਆ ਵੇਖ ਕੇ ਵੀ ਚਰਨਾਂ ਵਿੱਚ ਜੋੜਾ ਵੀ ਨਹੀਂ ਪਾਇਆ ਹੋਇਆ, ਚਿੱਕੜ ਨਾਲ ਚਰਨ ਲਿਬੜੇ ਹੋਏ ਨੇ, ਪਜਾਮੀ ਪਾਟੀ ਹੋਈ ਹੈ, ਖੂਨ ਵੀ ਨਿਕਲਦਾ ਹੈ, ਕੰਡੇ ਲੱਗੇ ਨੇ, ਚੋਲਾ ਪਾਟਿਆ ਪਿਆ ਸਾਰਾ, ਉਹਨੂੰ ਤਰਸ ਆ ਗਿਆ। ਕਹਿੰਦਾ ਮੈਂ ਇਸ਼ਨਾਨ ਬਾਅਦ 'ਚ ਕਰ ਲਾਂਗਾ, ਚਲੋ ਤੁਹਾਨੂੰ ਪਹਿਲਾਂ ਛੱਡ ਕੇ ਆਵਾਂ। ਉਹ
ब्रह्मण जेड़ा सवेरे सवेरे इनान करन आंदा है वो महाराज नूं लै गया नाल। वड्डी हवेली है, उपर चबारे बने ने, चबारियां विच पूर्ण मसंद आप रहिंदा, थले पशु रखे ने, उन्हें पशु रखे ने, मझां रखियां ने, गावां रखियां ने, घोड़े रखे, एक नौकर रखे है जिउणा, पशुआं दे विच मंजी डाह के जिउणा सौंदा है। दरवाजा खड़काया, इहदे नौकर ने दरवाजा खोलिया, पूर्ण मसंद सी, सतगुरां दा सेवादार सी, इलाके दी अगराई इकट्ठी करके पहचानदा सी, जिउणे ने बूहा खोलिया नौकर ने। हां जी दसो, वह ब्राह्मण कहन लगा ज्यौणिया तुहाडा एड्रैस तुहाडा पता मंगदे सी, आ पता नहीं कौन ने, मैं इन्हां नूं छड्डण तुहाडे घर आया, अंदर वाड़ लै मैं चलिया। महाराज अंदर वड़ गए, ब्राह्मण वापस मुड़ गया, ज्यौणे ने अपनी मंजी जिहड़ी उहदी डंगरां चढ़ाई सी उत्थे ही उहने महाराज नूं वा लिया। कहिंदा हां जी दसो, महाराज दे चेहरे वल तक्के, दसो जी, महाराज कहिंदे ने तेरा मालक कित्थे है, जिहदा नौकर है, जिहदे काम करदा है, तेरा मालक कित्थे है? ओ ते जी कहिंदा आराम करदे ने, सुत्ते पए होणगे। महाराज आखण लगे अमृत वेला हो गया जे सुत्ता ही पिया। महाराज कहिंदे सुत्ता पिया जे। महाराज दसो, कहिंदा दसो जी मैं बुला के लियावां। कहिंदे सद आवाज मार। कहिंदे आवाज ते मैं मार लांगा, मैनू दसना पैना भी कौन आया है। गुरु गोबिंद सिंह नूं फिर दसना पिया, कहिंदे जा जा के कह दे कि आनंदपुर वाला गुरु गोबिंद सिंह आया, अपना नाम दसिया, जा जा के आख। जिउणा उस वेले भजिया, महाराज ने दसिया भी गोबिंद सिंह पहला तेने महाराज के लिबड़िया चरणा ते सिर रखिया। महाराज के चरण साफ करने शुरू किए, नाले रोंदा है, नाले महाराज के चरणा चो कंडे कढ़दा है, ये भी सोचता है कि मैं भी इस घर बड़े गुरसिखां नूं आउंदिआं वेख्या है, इस घर बड़े लोग आउंदे ने, पर मैं भी सोचता सी भी इहो जिहा दग दग करदा चेहरा, इहो जिहा गुरसिख नहीं कदी कोई आया, इन्नी खिच वाला नहीं अज तक वेख्या कोई। इन्हें महाराज नूं बिठाया, नाले रोवे नाले सफाई करे, अग बाली महाराज कोल, सेक लो महाराज मैं बुला के लिया। जिउणा नौकर है भजिया गया, पूरन मसंद नूं आवाजा मारदा, बूहा खोलो जी छेती। वो बाहर आया, पूरन मसंद कपड़े पाउंदा छेती छेती बाहर निकलिया। हां दस छेती थले चलो। होया की है? कहिंदे थले गुरु गोबिंद सिंह सच्चे पातशाह है। एकदम ठठंबर गया, गुरु गोबिंद सिंह किन्ने जने ने? कल्ले ही ने। कल्ले ने? नाल नहीं कोई? कहिंदे कोई नाल नहीं, ना घोड़ा है, ना चरणा च जोड़ा है, कोई सीस ते कलगी नहीं, चोला सारा पाटिया पिया, एक सिरी साहब है म्यान तो बिना हाथ विच, दग दग करदा चेहरा है, शांत है चेहरा, ठंड बड़ी है। वह ब्राह्मण छड़ के गया है, थले बैठे ने, बैठे भी पता किथे ने? मेरी मंजी ते, मेरी मंजी है उहदे ते बैठे ने, छेती चलो लियाओ, रजाई च पाओ, कोल अग बालो, प्रशादा पानी छकाओ, सेवा कर लो, सेवा का मौका आ गया, समा आ गया। पूर्ण मसंद एक बारी, अच्छा कोई नाल नहीं? कहिंदे कोई नहीं, छेती चलो। तेनू आके की? ओ तुरे ना उत्थे खलो गया, ओ तुरे ना नाल। तेनू की पुछया आके उन्होंने? मैनू पुछया तेरे मालक नू सद, पूर्ण मसंद नू बुला। तू की किया? कहिंदे जी मैं क्या, मैं हुणे बुला के लिआउणा। कहिंदे ओ कमलिया, ये कह देना सी मैं घर ही नहीं, तू ये क्यों किया मैं घर हाँ, तू ये कहिंदा मैं घर नहीं, पर कोई नहीं, चल जे हुण कह ही दिता है ना, सीधा जाके कह दे, सीधा ही कह दी भी साढ़े घरों चले जाओ, सानू तुहाडे दर्शनां दी, तुहाडे चरणां दी, तुहाडे प्यार दी लोड़ नहीं,
दर्शन करने होंगे आपे आनंदपुर आ जाएंगे हूँ छेती साढ़े घरों चले जाओ। पूरन मसंद ने गया जेड़ा कहिंदा हुंदा सी चरण पायो ये सानू सिखाया है जे दुख विच मेरे नहीं बने तुहाडे कित्थों बन जाणगे आखो सतनाम श्री वाहिगुरु। किन्ना ते आसा ला के बैठा है कौन बन जाएगा ये सानू सिखाया है एहो जिहा कुछ इतिहास इदां दा है सानू अकलां सिखाईआं ने जा कह दे जाके ज्योने दे पैरां थल्लों धरती निकल गई ओए अज पता लगा है एवें गुरु गोबिंद सिंह गुरु गोबिंद सिंह करदा है। ओए गुरु गोबिंद सिंह दा नां लै लै के लोकां तों अगराईयां कठियां कर करके इन्ने अपना घर बना लिया है अद्धा उत्थे पचांदा सी अद्धा आप खा जांदा सी अज उस गुरु नूं थां देण दा टाइम आया ना भज लिया अज पता लगदा है पता ही कच्चे पक्कियां दा उदों लगदा गुरमुखो पता ही कच्चे पक्कियां दा उदों लगदा जदों परख दा समां आवे। सुखां च ते सारे ही यार हुंदे ने पता ही दुख वेले लगदा है बिपता वेले लगदा है। अज ज्योणिया हैरान हो गया भी मैं महाराज नूं किद्दां आखां उन्हें ते कुंडी मार ली बुआ बंद कर लिया कहिंदा जा जा के आपे कह दे वी छेती जाओ साडे घरों तुहाडे मगर सिपाही लगे हुए ने फौजां लगियां होईयां ने घेरा पै जाएगा सानू तंगी होएगी। चलो जी ज्योणा हुण ये नक्शा लियायो सामने गुरमुखो सामने लियायो सीन जरा जदों ज्योणा थले तुरिया आवे ना गया ते बड़ी तेजी नाल सी भी सारा टब्बर ही उतर के आ जाएगा छेती छेती महाराज नूं लैके जाणगे बिस्तरे जमाणगे ये हुण हौली हौली तुरिया आवे ते महाराज नूं मैं आखांगा किवें ते गुरु गोबिंद सिंह कहिंदे ज्यौण जोगिया ज्यौणिया ओए आ जा मैं सारा कुछ ही सुन लिया है तेनू दसण दी लोड़ नहीं आ जा तेरा की कसूर है आ जा करड़ा हो साधु चल दे भले नगरी वसदा रह कोई नहीं इहो जे समय ही पता लगदा गुरु गोबिंद सिंह कहिंदे असीं चलने आ तेरे मालक नूं तंगी नहीं आउंदी असीं जाने आ। ज्योणा ते रोया बड़ा कहिंदा महाराज मैं आ गरीब सिख सच्चे पातशाह मैं दर्शन भी पहली बारी तुहाडे कीते ने अज मैं दीदार कीते ने पर गरीब नवाज मैं रब ते कदे गिला नहीं कीता भी मैं गरीब क्यों हाँ पर अज मैनू दुख है मेरे को छपरी भी हुंदी ना जे अपनी तो मैं अज तुहानू उहदे च लै जाणा सी मेरे घर ठहरो पर मैं मजबूर हाँ मेरे को ते कुछ भी नहीं इहदा कम कर लैंदा मैनू रोटी खवा दिंदा है मेरे को कख नहीं पर अज दुख है गिला भी है रब ते भी मैनू कोई छपरी दित्ती हुंदी मैं उत्थे लजांदा गुरु गोबिंद सिंह एहो जिहा समा भी आया गुरु गोबिंद सिंह ते इन्ना दुखां दा समा भी आया महाराज तुरन लगे ज्योणे ने खूह लाणा सी खेत विच टिंड पई सी टिंडां पईआं हुंदीआं ने खूह लाणा है उह टिंड चुकी बलदी अग टिंड विच पा के रस्सी बन्न दित्ती इक मुंज दी कहिंदा लओ महाराज आ जिथे तक अग बलदी है लै जाओ सेक लगदा रहेगा शरीर नूं सेक आउंदा रहेगा। महाराज ने उहदी भावना की कदर कीती उही टिंड सी अग बुझ गई कंडियां दी सेज विछा ली उही टिंड महाराज ने सराहणे थले रख ली सी पर ज्योणे ने मुड़ के नौकरी नहीं कीती। ज्योणा कहिंदा ओए पूरना कुछ नहीं लगदा तू मेरा जेड़े घर विच मेरे गुरु नूं थां नहीं मैं तेरे घर विच कम नहीं करना मैं भी चलिया छड़ती उहने नौकरी महाराज दे पिछे ही उह तुरिया सी दवाना हो के एक करी महाराज दे दर्शन करके महाराज नूं तोर बैठा जदों पूरन बाहर आया कहिंदा छड्डी तेरी नौकरी मैं चलिया सांभ लै अपने पशु मैं नहीं हुण तेरा कम करना इदां दी भावना वाले ओए बन जाए एक मिनट च बन जांदी ए ना भावना बने भावें सारी उम्र लंघ जाए बंदा सारी जिंदगी चौर करदा रहे गुरद्वारे साडे वर्गे रहिंदे ही गुरद्वारे ने माफ करना साडे वर्गियां दी भावना टुट जांदी साडे वर्गे रहिंदे गुरद्वारियां च ने कमरा गुरद्वारे च हुंदा है भावना तो सखणे हो जांदे ने मन प्यार श्रद्धा ये तो वो कृपा होवे तो गल बनती
ਬਣਾ ਦੇਵੇ ਇੱਕ ਮਿੰਟ 'ਚ ਬਣਾ ਦੇਵੇ ਭਾਗ ਜਾਗ ਪੈਣ ਪੂਰਬ ਕਰਮ ਅੰਕੁਰ ਜਾ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਸੋਈ ਜਾਗੀ ਕੀ ਪਤਾ ਕਦੋਂ ਕਿਸਮਤ ਜਾਗ ਪੈਣੀ ਹੈ ਮਾਫ ਕਰਨਾ ਜੀ ਕਈ ਫਤਿਹਗੜ੍ਹ ਸਾਹਿਬ ਰਹਿੰਦੇ ਹੋਣਗੇ ਇੱਥੇ ਜੰਮੇ ਹੋਣਗੇ ਜਦੋਂ ਅੰਮ੍ਰਿਤ ਦੀ ਗੱਲ ਆਵੇ ਨਾ ਨਹੀਂ ਭਾਵਨਾ ਬਣਦੀ ਛਕਾਂਗੇ ਸੋਚਾਂਗੇ ਮਨ ਬਣਾਵਾਂਗੇ ਤੇ ਕਈ ਇੱਕ ਵਾਰੀ ਇੱਥੇ ਆ ਕੇ ਇੱਥੋਂ ਦਾ ਇਤਿਹਾਸ ਸੁਣ ਜਾਣੇ ਇੱਥੋਂ ਦੀ ਬਣ ਕੇ ਰਹਿ ਜਾਂਦੇ ਨੇ ਗੋਰੇ ਬਦਲ ਜਾਂਦੇ ਨੇ ਗੋਰੇ ਜੰਮੇ ਅਮਰੀਕਾ ਵਿੱਚ ਨੇ ਪਰ ਫਤਿਹਗੜ੍ਹ ਦਾ ਇਤਿਹਾਸ ਸੁਣ ਕੇ ਬਦਲ ਗਏ ਅਸੀਂ ਵੀ ਸਿੱਖ ਬਣਨਾ ਹੈ ਮਹਾਰਾਜ ਕਿਰਪਾ ਕਰਦੇ ਨੇ ਨਾ ਜਦੋਂ ਏਦਾਂ ਹੀ ਹੁੰਦੀ ਹੈ ਫਿਰ ਕੋਈ ਪਤਾ ਨਹੀਂ ਕਿਹੜੇ ਵੇਲੇ ਖਿੱਚ ਲੈਣਾ ਉਹਨਾਂ ਨੇ ਮਿਹਰ ਕਰ ਦੇਣੀ ਹੈ ਜਿਉਣੇ ਦੀ ਭਾਵਨਾ ਬਣ ਗਈ ਪੂਰਨ ਮਸੰਦ ਕੋਰਾ ਹੀ ਰਹਿ ਗਿਆ ਕੱਖ ਨਹੀਂ ਖੱਟਿਆ ਉਹਨੇ ਇਹੋ ਜਿਹੇ ਸਮੇਂ ਉੱਤੇ ਕਹਿੰਦਾ ਮੇਰੇ ਘਰੋਂ ਚਲੇ ਜਾਓ ਵੇਖੋ ਭਲਾ ਕੀ ਬੀਤਦੀ ਹੈ ਦਿਲ ਤੇ ਸੁਣਿਓ ਇੱਧਰ ਕਲਗੀਧਰ ਜੀ ਉੱਧਰ ਸਾਹਿਬਜ਼ਾਦੇ ਇੱਧਰ ਗੁਰੂ ਗੋਬਿੰਦ ਸਿੰਘ ਤੁਰੇ ਜਾਂਦੇ ਨੇ ਕਿਧਰੇ ਮਾਛੀਵਾੜਾ ਛੱਡਦੇ ਨੇ ਉੱਧਰ ਸਾਹਿਬਜ਼ਾਦੇ ਬੂਹਾ ਖੋਲਿਆ ਕੁੰਮੇ ਮਾਸ਼ਕੀ ਨੇ ਇਹ ਮਾਤਾ ਜੀ ਕਹਿਣ ਲੱਗੇ ਇਹ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਨੇ ਹੱਥ ਜੋੜ ਕੇ ਕਹਿੰਦਾ ਜੀ ਆਇਆ ਨੂੰ ਨਾਲੇ ਰੋਇਆ ਬੜਾ ਕਹਿੰਦਾ ਜੀ ਆਹ ਹਾਲ ਮਾਤਾ ਗੁਰੂ ਗੋਬਿੰਦ ਸਿੰਘ ਦੀ ਸਾਹਿਬਜ਼ਾਦੇ ਕਲਗੀਧਰ ਦੇ ਕੁੰਮਾ ਮਾਸ਼ਕੀ ਕਹਿੰਦਾ ਜਿੰਨੇ ਦਿਨ ਮਰਜ਼ੀ ਰਵੋ ਜਿਹੋ ਜਿਹਾ ਆਸਣ ਸੀ ਲਾ ਦਿੱਤਾ ਜਿਹੋ ਜੀ ਗੋਦੜੀ ਸੀ ਵਿਛਾਤੀ ਉੱਥੇ ਇੱਕ ਬਜ਼ੁਰਗ ਮਾਤਾ ਹੈ ਉਹਦੇ ਤੋਂ ਪ੍ਰਸ਼ਾਦਾ ਵੀ ਪਕਵਾ ਕੇ ਲਿਆਇਆ ਸਾਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਵੀ ਛਕਾਇਆ ਉਹਨੇ ਸਾਹਿਬਜ਼ਾਦੇ ਅੰਦਰ ਰਹੇ ਸਾਰੀ ਰਾਤ ਬਾਹਰ ਬਹਿ ਕੇ ਸਮੇਂ ਦੀਆਂ ਸਰਕਾਰਾਂ ਨੂੰ ਕੋਸਦਾ ਰਿਹਾ ਸਾਰੀ ਰਾਤ ਬਾਹਰ ਬੈਠਾ ਰਿਹਾ ਖੂਹ ਵਿੱਚ ਸਵੇਰ ਹੋਈ ਮਾਤਾ ਜੀ ਆਖਣ ਲੱਗੇ ਵੀ ਭਾਈ ਵੇਖ ਕੇ ਆਖ ਹਾਂ ਬਾਹਰ ਕਿਤੇ ਕੋਈ ਗੁਰਸਿੱਖ ਮਿਲੇ ਕੋਈ ਸੂਹ ਮਿਲੇ ਮੇਰੇ ਸਾਹਿਬਜ਼ਾਦਾ ਗੋਬਿੰਦ ਸਿੰਘ ਮੇਰੇ ਲਾਲ ਜੀ ਕਿੱਧਰ ਗਏ ਮਾੜਾ ਮੋਟਾ ਪਤਾ ਕਰ ਅਸੀਂ ਖਾਲਸੇ ਨਾਲੋਂ ਵਿਛੜ ਗਏ ਹਾਂ ਦੁਬਾਰਾ ਖਾਲਸੇ ਨਾਲ ਮਿਲ ਸਕੀਏ ਕੁੰਮਾ ਮਾਸ਼ਕੀ ਲੱਭਦਾ ਫਿਰਦਾ ਹੈ ਲੱਭਦਿਆਂ ਇਹਨੂੰ ਫਿਰ ਗੰਗੂ ਮਿਲਿਆ ਗੰਗੂ ਆਨੰਦਪੁਰ ਸਾਹਿਬ ਗਿਆ ਸੀ ਜਾਣਦਾ ਸੀ ਕਈ ਇਤਿਹਾਸਕਾਰਾਂ ਨੇ ਰਸੋਈਆ ਲਿਖਿਆ ਪਰ ਕਈ ਕਹਿੰਦੇ ਨੇ ਨਹੀਂ ਸਾਹਿਬਜ਼ਾਦੇ ਦੋ ਮਸੰਦ ਸੀ ਖੇੜੀ ਪਿੰਡ ਦੇ ਸਹੇੜੀ ਕਹਿੰਦਾ ਜਿਹਨੂੰ ਖਾਲਸਾ ਇਸ ਪਿੰਡ ਦੇ ਦੋ ਮਸੰਦ ਗੁਰੂ ਗੋਬਿੰਦ ਸਿੰਘ ਦੇ ਸੇਵਾਦਾਰ ਸਨ ਇਹ ਉਹਨਾਂ ਦਾ ਨੌਕਰ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਮਸੰਦ ਸੀ ਉਹਨਾਂ ਦਾ ਰਸੋਈਆ ਸੀ ਨੌਕਰ ਸੀ ਆਨੰਦਪੁਰ ਸਾਹਿਬ ਨਹੀਂ ਜਾਂਦਾ ਰਿਹਾ ਇਹਨੂੰ ਪਤਾ ਸਾਰਾ ਸੀ ਉਹ ਮਿਲ ਪਿਆ ਅੱਗੇ ਕੁੰਮੇ ਮਾਸ਼ਕੀ ਨੇ ਸਾਰਾ ਹਾਲ ਦੱਸਿਆ ਗੰਗੂ ਜਦੋਂ ਮਾਤਾ ਜੀ ਦੇ ਕੋਲ ਆਇਆ ਮੱਥਾ ਟੇਕਿਆ ਮਾਤਾ ਜੀ ਚੱਲੋ ਮੇਰੇ ਨਾਲ ਮਾਤਾ ਜੀ ਤੁਰਨ ਲੱਗੇ ਕੁੰਮੇ ਮਾਸ਼ਕੀ ਨੂੰ ਨਾ ਮਾਤਾ ਜੀ ਨੇ ਮੋਹਰਾਂ ਵਾਲੀ ਥੈਲੀ ਵਿੱਚੋਂ ਪੰਜ ਮੋਹਰਾਂ ਕੱਢ ਕੇ ਦਿੱਤੀਆਂ ਦੋ ਉਸ ਬੀਬੀ ਨੂੰ ਮੋਹਰਾਂ ਕੱਢ ਕੇ ਦਿੱਤੀਆਂ ਜਿਹਨੇ ਪ੍ਰਸ਼ਾਦਾ ਛਕਾਇਆ ਸੀ ਕੁੰਮਾ ਮਾਸ਼ਕੀ ਆਖੇ ਮਾਤਾ ਜੀ ਮੈਂ ਪੈਸੇ ਨਹੀਂ ਲੈਣੇ ਮਾਤਾ ਜੀ ਕਹਿੰਦੇ ਨਹੀਂ ਆ ਤੂੰ ਸੇਵਾ ਕੀਤੀ ਹੈ ਦੋ ਮੋਹਰਾਂ ਉਹਨੂੰ ਦਿੱਤੀਆਂ ਚਲੋ ਜੀ ਗੰਗੂ ਆਪਣੇ ਨਾਲ ਲੈ ਤੁਰਿਆ ਉਹਨੇ ਮਾਇਆ ਵੇਖ ਲਈ ਵੀ ਮਾਤਾ ਜੀ ਕੋਲ ਮਾਇਆ ਹੈ ਪਹਿਲਾਂ ਤੇ ਥੋੜ੍ਹੀ ਜਿਹੀ ਸ਼ਰਧਾ ਬਣੀ ਸੀ ਪਰ ਜਦੋਂ ਪੈਸਾ ਵੇਖਿਆ ਅਸਲ ਵਿੱਚ ਸੀ ਚਿੱਤ ਨੂੰ ਹਾਰ ਬੈਠਾ ਵਿੱਚ ਛੱਟ ਦੇ ਵੇਖ ਕੇ ਮਾਲ ਗੰਗੂ ਤੀਰ ਪੁੱਤ ਸੀ ਭਾਵੇਂ ਬ੍ਰਾਹਮਣਾਂ ਦਾ ਐ ਪਰ ਨਿਕਲਿਆ ਬੜਾ ਚੰਡਾਲ ਗੰਗੂ ਚੰਡਾਲ ਬਣ ਗਿਆ ਚੇਤਾ ਰੱਖਿਓ ਕੁੱਤਾ ਵਫਾਦਾਰੀ ਕਰਦਾ ਹੈ ਸੇਵਾ ਕਰਦਾ ਹੈ ਗੁਰਬਾਣੀ ਵਿੱਚ ਕੁੱਤੇ ਦਾ ਪ੍ਰਮਾਣ ਹੈ ਕਈ ਜਗ੍ਹਾ ਵੀ ਕੁੱਤਾ ਵੀ ਇੱਕ ਸੇਵਾਦਾਰ ਹੈ ਸਵਾਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨੇਤਾ ਆਪਾਂ ਪੜ੍ਹਦੇ ਹਾਂ ਪਰ ਇੱਕ ਪਾਸੇ ਲਿਖਿਆ ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ ਲੋਭੀ ਜੰਤ ਨਾ ਜਾਣੀ ਭੱਖ ਅਭੱਖ ਸਭ ਖਾਏ
कुत्ता सेवा करता है, कुत्ता वफादार हुंदा है, पर जदों कुत्ता हलक जांदा है ना फिर घरदियां नूं ही वढदा है। लोभी जेड़ा ना लोभी ओए कुकर ते बनना है, वफादारी करनी है, सेवा करनी है, कुत्ता ते बन गुरु दे घर दा, मालक दे दर दा कुत्ता ते बन जा, पर हलका कुत्ता ना बनी जेड़ा मालक नूं ही वढण लग पवे। भला साडे च इदां है नहीं, जदों सेवादारी करदे करदे जिन्हां नूं लोभ दा हलक चढ़ गया है, कई कौम नाल गदारियां कर गए ने, कई कर रहे ने, बेईमान हो गए मन, कदों सेवादार सन गुरु घर दे कुकर सन, पर जदों वेखिया पैसा ते हलक गए। दोवें कुत्ते ने, एक वफादार है एक हलकिया होया, ते दोवां दे प्रमाण गुरबाणी विच दित्ते ने भाई। पर कुकर बन जा, इदां दा सेवादार बन। आपां कह दिंदे आ गुरु घर दे कुकर आ, पर कुकर वाली ड्यूटी नहीं करदे आपां। कुत्ते दी ड्यूटी की हुंदी भला? कुत्ते दा काम हुंदा है भौंकना, रौला पाना। कुत्ता भावें चोर दा गल ना फड़ सके पर रौला जरूर पांदा, चोर आ गया मालकां नूं ठांदा है, रौला पांदा चोर आ गया, मार भावें ना सके चोर नूं, लुटेरे नूं फड़ भावें कुत्ता ना सके, पर रौला पूरा पांदा है। जे गुरु घर दा कुकर है ना, मेरे वर्गा हरेक ही कह दिंदा है मैं असीं ते जी गुरु घर दे कुकर हाँ, फिर कुत्ते वाली ड्यूटी कीती है कदी? सारे पंथ नूं सन्ना लाण वाले चोर बथेरे ने, कदे उहनां चोरां दे बारे बोलिया? कदे कौम नूं जागरूक कीता है? कदे जगाया कौम नूं? जे कुकर है गुरु घर दा, खांदा है गुरु घर दा, कहिंदा मैं गुरु घर दा कुकर हाँ, ते कुत्ते वाली ड्यूटी कौन करेगा? कबीर कुकर राम को, मैं कुकर हां पर रब दे दर दा, सच्चे दा कुकर हाँ, ते ड्यूटी कौन करेगा? कुत्ते दी ड्यूटी खेड नहीं पई। जे पंथ दे कुकर हाँ, गुरु ग्रंथ दे कुकर हाँ, ते ये ड्यूटी करनी बड़ी औखी है। जेड़ा पंथ नूं पाड़ लाएगा तेनू बोलना पैना है, आखो सतनाम। हां जी, ये ड्यूटी छोटी नहीं, कहना ही सौखा है कुकर हाँ गुरु घर दा, फिर मारा भी झलनिया पैंदियां ने, फिर बड़ा कुछ हुंदा है। आ घर है पंथ, आ घर है, जेड़ा इस पंथ नूं उजाड़ेगा, जेड़ा इस नौजवानी वल वेखेगा, जेड़ा इन्हां दे केस कटाउण विच योगदान पाएगा, जेड़ा इन्हां नूं नचार बनाउण विच योगदान पाएगा, जेड़ा नशे विच योगदान पाएगा, उहदे विरुद्ध बोलना साडा फर्ज बनदा। आ साडा आ परिवार है, इह घर है, जे कुकर आ असीं इन्हां दे आ, आखो सतनाम। हां जी, आ जायदाद है गुरु गोबिंद सिंह दी, आ जायदाद, आ है कलगीधर दी जायदाद, आ दाड़ियां, आ केस, आ दस्तारा, ये गुरु गोबिंद सिंह दी जायदाद है। जेड़ा इनू खराब करेगा, भावें कोई गायक होवे, भावें वह पखंडी बाबा होवे, भावें कोई शराब पीना मस्त होवे, भावें कोई होवे, वह साडा कुछ नहीं लगता। असी गल भावें ना फड़ सकी उन्हां दे, पर उन्हां दे विरुद्ध बोलांगे जरूर। आवाज जरूर उठावांगे, आवाज उठावांगे, क्यों भला? ओए कुत्ता ते गुरु, कुत्ता ते मालक दे घर दीआं रोटियां ही खांदा है, असानू ते कपड़ा लीड़ा बहन लई गड्डियां भी इसे घर चों ही मिलियां, सब कुछ इत्थों मिलिया, आवाजा वजदा है इत्थों ही मिलिया, दस्तारा कपड़े सब कुछ गुरु करदा है सब कुछ। ते साडा फर्ज है जे कुकर आ ते फिर बन के रहो, ड्यूटी पूरी करो, कताही ना करो, अपने फर्ज नूं समझो। राती जागण भगत सदावण, राती जागण कुत्ते तेथों उत्ते, मालक दा दर कदे ना छड़ दे, भावें वजण जुत्ते तेथों उत्ते, रुखी मिसी खा के जा रूड़ी ते सुत्ते तेथों उत्ते, उठ बुलिया उठ नाम ध्याला, नहीं ते बाजी ले गए कुत्ते तेथों उत्ते। उहदे उत्ते हो गए ना फिर साडे, जे ड्यूटी पूरी ना कीती, कहना ही सौखा है गुरु घर दे कुकर आ, बनना बड़ा औखा है, ते कुत्ता बन जा हलक ना जाई।
ਹਲਕਿਆ ਕੁੱਤਾ ਫਿਰ ਮਾਲਕ ਨੂੰ ਹੀ ਵੱਢਣ ਲੱਗ ਪੈਂਦਾ ਹੈ। ਇੱਥੇ ਕੁੱਤੇ ਬੰਨਾ ਕੂਕਰ ਬੰਨਾ ਖੇਡ ਨਹੀਂ ਪਈ, ਹਲਕ ਬਹੁਤੇ ਗਏ ਨੇ, ਮਾਫ ਕਰਨਾ ਹਲਕ ਚੜ ਗਿਆ, ਹਲਕ ਪੱਖ ਅਪੱਖ ਸਭ ਖਾਏ, ਪੱਖ ਅਪੱਖ ਸਭ ਖਾਏ, ਹਲਕ ਚੜ ਗਿਆ। ਬਣੇ ਤੇ ਕੂਕਰ ਸੀ ਪਰ ਬਾਅਦ ਵਿੱਚ ਹਲਕ ਗਏ, ਘਰ ਦਾ ਪਾਲਿਆ ਹਲਕ ਜਾਂਦਾ ਹੈ, ਹਲਕ ਗਏ ਬੜੇ। ਬਚ ਜਾਓ ਹਲਕਿਆਂ ਕੁੱਤਿਆਂ ਤੋਂ, ਬਚ ਜਾਓ, ਬਚੋ। ਆਓ ਹੁਣ ਇਤਿਹਾਸ ਨੂੰ ਨਾਲ ਨਾਲ ਲੈਣਾ, ਸਮੇਂ ਦੇ ਹਾਲਾਤ ਦੀ ਥੋੜੀ ਗੱਲ ਕਰਨੀ ਪੈਂਦੀ। ਹਲਕ ਗਿਆ ਜੀ ਕੁੱਤਾ, ਵੇਖ ਕੇ ਮਾਲ ਪੈਸਾ ਬੇਈਮਾਨ ਹੋ ਗਿਆ, ਮਨ ਲੈ ਗਿਆ ਆਪਣੇ ਘਰ ਮਾਤਾ ਜੀ ਨੂੰ, ਮਾਤਾ ਗੁਜਰ ਕੌਰ ਜੀ ਨੂੰ, ਸਾਹਿਬਜ਼ਾਦਿਆਂ ਨੂੰ ਨਾਲ ਲੈ ਗਿਆ। ਆਪਣੀ ਮਾਂ ਨੂੰ ਕਹਿੰਦਾ, ਮਾਂ ਤੈਨੂੰ ਪਤਾ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਆਏ ਨੇ, ਇਹ ਨੇ ਕਿੰਨੇ ਸੋਹਣੇ, ਦਗ ਦਗ ਕਰਦੇ ਚਿਹਰੇ ਤੱਕ ਕੇ ਗੰਗੂਆ ਭੁੱਖ ਲੈਂਦੀ, ਇਹ ਮਾਂ ਹੈ ਉਹਨਾਂ ਦੀ। ਉਹ ਤੂੰ ਇਹ ਗੱਲਾਂ ਛੱਡ ਬੇਬੇ, ਪ੍ਰਸ਼ਾਦਾ ਬਣਾ, ਆਲੇ ਫੜ ਜ਼ਹਿਰ ਦੀ ਡਲੀ ਪਾ ਦੇ, ਖਾਣਗੇ ਮਰ ਜਾਣਗੇ। ਸੋਭੀ ਨਾਂ ਲਿਖਿਆ ਇਤਿਹਾਸ ਵਿੱਚ, ਜੋਗੀ ਜੀ ਨੇ ਲਿਖਿਆ। ਕੀ ਕਰਨਾ ਕਹਿੰਦਾ, ਪਾ ਦਿਓ ਕਹਿੰਦੇ ਜ਼ਹਿਰ, ਮਰ ਜਾਣਗੇ। ਮਾਂ ਨੂੰ ਆਖਿਆ, ਓਏ ਮੋਹਰਾ ਤੇ ਇਹ ਹੈ ਗੁਰੂ ਘਰ ਦਾ ਪੈਸਾ, ਮੋਹਰਾ ਹੁੰਦਾ ਜ਼ਹਿਰ, ਗੁਰੂ ਘਰ ਦਾ ਪੈਸਾ ਮੋਹਰਾ ਹੁੰਦਾ ਹੈ, ਜ਼ਹਿਰ ਹੁੰਦਾ ਹੈ। ਤੂੰ ਇਹਨਾਂ ਨੂੰ ਮੋਹਰਾ ਨਹੀਂ ਪਾਣ ਲੱਗਾ, ਮੋਹਰਾ ਤੇ ਤੂੰ ਖਾਏਗਾ। ਮਾਤਾ ਸਮਝਾਉਂਦੀ ਹੈ, ਆਖਿਆ ਸੋਭੀ ਨੇ ਇਹ ਮੋਹਰਾ ਨਾ ਖਾਵੀ, 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 ਆਖਿਆ ਸੋਭੀ ਨੇ ਇਹ ਮੋਹਰਾ ਨਾ ਬੋਲਿਆ ਕਰੋ ਇਹ ਮੋਹਰਾ ਨਾ ਖਾਵੀ ਆਖਿਆ ਸੋਭੀ ਨੇ ਤਰਲੇ ਮੈਂ ਕਰਦੀ ਵੇ ਤਰਲੇ ਮੈਂ ਕਰਦੀ ਫੁੱਲ ਨਾ ਅੱਗ ਵਿੱਚ ਪਾਵੀ ਤਰਲੇ ਮੈਂ ਕਰਦੀ ਫੁੱਲ ਨਾ ਅੱਗ ਵਿੱਚ ਪਾਵੀ ਤਰਲੇ ਮੈਂ ਕਰਦੀ ਵੇਖ ਵੇ ਗੰਗੂਆ ਕਿਵੇਂ ਲੇਟੇ ਨੇ ਨਾਲ ਕਿਵੇਂ ਆ ਥੱਕੇ, ਵੇਖ ਵੇ ਗੰਗੂਆ ਕਿਵੇਂ ਲੇਟੇ ਨੇ ਨਾਲ ਕਿਵੇਂ ਆ ਥੱਕੇ, ਵੇਖ ਵੇ ਗੰਗੂਆ ਕਿਵੇਂ ਲੇਟੇ ਨੇ ਆਵੇ। ਵੇਖਦੇ ਸਹੀ ਕਿਵੇਂ ਲੇਟੇ ਨੇ, ਵੇਖ ਵੇ ਗੰਗੂਆ ਕਿਵੇਂ ਲੇਟੇ ਨੇ ਨਾਲ ਕਿਵੇਂ ਆ ਥੱਕੇ, ਵੇਖ ਵੇ ਗੰਗੂਆ ਕਿਵੇਂ ਲੇਟੇ ਨੇ ਨਾਲ ਕਿਵੇਂ ਆ ਥੱਕੇ, ਵੇਖ ਵੇ ਗੰਗੂਆ ਕਿਵੇਂ ਲੇਟੇ ਨੇ ਨਾਲ ਕਿਵੇਂ ਆ ਥੱਕੇ। ਉਹ ਲੋਕੀ ਇਹਨਾਂ ਨੂੰ ਬਾਲਕ ਸਮਝਣ ਪਰ ਇਹ ਅਕਲ ਦੇ ਪੱਕੇ, ਲੋਕੀ ਇਹਨਾਂ ਨੂੰ ਸਮਝਣ ਪਰ ਇਹ ਅਕਲ ਦੇ ਪੱਕੇ। ਆਦਰ ਕਹਿੰਦੀ ਗੰਗੂ ਦੀ, ਵੇ ਮੈਂ ਚਾਹੁੰਦੀ ਆ ਅੱਖ ਨਿਕਲ ਜਾਏ ਜੋ ਇਹਨਾਂ ਵੱਲ ਤੱਕੇ, ਮੈਂ ਚਾਹੁੰਦੀ ਆ ਅੱਖ ਨਿਕਲ ਜਾਏ ਜੋ ਇਹਨਾਂ ਵੱਲ ਤੱਕੇ, ਮੈਂ ਚਾਹੁੰਦੀ ਆ ਅੱਖ ਨਿਕਲ ਜਾਏ ਜੋ ਇਹਨਾਂ ਵੱਲ ਤੱਕੇ। ਚੰਗਾ ਬਣਿਆ ਰੋ ਵੇ, ਚੰਗਾ ਬਣਿਆ ਰੋ, ਮੰਦੇ ਨਾਲੇ ਲਿਖਾਵੀ, ਚੰਗਾ ਬਣਿਆ ਰੋ
ਸੋਪੀ ਦੇ ਮੋਰਾ ਨਾਥਾ ਮੀਆ ਖਿਆ ਸੋਪੀ ਦੇ ਏ ਮੋਰਾ ਨਾਥਾ ਮੀਆ ਖਿਆ ਸੋਪੀ ਦੇ ਏ ਮੋਰਾ ਨਾਥਾ ਮੀਆ ਖਿਆ ਸੋਪੀ ਦੇ ਉਹਦੀ ਮਾਂ ਕਹਿੰਦੀ ਏ ਇਹ ਮੋਹਰਾ ਨਾ ਖਾਈ ਇਹ ਮੋਹਰਾ ਨੀ ਮੋਹਰਾ ਮੋਹਰਾ ਜ਼ਹਿਰ ਹੈ ਮੋਹਰਾ ਨੀ ਮੋਹਰਾ ਹੈ ਮੋਹਰਾ ਮਾਰ ਜਾਏਗਾ ਤੈਨੂੰ ਇਹ ਐਸਾ ਜ਼ਹਿਰ ਹੈ ਕੁੱਲਾਂ ਬਰਬਾਦ ਹੋ ਜਾਣਗੀਆਂ ਨਾ ਖਾਈ ਪਰ ਹਲਕਾ ਕੁੱਤਾ ਸਮਝ ਸਕਦਾ ਦੱਸੋ ਹਲਕੇ ਕੁੱਤੇ ਤੇ ਕੋਈ ਦਵਾਈ ਕੰਮ ਨਹੀਂ ਆਉਂਦੀ ਮਰਦਾ ਹੀ ਹੈ ਬਸ ਫਿਰ ਇੱਕ ਵਾਰੀ ਜਦੋਂ ਹਲਕ ਜਾਂਦਾ ਨਾ ਫਿਰ ਨਹੀਂ ਬਣਦਾ ਉਹਦਾ ਕੁਛ ਉਹ ਹਲਕ ਗਿਆ ਉਹ ਕਿੱਥੇ ਬਦਲਣਾ ਸੀ ਕਹਿੰਦਾ ਮਾਤਾ ਤੂੰ ਏਦਾਂ ਨਾ ਕਰ ਪਾਦੇ ਜ਼ਹਿਰ ਕਹਿੰਦੀ ਨਹੀਂ ਮੈਂ ਤੈਨੂੰ ਤਰੀਕਾ ਦੱਸ ਦਿੰਦੀ ਹਾਂ ਮਾਇਆ ਕੋਲ ਪਈ ਹੈ ਏਦਾਂ ਹੀ ਚੁੱਕ ਲੈ ਮਾਰਨਾ ਮਾਰਨਾ ਉਹ ਕਿਹੜਾ ਕੁਝ ਉਹਨਾਂ ਦੀ ਕੀ ਚੱਲਦੀ ਹੈ ਕੋਈ ਸ਼ਸਤਰ ਨਹੀਂ ਕੋਈ ਉਹਨਾਂ ਦੇ ਕੋਲ ਛਪਾਈ ਨਹੀਂ ਬੁੱਢੜੀ ਮਾਂ ਤੇ ਨਿੱਕੇ ਨਿੱਕੇ ਬੱਚੇ ਨੇ ਉਹਨਾਂ ਨੇ ਕੀ ਕਰ ਲੈਣਾ ਜਾਂ ਸੁੱਤੇ ਪਏ ਨੇ ਚੁੱਕ ਲੈ ਪਰ ਜ਼ਹਿਰ ਵਾਲੀ ਗੱਲ ਨਾ ਕਰ ਮਾਇਆ ਦੀ ਥੈਲੀ ਇਹਨੇ ਚੁੱਕੀ ਮਾਤਾ ਨੂੰ ਕਿੱਥੇ ਨੀਂਦਰ ਆਉਣੀ ਸੀ ਵੇਖ ਕੇ ਸਵੇਰੇ ਹੀ ਮਾਤਾ ਜੀ ਕਹਿੰਦੇ ਨੇ ਗੰਗੂਆ ਵੇ ਪੁੱਤਰ ਗੰਗਿਆ ਸਾਂਭ ਕੇ ਰੱਖ ਲਈ ਆ ਕਿਤੇ ਥੈਲੀ ਮਾਤਾ ਜੀ ਵੇ ਕਿਤੇ ਸਾਂਭੀ ਆ ਥੈਲੀ ਆਂਦਾ ਕਿਹੜੀ ਥੈਲੀ ਜਿਹੜੀ ਰਾਤ ਚੁੱਕ ਕੇ ਲੰਘਿਆ ਸੀ ਨਾਲੇ ਤੁਹਾਨੂੰ ਪਨਾਹ ਦਿੱਤੀ ਨਾਲੇ ਚੋਰ ਬਣਾਉਂਦੇ ਹੋ ਉੱਚੀ ਬੋਲਿਆ ਮੈਨੂੰ ਚੋਰ ਕਹਿੰਦੇ ਹੋ ਤੁਸੀਂ ਮੈਂ ਕੀ ਕਰਨੀ ਹੈ ਤੁਹਾਡੀ ਮਾਇਆ ਬੜਾ ਭੈੜਾ ਬੋਲਿਆ ਮਾਤਾ ਜੀ ਕਹਿੰਦੇ ਗੰਗੂ ਮੈਂ ਤੇ ਵੈਸੇ ਸੁਭਾਵਕ ਗੱਲ ਕੀਤੀ ਏ ਵੇ ਪੁੱਤਰਾ ਮਾਵਾਂ ਪੁੱਤਰਾਂ ਦਾ ਕਿਹੜਾ ਕੁਝ ਵੰਡਿਆ ਹੁੰਦਾ ਹੈ ਤੇਰੇ ਕੋਲ ਹੋਈ ਤੇ ਸਾਡੇ ਕੋਲ ਹੋਈ ਇੱਕੋ ਹੀ ਗੱਲ ਬਾਕੀ ਹੋਰ ਦੱਸ ਕਿੰਨੀ ਮਾਇਆ ਚਾਹੀਦੀ ਹੈ ਜਿੱਦਣ ਮਿਲਣਗੇ ਕਲਗੀਆਂ ਵਾਲੇ ਜਿੰਨੀ ਮਰਜ਼ੀ ਮੰਗ ਲਈ ਮੈਂ ਤੈਨੂੰ ਮਾਇਆ ਲੈ ਦਿਆਂਗੀ ਮੇਰੇ ਪੁੱਤਰ ਤੋਂ ਰੌਲਾ ਨਾ ਪਾ ਉਹ ਹੋਰ ਲਾਲਚੀ ਹੋ ਗਿਆ ਕਹਿੰਦਾ ਹੁਣ ਸਰਕਾਰ ਤੋਂ ਵੀ ਇਨਾਮ ਲੈ ਲਈਏ ਬਹਾਨਾ ਹੀ ਚਾਹੁੰਦਾ ਸੀ ਉੱਚੀ ਉੱਚੀ ਰੌਲਾ ਪਾਵੇ ਮੈਂ ਤੇ ਦੱਸਾਂਗਾ ਜਾ ਕੇ ਵੇ ਗੰਗੂਆ ਏਦਾਂ ਨਾ ਕਰ ਵੇ ਗੰਗੂਆ ਏਦਾਂ ਨਾ ਕਰ ਪਾਪ ਨਾ ਕਮਾ ਮਾਤਾ ਜੀ ਕਹਿੰਦੇ ਨੇ ਇਹ ਕਿਤੇ ਹੁਣ ਬਜ਼ੁਰਗ ਨੇ ਘਰਾਂ ਚ ਸਾਡੀਆਂ ਦਾਦੀਆਂ ਨੇ ਬਜ਼ੁਰਗ ਨੇ ਚਾਦ ਕਰਕੇ ਵੇਖੋ 80 ਸਾਲ ਦੀ ਉਮਰ ਹੈ ਜ਼ਰੂਰਤ ਸੀ ਫਿਰ ਵੀ ਨਿੱਕਿਆਂ ਨਿੱਕਿਆਂ ਨੂੰ ਲਈ ਫਿਰਦੇ ਨੇ ਚਿਹਰੇ ਤੇ ਝੁਰੜੀਆਂ ਪਈਆਂ ਹੋਈਆਂ ਨੇ ਕਈ ਮਹੀਨਿਆਂ ਦੇ ਭੁੱਖੇ ਨੇ ਵੇ ਗੰਗੂਆ ਏਦਾਂ ਨਾ ਕਰ ਵੇ ਉਹਨੇ ਤਰਸ ਨਹੀਂ ਕੀਤਾ ਮਾਤਾ ਜੀ ਕਹਿੰਦੇ ਨੇ ਨਾ ਏਦਾਂ ਕਰ ਰੌਲਾ ਪਾਉਣ ਲੱਗਾ ਮਾਤਾ ਕਹਿੰਦੇ ਨਾ ਕੀ ਲਏਗਾ ਫੜਾ ਕੇ ਆ ਲਾਈਨਾਂ ਬੜੀਆਂ ਪਿਆਰੀਆਂ ਨੇ ਵੇ ਗੰਗੂ ਬੇਦੋਸ਼ ਨੇ ਮਾਰੀਆਂ ਦੰਦਾਂ ਨੂੰ ਗੰਗੂ ਤੂੰ ਫੜਾ ਕੇ ਕੀ ਲੈਣਾ ਬੇਦੋਸ਼ ਨੇ ਮਾਰੀਆਂ ਦੰਦਾਂ ਨੂੰ ਗੰਗੂ ਤੂੰ ਫੜਾ ਕੇ ਕੀ ਲੈਣਾ ਅਜੇ ਗੋਦੀ ਨੂੰ ਤੂੰ ਬੁੱਢੜੀ
ਦਰਬਾਰ ਕੇ ਕੀ ਲੈਣਾ ਬੇਦੋਸ਼ ਨੇ ਮਾਰਿਆ ਦੰਦਾਂ ਨੂੰ ਗੰਗੂ ਤੂੰ ਫੜਾ ਕੇ ਕੀ ਲੈਣਾ ਸਿਆਣਾ ਬਣ ਗਿਆ ਵੇ ਤਰਸ ਕਰ ਲੈ ਇਦਾਂ ਨਾ ਕਰ ਪਰ ਲਾਲਚੀ ਹੋ ਗਿਆ ਲੋਭੀ ਹੋ ਗਿਆ ਬੇਈਮਾਨ ਹੋ ਗਿਆ ਕਿੱਥੇ ਸਮਝਦਾ ਪੰਜ ਸਾਲ ਅੱਠ ਮਹੀਨੇ ਦੀ ਉਮਰ ਹੈ ਬਾਬਾ ਫਤਿਹ ਸਿੰਘ ਪੰਜ ਸਾਲ ਦਾ ਬੱਚਾ ਜਿਹੜਾ ਵੀ ਤੁਹਾਡੇ ਘਰ ਚ ਭਰਾ ਭਤੀਜਾ ਹੋਵੇ ਕੋਈ ਭਰਾ ਹੋਵੇ ਪੁੱਤਰ ਹੋਵੇ ਨੋਟ ਕਰਕੇ ਵੇਖ ਲਓ ਵੀ ਪੰਜ ਸਾਲ ਦਾ ਬੱਚਾ ਕਿੱਡਾ ਹੁੰਦਾ ਪ੍ਰਚਲਿਤ ਭਾਵੇਂ ਸੱਤ ਤੇ ਨੌ ਸਾਲ ਹੈ ਪਰ ਛੇ ਦੇ ਪੂਰੇ ਨਹੀਂ ਹੋਏ ਸੀ ਬਾਬਾ ਫਤਿਹ ਸਿੰਘ ਛੇ ਸਾਲ ਦੇ ਪੂਰੇ ਨਹੀਂ ਸੀ ਹੋਏ ਫਰਵਰੀ 1699 ਦਾ ਜਨਮ ਹੈ ਆਗਮਨ ਹੈ ਜਦੋਂ ਖਾਲਸਾ ਸਾਜਿਆ ਸੀ ਦੋ ਮਹੀਨਿਆਂ ਦੇ ਸੀ ਬਾਬਾ ਫਤਿਹ ਸਿੰਘ ਸਿਰਫ ਦੋ ਮਹੀਨੇ 1704 ਫਿਰ ਹਿਸਾਬ ਲਾ ਲਓ ਇੰਨੇ ਹੀ ਬਣੇ ਪੰਜ ਸਾਲ ਅੱਠ ਮਹੀਨੇ ਪੰਜ ਸਾਲ ਦੀ ਉਮਰ ਵੇਖ ਲਓ ਕਿੱਡੀ ਕੁ ਹੁੰਦੀ ਹੈ ਕਿੱਡਾ ਕੁ ਹੁੰਦਾ ਨਿਆਣਾ ਤਰਸ ਕਰ ਵੇ ਵੇਖ ਆ ਗੋਦੀ ਖੇਡਣ ਨਾਲ ਆਇਆ ਜੇ ਇੱਦਾਂ ਨਾ ਕਰ ਮਾਤਾ ਜੀ ਕਹਿੰਦੇ ਰਹੇ ਰੁਕ ਜਾ ਪਰ ਨਹੀਂ ਅਗਲੀਆਂ ਲਾਈਨਾਂ ਵੇਖ ਇਹ ਕਲੀਆਂ ਤੋਂ ਵੱਧ ਕੌਮ ਨੂੰ ਪਰ ਜ਼ੁਲਮ ਸਾਹਮਣੇ ਡਟ ਜਾਣੇ ਐਵੇਂ ਗੁੱਸਾ ਜ਼ੋਰ ਵਿਖਾਮੀ ਨਾ ਇਹ ਝੁਕਣੇ ਨਹੀਂ ਇਹ ਘਟ ਜਾਣੇ ਐਵੇਂ ਗੁੱਸਾ ਜ਼ੋਰ ਵਿਖਾਮੀ ਨਾ ਇਹ ਝੁਕਣੇ ਨਹੀਂ ਇਹ ਘਟ ਜਾਣੇ ਤੂੰ ਹਾਰ ਜਾਣਾ ਇਹਨਾਂ ਜਿੱਤ ਜਾਣਾ ਹਾਰ ਜਾਣਾ ਇਹਨਾਂ ਜਿੱਤ ਜਾਣਾ ਛੱਡ ਤੂੰ ਅਜਮਾ ਕੇ ਕੀ ਲੈਣਾ ਬੇਦੋਸ਼ ਨੇ ਮਾਰਿਆ ਦੰਦਾਂ ਨੂੰ ਗੰਗੂ ਤੂੰ ਫੜਾ ਕੇ ਕੀ ਲੈਣਾ ਮਾਤਾ ਜੀ ਕਹਿੰਦੇ ਆ ਜਿੱਤ ਹੈ ਸਭ ਜਾਂਦਿਆਂ ਦੀ ਆ ਜਿੱਤ ਹੈ ਕਿੰਨੇ ਅੱਜ ਦੀਵਾਨ ਚੱਲਦੇ ਨੇ ਇੱਥੇ ਪੂਰੇ ਵਿਦੇਸ਼ਾਂ ਵਿੱਚ ਆ ਵੀਕਐਂਡ ਆ ਗਿਆ ਸ਼ਨੀਵਾਰ ਹੈ ਹਰ ਗੁਰਦੁਆਰੇ ਵਿੱਚ ਜਿੰਨੇ ਅਮਰੀਕਾ 'ਚ ਗੁਰਦੁਆਰੇ ਨੇ ਜਿੰਨੇ ਕੈਨੇਡਾ 'ਚ ਗੁਰਦੁਆਰੇ ਨੇ ਜਿੰਨੇ ਇੰਗਲੈਂਡ ਆਸਟ੍ਰੇਲੀਆ 'ਚ ਗੁਰਦੁਆਰੇ ਨੇ ਕੱਲ੍ਹ ਨੂੰ ਹਰ ਗੁਰਦੁਆਰੇ ਵਿੱਚ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਹੈ ਵਜੀਦੇ ਨੂੰ ਤੇ ਗੰਗੂ ਨੂੰ ਏਦਾਂ ਹੀ ਹਰੇਕ ਸਟੇਜ 'ਤੇ ਲਾਂਘਤਾਂ ਪੈਣਗੀਆਂ ਇੱਥੇ ਗਿਣ ਲਏਗਾ ਕੋਈ ਸੰਗਤ ਸਭਾ ਉੱਤੇ ਕਿੰਨੀ ਸੰਗਤ ਆਈ ਹੈ ਅਸੀਂ ਗਿਣਤੀ ਨਹੀਂ ਕਰ ਸਕਦੇ ਇੱਥੇ ਆਉਣ ਵਾਲੇ ਵਹੀਕਲ ਨਹੀਂ ਗਿਣ ਸਕਦਾ ਕੋਈ ਇਹ ਜਿੱਤ ਹੈ ਸਵੇਰੇ ਨਗਰ ਕੀਰਤਨ ਜਾਏਗਾ ਬਿਲਕੁਲ ਆਪਾਂ ਨਾਲ ਬੈਠੇ ਹਾਂ ਮੈਂ ਕੱਲ੍ਹ ਵੀ ਕਿਹਾ ਸੀ ਨਾ ਆਪਾਂ ਜਿੱਥੇ ਆਪਣਾ ਪੰਡਾਲ ਹੈ ਆਹ ਸੱਜੇ ਹੱਥ ਉਹ ਜਗ੍ਹਾ ਹੈ ਜਿੱਥੇ ਉਹ ਚਿਣੇ ਵੀ ਗਏ ਨੇ ਤੇ ਉਹ ਬੁਰਜ ਵੀ ਆਪਣੀ ਇੱਥੋਂ ਦੇ ਬੋਲਦਿਆਂ ਦੀ ਆਵਾਜ਼ ਉੱਥੇ ਸੁਣਦੀ ਹੈ ਇਹੋ ਧਰਤੀ ਇਹੋ ਜਗ੍ਹਾ ਹੈ ਇਸ ਧਰਤੀ ਤੇ ਆਉਂਦੇ ਹਾਂ ਵੇਖੋ ਮਾਤਾ ਜੀ ਕਹਿੰਦੇ ਆ ਲਾਸਟ ਇੱਕ ਗੱਲ ਸੁਣ ਲਓ ਕਿਉਂ ਬਦਲੇ ਖੋਟੀਆਂ ਮੋਰਾਂ ਦੇ ਅਣਮੁੱਲੇ ਲਾਲ ਗਵਾਨਾਏ ਕਿਉਂ ਬਦਲੇ ਖੋਟੀਆਂ ਮੋਰਾਂ ਦੇ ਅਣਮੁੱਲੇ ਲਾਲ ਗਵਾਨਾਏ ਆਈ ਨਾ ਰੁੱਤ ਜਵਾਨੀ ਦੀ ਕਿਉਂ
ਨਾ ਮੌਤ ਵਿਆਨਾਏ ਆਈ ਨਾ ਰੁੱਤ ਜਵਾਨੀ ਦੀ ਕੇ ਪਹਿਲਾ ਮੌਤ ਵਿਆਨਾਏ ਮੱਥੇ ਤੇ ਲੂਣ ਹਰਾਮੀ ਦਾ ਮੱਥੇ ਤੇ ਲੂਣ ਹਰਾਮੀ ਦਾ ਤੂੰ ਤਾਗ ਲਵਾ ਕੇ ਕੀ ਲੈਣਾ ਬੇਦੋਸ਼ ਨੇ ਮਾਣਿਆ ਜਿੰਦਾ ਨੂੰ ਗੰਗੂ ਤੂੰ ਫੜਾ ਕੇ ਕੀ ਲੈਣਾ ਐਸਾ ਦਾਗ ਲੱਗ ਜਾਣਾ ਜਿਹੜਾ ਧੋਤਾ ਨਹੀਂ ਜਾਣਾ ਤੇਰਾ ਹੱਸਣਾ ਤੇ ਵੱਖ ਤੇ ਥੋਂ ਰੋਇਆ ਵੀ ਨਹੀਂ ਜਾਣਾ ਤੇਰਾ ਹੱਸਣਾ ਤੇ ਵੱਖ ਤੇ ਥੋਂ ਰੋਇਆ ਵੀ ਨਹੀਂ ਜਾਣਾ ਜਿੰਦਾ ਰਹਿਣਾ ਤੇ ਵੱਖ ਤੇ ਥੋਂ ਮੋਇਆ ਵੀ ਨਹੀਂ ਜਾਣਾ ਆਹ ਕੰਮ ਨਾ ਕਰ ਬੈਠੀ ਵੇਖੀ ਕਿਤੇ ਪਰ ਮੱਤ ਤੇ ਪੜਦਾ ਪਿਆ ਹੋਇਆ ਅੰਨਾ ਹੋ ਗਿਆ ਪਾਗਲ ਹੋ ਗਿਆ ਨਹੀਂ ਸਮਝਿਆ ਜਾ ਕੇ ਸ਼ਿਕਾਇਤ ਕਰ ਦਿੱਤੀ ਚੌਧਰੀ ਬੁਲਾਇਆ ਪਿੰਡ ਦਾ ਆ ਸਾਹਿਬਜ਼ਾਦੇ ਨੇ ਮੈਂ ਚੱਲਿਆ ਮਰਿੰਡੇ ਧਿਆਨ ਰੱਖੀ ਨਿਕਲ ਨਾ ਜਾਣ ਚੌਧਰੀ ਦੇ ਨਾਲ ਆਏ ਦੋ ਤਿੰਨ ਬੰਦੇ ਸਾਹਿਬਜ਼ਾਦਿਆਂ ਦੇ ਨਾਲ ਬਹਿ ਗਏ ਬਿਲਕੁਲ ਨਾਲ ਘੁੱਟੇ ਜਾ ਰਹੇ ਨੇ ਜਿਵੇਂ ਆਪਾਂ ਕਹਿੰਦੇ ਵੀ ਬੰਦਾ ਪਚੀੜਿਆ ਜਾਂਦਾ ਰਸ਼ ਜਿੱਦਾਂ ਆਪਾਂ ਵੇਖਦੇ ਇੱਕ ਉੱਧਰ ਬਹਿ ਗਿਆ ਇੱਦਾਂ ਘੁੱਟੇ ਜਾ ਰਹੇ ਨੇ ਵਿੱਚ ਬੈਠੇ ਬਾਬਾ ਫਤਿਹ ਸਿੰਘ ਕਹਿੰਦੇ ਨੇ ਦਾਦੀ ਜੀ ਇਹ ਕਿਉਂ ਸਾਨੂੰ ਇੱਦਾਂ ਇੱਦਾਂ ਕਿਉਂ ਕਰਦੇ ਨੇ ਕੋਲ ਹੀ ਬਹਿ ਗਏ ਨੇ ਸਾਡੇ ਇਹ ਕਿਉਂ ਬੈਠੇ ਨੇ ਕੋਲ ਇਹ ਹੁਣ ਆਪਾਂ ਨੂੰ ਕਿੱਥੇ ਲੈ ਕੇ ਜਾਣਗੇ ਇਹ ਹੁਣ ਕੀ ਹੋਣ ਲੱਗਾ ਹੈ ਉਸ ਵੇਲੇ ਮਾਤਾ ਗੁਜਰ ਕੌਰ ਜੀ ਆਖਣ ਲੱਗੇ ਬਚਿਓ ਹੁਣ ਉੱਥੇ ਜਾਵਾਂਗੇ ਜਿੱਥੇ ਬਹੁਤ ਕਰੜੇ ਪਰਚੇ ਤੁਹਾਡੇ ਤੇ ਪੈਣੇ ਅੱਜ ਤੱਕ ਕੀ ਪੜ੍ਹਿਆ ਹੈ ਜੋ ਪੜ੍ਹਾਇਆ ਜੋ ਸਿਖਾਇਆ ਹੈ ਉਹਦਾ ਇਮਤਿਹਾਨ ਹੋਣਾ ਹੈ ਪਰਚੇ ਪੈਣੇ ਤੁਹਾਨੂੰ ਪਤਾ ਫਿਰ ਮਰਿੰਡੇ ਦੇ ਥਾਣੇਦਾਰ ਕਹਿ ਲਓ ਜ਼ਿੰਮੇਵਾਰ ਕਹਿ ਲਓ ਉਸ ਵੇਲੇ ਦੇ ਅਹਿਲਕਾਰ ਜਾਨੀ ਖਾਂ ਮਾਨੀ ਖਾਂ ਆ ਗਏ ਨਵਾਬ ਉਸ ਵੇਲੇ ਦੇ ਹਲਕਾਰੇ ਨੇ ਲੈ ਗਏ ਆ ਕੇ ਸਹੇੜੀ ਤੋਂ ਮਰਿੰਡੇ ਲਿਆਂਦਾ ਥਾਣੇ ਵਿੱਚ ਹੁਣ ਆਪਾਂ ਜੇ ਸਫ਼ਰ ਕਰੀਏ ਸਹੇੜੀ ਤੋਂ ਮਰਿੰਡਾ ਤੇ ਮਰਿੰਡੇ ਤੋਂ ਸਰਹੰਦ ਫਤਿਹਗੜ੍ਹ ਸਾਹਿਬ ਦੂਨਾ ਸਿੰਘ ਹੋਣਾ ਨੇ ਲਿਖਿਆ ਇਤਿਹਾਸ ਆਲਮ ਸਿੰਘ ਹੋਣਾ ਨੇ ਉਹਨਾਂ ਵੇਲਿਆਂ ਦੇ ਸਮਕਾਲੀ ਬੀਬੀ ਲਛਮੀ ਉਹਨਾਂ ਦੇ ਪਰਿਵਾਰ ਵਿੱਚੋਂ ਕੁੱਲ ਵਿੱਚੋਂ ਜਿਨ੍ਹਾਂ ਨੇ ਅੱਖੀਂ ਵੇਖਿਆ ਲਿਖਿਆ ਉਸ ਵੇਲੇ ਦੇ ਸਨ ਜਿਹੜੇ ਇਤਿਹਾਸਕਾਰਾਂ ਨੇ ਲਿਖਿਆ ਰਥਾਂ ਤੇ ਵਹਾ ਕੇ ਲੈ ਕੇ ਆਏ ਪਰ ਨਵੀਆਂ ਖੋਜਾਂ ਹੋ ਰਹੀਆਂ ਨੇ ਰਥਾਂ ਤੇ ਨਹੀਂ ਉਸ ਵੇਲੇ ਵਿੱਚ ਉਹਨਾਂ ਨੇ ਲਿਖਿਆ ਕਿ ਮਾਤਾ ਗੁਜਰ ਕੌਰ ਜੀ ਨੂੰ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਜੀ ਦੇ ਚਿਹਰੇ ਉੱਤੇ ਮਰਚਾਂ ਵਾਲਾ ਜਿਸ ਤਰ੍ਹਾਂ ਆਪਾਂ ਬੋਰਾ ਕਹਿ ਦਿਓ ਜਿਵੇਂ ਫਾਂਸੀ ਚਾੜਨ ਵੇਲੇ ਮੂੰਹ ਬੰਦ ਕਰ ਲੈਂਦੇ ਨੇ ਨਾ ਇਹ ਤਸੀਹੇ ਸਿਰਫ ਇੱਥੇ ਆ ਕੇ ਨਹੀਂ ਦਿੱਤੇ ਗਏ ਇਹ ਚਾਹੁੰਦੇ ਨੇ ਉਸ ਵੇਲੇ ਦੇ ਦਰੋਗੇ ਉਸ ਵੇਲੇ ਦੇ ਥਾਣੇਦਾਰ ਨੇ ਜਿਹੜੇ ਉਹ ਚਾਹੁੰਦੇ ਨੇ ਕਿ ਸੂਬੇ ਦੇ ਕਚਹਿਰੀ 'ਚ ਜਾਣ ਤੋਂ ਪਹਿਲਾਂ ਪਹਿਲਾਂ ਜੇ ਅਸੀਂ ਇਹਨਾਂ ਨੂੰ ਮਨਾ ਲਵਾਂਗੇ ਸਾਨੂੰ ਇਨਾਮ ਮਿਲਣਗੇ ਪਹਿਲਾਂ ਪਹਿਲਾਂ ਹੀ ਇਹਨਾਂ ਨੂੰ ਮਨਾ ਲਓ ਹੁਣ ਸੂਬਾ ਕੌਣ ਹੈ ਸੂਬੇਦਾਰ ਹੈ ਸੂਬੇਦਾਰ ਦਾ ਮਤਲਬ ਹੈ ਇੱਕ ਸੂਬੇ ਦਾ ਮਾਲਕ ਜਿਵੇਂ ਹੁਣ ਆਪਾਂ ਪੰਜਾਬ ਸੂਬਾ ਹਰਿਆਣਾ ਸੂਬਾ ਇਸ ਸੂਬੇ ਦਾ ਸੂਬੇਦਾਰ ਕੌਣ ਹੈ ਜਿਹੜਾ ਸਾਡਾ ਚੀਫ ਮਿਨਿਸਟਰ ਮੁੱਖ ਮੰਤਰੀ ਹਰਿਆਣੇ ਦਾ ਮੁੱਖ ਮੰਤਰੀ ਸੂਬੇਦਾਰ ਹੈ ਅੱਜ ਦੀ ਭਾਸ਼ਾ 'ਚ ਕਹਿ ਲਓ ਚੀਫ ਮਿਨਿਸਟਰ ਛੋਟਾ ਉਹਦਾ ਨਹੀਂ ਸੂਬੇਦਾਰ ਦਾ ਸੂਬੇਦਾਰ ਤੋਂ ਤੱਕ ਜਾਣ ਤੋਂ ਪਹਿਲਾਂ ਪਹਿਲਾਂ ਹੀ ਜੇ ਇਹਨਾਂ ਨੂੰ ਮਨਾ ਲਿਆ ਜਾਵੇ ਪੈਰਾਂ ਨੂੰ ਵੀ
ਬੇੜੀਆਂ ਵਰਗੀਆਂ ਛੋਟੀਆਂ ਛੋਟੀਆਂ ਬੇੜੀਆਂ ਹੱਥਾਂ ਨੂੰ ਹੱਥ ਕੜੀਆਂ ਮਾਤਾ ਜੀ ਦੇ ਮੂੰਹ ਉੱਤੇ ਇਤਿਹਾਸਕਾਰਾਂ ਨੇ ਲਿਖਿਆ ਜੋ ਲਿਖਿਆ ਰਥਾਂ ਤੇ ਨਹੀਂ ਗੱਡਿਆਂ ਤੇ ਨਹੀਂ ਅੱਜ ਤੱਕ ਇਹੀ ਪੜ੍ਹਦੇ ਸੁਣਦੇ ਆਏ ਆ ਗੱਡਿਆਂ ਤੇ ਨਹੀਂ ਕਹਿੰਦੇ ਮਾਤਾ ਜੀ ਦੇ ਮੂੰਹ ਦੇ ਉੱਤੇ ਕੱਪੜਾ ਬੰਨ ਦਿੱਤਾ ਮਰਚਾਂ ਵਾਲਾ ਹੱਥ ਇੰਨਾ ਬੰਨ ਦਿੱਤੇ ਤੋੜ ਕੇ ਲੈ ਕੇ ਗਏ ਤੇ ਸਾਹਿਬਜ਼ਾਦਿਆਂ ਨੂੰ ਜਿਵੇਂ ਖੁਰਜੀਆਂ ਵਿੱਚ ਆਪਾਂ ਪਾ ਲੈਂਦੇ ਨਾ ਖੱਚਰਾਂ ਦੇ ਵਿੱਚ ਲੋਕੀ ਸਮਾਨ ਢੋਂਦੇ ਨੇ ਖੱਚਰਾਂ ਦੇ ਵਿੱਚ ਜੇ ਤੁਸੀਂ ਵੇਖੋਗੇ ਖੱਚਰ ਹੁੰਦੀ ਹੈ ਉਹਦੇ ਤੇ ਜਦੋਂ ਸਮਾਨ ਢੋਇਆ ਜਾਂਦਾ ਨਾ ਤੇ ਉਹਦੇ ਦੋਵੇਂ ਪਾਸੇ ਖੁਰਜੀਆਂ ਬਣੀਆਂ ਹੁੰਦੀਆਂ ਨੇ ਖੁਰਜੀਆਂ ਦੇ ਉਹ ਜਿਹੜਾ ਕੱਪੜਾ ਬੰਨਿਆ ਹੁੰਦਾ ਜਿਵੇਂ ਬੋਰੀਆਂ ਦਾ ਬਣਾ ਕੇ ਬੰਨਦੇ ਨੇ ਉਹਦੇ ਵਿੱਚ ਸਮਾਨ ਤੁੰਨਿਆ ਹੁੰਦਾ ਹੈ ਇੱਕ ਹੁੰਦਾ ਸਮਾਨ ਪਾਉਣਾ ਉਹਦੇ ਵਿੱਚ ਸਮਾਨ ਤੁੰਨਿਆ ਜਾਂਦਾ ਦੋਵੇਂ ਪਾਸੇ ਤੁਸੀਂ ਵੇਖੋ ਕਦੇ ਖੱਚਰਾਂ ਜਾਂਦੀਆਂ ਲੋਕੀ ਗਧਿਆਂ ਤੇ ਸਮਾਨ ਖੱਚਰਾਂ ਤੇ ਲੱਦਿਆ ਹੁੰਦਾ ਉਹ ਖੁਰਜੀਆਂ ਵਿੱਚ ਪਾਇਆ ਹੋਇਆ ਹੁੰਦਾ ਹੈ ਕਹਿੰਦੇ ਦੋਵੇਂ ਸਾਹਿਬਜ਼ਾਦਿਆਂ ਨੂੰ ਉਸ ਵੇਲੇ ਖੁਰਜੀਆਂ ਵਿੱਚ ਪਾਇਆ ਗਿਆ ਬੰਨ ਕੇ ਆਰਾਮ ਨਾਲ ਇਦਾਂ ਬਿਠਾ ਕੇ ਨਹੀਂ ਲੈ ਕੇ ਆਏ ਬੰਨ ਕੇ ਲੈ ਕੇ ਆਏ ਵਿੱਚ ਖੁਰਜੀਆਂ ਚ ਪਾ ਕੇ ਤੁੰਨ ਕੇ ਤੇ ਉਹਨਾਂ ਨੇ ਲਿਖਿਆ ਇਦਾਂ ਹੱਥ ਬੰਨ ਕੇ ਨਾ ਮਾਤਾ ਦੇ ਰੱਸਾ ਹੱਥਾਂ ਨਾਲ ਪਾ ਕੇ ਭਜਾ ਕੇ ਲੈ ਕੇ ਆਏ ਇਦਾਂ ਮਿਲਿਆ ਧੰਨ ਗੁਰੂ ਗੋਬਿੰਦ ਸਿੰਘ ਦੀ ਮਾਂ ਨੂੰ ਕਲਗੀਧਰ ਸੱਚੇ ਪਾਤਸ਼ਾਹ ਦੀ ਮਾਤਾ ਨੂੰ ਇਹ ਕਦੋਂ ਦਾ ਆਨੰਦਪੁਰ ਇਹ ਏਮਨਾਬਾਦ ਦਾ ਚੱਲਿਆ ਬਾਬੇ ਕਾ ਬਾਬਰ ਕਾ ਰੌਲਾ ਇਹ ਗੁਰਬਾਣੀ ਦਾ ਸੱਚ ਉਹਨਾਂ ਤੋਂ ਬਰਦਾਸ਼ਤ ਨਹੀਂ ਸੀ ਹੁੰਦਾ ਗੁਰੂ ਨਾਨਕ ਸਾਹਿਬ ਤੋਂ ਤੁਰਿਆ ਹੁੰਦਾ ਸੀ ਕਦੇ ਇਹਨਾਂ ਨੇ ਤਵੀਆਂ ਲਿਆਂਦੀਆਂ ਕਦੇ ਦੇਗਾਂ ਚ ਭਾਇਆ ਕਦੇ ਚਾਂਦਨੀ ਚੌਂਕ ਵਿੱਚ ਸੀਸ ਧੜ ਤੋਂ ਜੁਦਾ ਕੀਤਾ ਇਹ ਸੱਚ ਦੀ ਆਵਾਜ਼ ਇਹ ਸਿਧਾਂਤ ਬੜੇ ਔਖੇ ਨੇ ਤੇ ਪਤਾ ਕਲਗੀਧਰ ਜੀ ਨੂੰ ਵੀ ਸੀ ਜੋ ਕੰਮ ਕਰ ਰਹੇ ਆ ਇਹ ਨਤੀਜੇ ਇਦਾਂ ਦੇ ਹੋਣਗੇ ਪਰ ਉਹ ਕਹਿੰਦੇ ਸੱਚ ਤੇ ਅੜਨਾ ਚਾਹੀਦਾ ਹੈ ਸੱਚ ਬੋਲਣਾ ਚਾਹੀਦਾ ਹੈ ਜ਼ਿੰਦਗੀ ਦੇ ਵਿੱਚ ਸੱਚ ਪੱਲੇ ਬੰਨਣਾ ਚਾਹੀਦਾ ਹੈ ਤੇ ਵੇਖਿਓ ਮੁਰਿੰਡੇ ਲਿਆਏ ਇੱਥੇ ਵੀ ਉਹਨਾਂ ਨੇ ਤਸ਼ੱਦਦ ਕੀਤਾ ਹੈ ਵੀ ਇੱਥੇ ਹੀ ਮਨਾ ਲਓ ਨਹੀਂ ਮੰਨੇ ਫੇਰ ਲੈ ਕੇ ਆਏ ਸਰਹੰਦ ਦੀ ਧਰਤੀ ਸਾਹਿਬਜ਼ਾਦੇ ਸਰਹੰਦ ਦਸ ਪੋਹ ਨੂੰ ਪਹੁੰਚਦੇ ਨੇ ਜਿਸ ਧਰਤੀ ਤੇ ਆਪਾਂ ਬੈਠੇ ਪਤਾ ਨਹੀਂ ਉਦੋਂ ਕਿਹੜਾ ਰਾਹ ਹੋਣਾ ਹੈ ਹੁਣ ਤੇ ਰਾਹ ਸਾਹਮਣੇ ਲੰਘਦਾ ਹੈ ਪਤਾ ਨਹੀਂ ਉਦੋਂ ਹੋ ਸਕਦਾ ਇੱਥੋਂ ਹੀ ਲੰਘੇ ਹੋਣ ਕਿਸ ਜਗ੍ਹਾ ਤੋਂ ਇੱਥੇ ਪਹੁੰਚੇ ਸੀ ਉਦੋਂ ਦਰਵਾਜ਼ਾ ਕਿਹੜੇ ਪਾਸੇ ਸੀ ਇਹ ਤੇ ਨਹੀਂ ਪਤਾ ਪਰ ਆ ਧਰਤੀ ਹੈ ਆਪਣੇ ਨੇੜੇ ਸੂਬੇਦਾਰ ਅੱਕਿਆ ਥੱਕਿਆ ਆਇਆ ਕਈ ਮਹੀਨਿਆਂ ਦਾ ਘੇਰਾ ਪਿਆ ਰਿਹਾ ਗੁਰੂ ਗੋਬਿੰਦ ਸਿੰਘ ਫਿਰ ਵੀ ਤਾੜੀ ਮਾਰ ਕੇ ਨਿਕਲ ਗਏ ਮੈਂ ਕੁਝ ਵਿਗਾੜ ਨਾ ਸਕਿਆ ਉਹਨਾਂ ਦਾ ਬੜਾ ਦੁਖੀ ਹੋ ਕੇ ਆਇਆ ਇਹਨੂੰ ਆਉਂਦੇ ਨੂੰ ਖਬਰ ਦਿੱਤੀ ਜਾਨੀ ਖਾਂ ਮਾਨੀ ਖਾਂ ਨੇ ਇੱਕ ਖੁਸ਼ਖਬਰੀ ਹੈ ਉਹ ਕਹਿੰਦਾ ਬੜੀ ਜਾਨ ਔਖੀ ਹੈ ਖੁਸ਼ਖਬਰੀ ਕਾਹਦੀ ਏ ਇੰਨੀਆਂ ਫੌਜਾਂ ਲੈ ਕੇ ਗਏ ਇੰਨੇ ਬੰਦੇ ਮਰਵਾ ਲਏ ਪਰ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਫੜ ਨਾ ਸਕੇ ਕਾਹਦੀਆਂ ਖੁਸ਼ਖਬਰੀਆਂ ਕਹਿੰਦੇ ਜੀ ਖੁਸ਼ਖਬਰੀ ਏ ਅਖੇ ਕਾਹਦੀ ਗੁਰੂ ਗੋਬਿੰਦ ਸਿੰਘ ਦੀ ਮਾਤਾ ਤੇ ਸਾਹਿਬਜ਼ਾਦੇ ਗ੍ਰਿਫਤਾਰ ਕਰਕੇ ਲਿਆਂਦੇ ਨੇ ਜਦੋਂ ਇੰਨੀ ਗੱਲ ਸੁਣੀ ਖੁਸ਼ ਹੋ ਗਿਆ ਕਹਿੰਦਾ ਹੁਣ ਲੱਗੇਗਾ ਪਤਾ ਗੁਰੂ ਗੋਬਿੰਦ ਸਿੰਘ ਕਿਵੇਂ ਭੱਜਿਆ ਆਏਗਾ ਆਪਣੇ ਆਪ ਆ ਸਾਹਿਬਜ਼ਾਦੇ ਮੇਰੇ ਕੋਲ ਨੇ ਮਾਂ ਮੇਰੇ ਕੋਲ ਹੈ ਆਪੇ ਆਏਗਾ ਭੱਜ ਇਦਾਂ ਦੇ ਲਫ਼ਜ਼ ਬੋਲਦਾ ਹੈ ਓਏ ਉਹਨੂੰ ਇਹ ਨਹੀਂ ਪਤਾ ਤੂੰ ਕਿਹੜੇ ਮੋਹ ਦੀਆਂ ਗੱਲਾਂ ਕਰਨਾ ਹੈ ਉਹ ਤੇ ਲਾਸ਼ਾਂ ਤੇ ਕੱਪੜਾ ਪਾ ਕੇ ਨਹੀਂ ਲੰਘਿਆ ਕੋਲੋਂ ਹੀ ਲੰਘ ਗਏ ਸੱਚੇ ਪਾਤਸ਼ਾਹ ਸਾਡੇ ਉਹ ਮੋਹ ਤਨ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਕਿਹੜੇ ਮੋਹ ਦੀਆਂ ਗੱਲਾਂ ਕਰਨਾ ਹੈ ਉਹ ਸੱਚੇ ਪਾਤਸ਼ਾਹ ਕਹਿੰਦੇ ਆਉਣਗੇ ਭੱਜੇ ਹੁਣ ਵੀ ਇਦਾਂ ਹੁੰਦਾ ਨਾ ਕੋਈ ਬੰਦਾ ਬਾਹਰ ਨਿਕਲ ਜਾਏ ਨਾ ਅਗਲਾ ਕਹਿੰਦਾ ਪਰਿਵਾਰ ਚੁੱਕ ਲਓ ਮਾਂ ਨੂੰ ਚੁੱਕ ਲਓ ਬੱਚਾ ਆਪੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦੇਗਾ ਬੱਚਿਆਂ ਨੂੰ ਚੁੱਕ ਲਓ ਘਰ ਵਾਲੀ ਨੂੰ ਚੁੱਕ ਲਓ ਇਦਾਂ ਹੀ ਹੁੰਦਾ ਹੈ ਮਾਂ ਆ ਗਈ ਕਹਿੰਦੇ ਆਪੇ ਭੱਜਿਆ ਆਉਣਾ ਸਾਹਿਬਜ਼ਾਦੇ ਆ ਗਏ ਪਰ ਇਹ ਨਹੀਂ ਪਤਾ ਉਹ ਕਲਗੀਆਂ ਵਾਲਾ ਸੱਚਾ ਪਾਤਸ਼ਾਹ ਹੈ ਗੁਰੂ ਤੇਗ ਬਹਾਦਰ ਦਾ ਲਖ ਤੇ ਜਿਗਰ ਹੈ ਉਹ ਸਾਡੇ ਸੱਚੇ ਪਾਤਸ਼ਾਹ
ਜਿਵੇਂ ਆਪਾਂ ਕੱਲ ਵੀ ਅਰਜ਼ ਕੀਤੀ ਸੀ ਮੇਰੇ ਬਾਜਾਂ ਵਾਲੇ ਸ਼ਹਿਨਸ਼ਾਹ ਤੂੰ ਜੋਤ ਅਗੰਮੀ ਤੂੰ ਛੱਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਉਹ ਮਾਂ ਅਜੇ ਨਾ ਜੰਮੀ ਬੜਾ ਖੁਸ਼ ਹੋਇਆ ਕਿੱਥੇ ਰੱਖੀਏ ਜੀ ਕਹਿੰਦਾ ਇਹਨਾਂ ਨੂੰ ਰਾਤ ਕਿੱਥੇ ਰੱਖਣਾ ਕਹਿੰਦਾ ਠੰਡੇ ਬੁਰਜ 'ਚ ਬੰਦ ਕਰ ਦਿਓ ਠੰਡਾ ਬੁਰਜ ਹੁਣ ਉਹਦਾ ਨਕਸ਼ਾ ਬਦਲ ਗਿਆ ਠੰਡੇ ਬੁਰਜ ਦਾ ਇਹ ਠੰਡਾ ਬੁਰਜ ਉੱਚਾ ਹੈ ਉਸ ਵੇਲੇ ਇੱਥੇ ਨਦੀ ਵਗਦੀ ਹੈ ਨਦੀ ਦੇ ਪਾਣੀ ਨੂੰ ਘੇਰਿਆ ਜਾਂਦਾ ਹੈ ਇੱਕ ਥਾਂ ਤੇ ਇਕੱਠਾ ਕੀਤਾ ਜਾਂਦਾ ਹੈ ਹਵਾ ਪਾਣੀ ਤੋਂ ਹੋ ਕੇ ਸਿੱਧੀ ਜਾਏ ਤੇ ਗਰਮੀ ਦੇ ਮਹੀਨੇ ਵਿੱਚ ਵੀ ਠੰਡ ਲੱਗੇ ਕੋਈ ਤਾਕੀ ਨਹੀਂ ਕੋਈ ਦਰਵਾਜ਼ਾ ਨਹੀਂ ਖੁੱਲ੍ਹਾ ਹੈ ਉੱਪਰੋਂ ਵਜੀਦਾ ਗਰਮੀ ਦੇ ਵਿੱਚ ਉੱਤੇ ਬਹਿੰਦਾ ਜਾ ਕੇ ਹਵਾ ਲੱਗਦੀ ਹੈ ਗਰਮੀ ਵਿੱਚ ਵੀ ਗਰਮੀ ਨਹੀਂ ਲੱਗਦੀ ਉੱਚਾ ਇੱਕ ਹੋਣ ਕਰਕੇ ਜਿੱਥੇ ਗਰਮੀ 'ਚ ਗਰਮੀ ਨਹੀਂ ਲੱਗਦੀ ਉੱਥੇ ਸਰਦੀ 'ਚ ਕਿੰਨੀ ਕੁ ਸਰਦੀ ਲੱਗਦੀ ਹੋਏਗੀ ਕਿੰਨੀ ਕੁ ਠੰਡ ਪੈਂਦੀ ਹੋਏਗੀ ਆਹ ਵੇਖੋ ਅੱਜ ਦੇ ਦਿਨ ਦਸ ਪੋਹ ਨੂੰ ਰਾਤ ਨੂੰ ਸਾਹਿਬਜ਼ਾਦਿਆਂ ਨੂੰ ਬੰਦ ਕਰ ਦਿੱਤਾ ਉੱਪਰ ਕਰ ਦਿਓ ਬੰਦ ਕੋਲ ਕੋਈ ਮੋਟਾ ਕੱਪੜਾ ਨਹੀਂ ਸਾਹਿਬਜ਼ਾਦਿਆਂ ਦੇ ਬੁੱਲ ਨੀਲੇ ਹੋ ਗਏ ਤੁਸੀਂ ਵੇਖੇ ਨੇ ਨਿੱਕੇ ਨਿੱਕੇ ਬੱਚੇ ਆ ਹੁਣ ਕਿਤੇ ਠੰਡ 'ਚ ਬੱਚੇ ਨੂੰ ਬਾਹਰ ਕੱਢੋ ਲਾਲ ਹੋ ਜਾਂਦਾ ਚਿਹਰਾ ਬੱਚੇ ਨੱਕ ਲਾਲ ਹੋ ਜਾਏਗਾ ਚਿਹਰਾ ਲਾਲ ਹੋ ਜਾਂਦਾ ਹੈ ਬੁੱਲ ਬੱਚਿਆਂ ਦੇ ਨੀਲੇ ਹੋ ਜਾਂਦੇ ਨੇ ਨਿੱਕੇ ਨਿੱਕੇ ਨਿਆਣੇ ਨੂੰ ਤੁਸੀਂ ਵੇਖੋ ਠੰਡ 'ਚ ਬਾਹਰ ਕੱਢੋ ਬੁੱਲ ਨੀਲੇ ਹੋ ਜਾਂਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਫਰਜੰਦ ਬੜੇ ਹੀ ਸੋਹਣੇ ਸੀ ਦੋਵੇਂ ਸਾਹਿਬਜ਼ਾਦੇ ਰੱਜ ਕੇ ਸੋਹਣੇ ਸੀ ਮੈਂ ਕੱਲ ਵੀ ਕਿਹਾ ਸੀ ਕਿ ਕਲਗੀ ਧਰ ਤੇ ਗਏ ਕੋਈ ਮਾਂ ਤੇ ਜਾਂਦਾ ਹੁੰਦਾ ਕੋਈ ਪਿਓ ਵਰਗਾ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਦੇ ਚਾਰੇ ਗੁਰੂ ਗੋਬਿੰਦ ਸਿੰਘ ਵਰਗੇ ਸੀ ਸਭ ਦੇ ਨੱਕ ਮਰਜ ਨਾਲ ਲੱਗਦੇ ਮਿਲਦੇ ਸੀ ਨੁਹਾਰ ਸੂਰਤ ਵੀ ਮਿਲਦੀ ਸੀ ਤੇ ਸੀਰਤ ਵੀ ਮਿਲਦੀ ਸੀ ਸ਼ਕਲ ਵੀ ਮਿਲਦੀ ਹੈ ਅਕਲ ਵੀ ਮਿਲਦੀ ਹੈ ਤਨ ਵੀ ਮਿਲਦਾ ਮਨ ਵੀ ਮਿਲਦਾ ਮਨ ਵੀ ਮਿਲਦਾ ਗੁਰੂ ਗੋਬਿੰਦ ਸਿੰਘ ਸੀਰਤ ਵੀ ਮਿਲਦੀ ਠੰਡੇ ਬੁਰਜ ਵਿੱਚ ਮਾਤਾ ਜੀ ਨੂੰ ਸਾਹਿਬਜ਼ਾਦਿਆਂ ਨੂੰ ਬੰਦ ਕੀਤਾ ਮਾਤਾ ਜੀ ਨੇ ਇੱਦਾਂ ਕੋਈ ਗਰਮ ਕੱਪੜਾ ਤੇ ਹੈ ਨਹੀਂ ਨੇੜੇ ਲਾਏ ਬੁੱਢਿਆਂ ਹੱਡਾਂ ਦਾ ਨਿੱਗ ਦਿੰਦੇ ਰਹੇ ਮੋਤੀ ਰਾਮ ਮੋਤੀ ਮਹਿਰਾ ਕਹਿੰਦੇ ਜਿਹਨੂੰ ਆਪਣੀ ਮਾਂ ਨੂੰ ਆਂਦਾ ਮਾਂ ਮੇਰਾ ਦਿਲ ਕਰਦਾ ਮੈਂ ਸੇਵਾ ਕਮਾਵਾਂ ਚਾਂਦੀ ਦੇ ਗਹਿਣੇ ਘਰ ਵਾਲੀ ਦੇ ਜਿੱਦਾਂ ਦਾ ਗਰੀਬੜਾ ਜਿਹਾ ਹੈ ਸੀ ਉਹ ਚੁੱਕੇ ਦੁੱਧ ਲਿਆ ਛੰਨੇ 'ਚ ਪਾਇਆ ਦੋ ਗਲਾਸ ਲਏ ਆ ਜਾਓ ਨਾ ਇਸੇ ਰੋਡ ਰੋਡ ਸਿੱਧੇ ਇਸੇ ਰੋਡ ਸਾਹਮਣੇ ਫਾਟਕ ਆ ਜਾਂਦਾ ਫਾਟਕ ਲੰਘ ਕੇ ਫਿਰ ਅੱਗੇ ਨੂੰ ਜਾਓ ਤੇ ਖੱਬੇ ਹੱਥ ਗੁਰਦੁਆਰਾ ਆ ਜਾਂਦਾ ਮੋਤੀ ਰਾਮ ਦੀ ਯਾਦ 'ਚ ਬਣਿਆ ਉਹ ਗਲਾਸ ਅਜੇ ਵੀ ਉੱਥੇ ਪਏ ਨੇ ਜਿਨ੍ਹਾਂ ਨਾਲ ਸਾਹਿਬਜ਼ਾਦਿਆਂ ਨੇ ਦੁੱਧ ਪੀਤਾ ਇਸੇ ਧਰਤੀ ਉਹ ਗਲਾਸ ਪਏ ਛੰਨੇ 'ਚੋਂ ਦੁੱਧ ਪਾਇਆ ਗੜਵੇ 'ਚ ਪਾਇਆ ਕਹਿ ਲਓ ਗਲਾਸ ਲੈ ਕੇ ਆਇਆ ਪਹਿਰੇਦਾਰਾਂ ਦੇ ਤਰਲੇ ਕਰਦਾ ਹੈ ਆਹ ਗਹਿਣੇ ਲੈ ਲਓ ਮੈਂ ਜੋ ਹੈ ਲੈ ਕੇ ਆ ਗਿਆ ਮੈਨੂੰ ਦੁੱਧ ਪਿਆ ਲੈਣ ਦੇ ਲਾਲਚ ਵਿੱਚ ਆਏ ਸਿਪਾਹੀਆਂ ਨੇ ਕਹਿਤਾ ਛੇਤੀ ਮੁੜੀ ਬੁਰਜ ਨੂੰ ਪੌੜੀ ਲਾ ਕੇ ਬੜਾ ਔਖਾ ਹੋ ਕੇ ਚੜ੍ਹਿਆ ਮਾਤਾ ਜੀ ਅੱਗੇ ਤਰਲਾ ਕਰਦਾ ਮਾਤਾ ਜੀ ਤੁਹਾਡੇ ਦੀ ਦੁੱਧ ਲੈ ਕੇ ਵੇ ਭਾਈ ਤੈਨੂੰ ਡਰ ਨਹੀਂ ਲੱਗਦਾ ਮਾਤਾ ਜੀ ਬਸ ਮੇਰੀ ਇੰਨੀ ਕੁ ਸੇਵਾ ਪ੍ਰਵਾਨ ਕਰੋ ਤੇ ਮੇਰੇ ਵਿੱਚ ਹਿੰਮਤ ਬਖਸ਼ੋ ਕਿ ਮੈਂ ਤੁਹਾਡੀ ਸੇਵਾ ਕਰ ਸਕਾਂ ਮੈਂ ਬਾਅਦ ਵਿੱਚ ਭੁੱਲ ਨਾ ਜਾਵਾਂ ਸਿਰਫ ਇੰਨਾ ਇਸ਼ਾਰਾ ਕਰ ਦਿੰਦਾ
ਕਿ ਉਸ ਦੁੱਧ ਪਿਆਉਣ ਦੇ ਬਦਲੇ ਮੋਤੀ ਰਾਮ ਦਾ ਸਾਰਾ ਟੱਬਰ ਕੋਲੂ ਪੀੜ ਦਿੱਤਾ ਗਿਆ ਸੀ। ਕੋਲੂ ਪੀੜਦਾ ਸੀ ਸਿਰਫ ਦੁੱਧ ਪਿਆਉਣ ਕਰਕੇ। ਇਸ ਧਰਤੀ ਤੇ ਕਿਉਂ ਸੇਵਾ ਕੀਤੀ, ਕਿਉਂ ਦੁੱਧ ਪਿਆਇਆ? ਇਹ ਮੋਤੀ ਰਾਮ ਹੈ। ਮੋਤੀ ਰਾਮ ਨੇ ਜਦੋਂ ਮਾਤਾ ਗੁਜਰ ਕੌਰ ਦਾ ਬਵਾਨ ਵੀ ਗਿਆ ਉਦੋਂ ਵੀ ਮੋਢਾ ਲਾਇਆ ਸੀ। ਵੇਖੋ ਸੇਵਾ ਜਦੋਂ ਮਹਾਰਾਜ ਨੇ ਬਖਸ਼ਣੀ ਹੋਵੇ ਨਾ, ਤੇ ਸਾਰੀ ਰਾਤ ਮਾਤਾ ਜੀ ਸਾਹਿਬਜ਼ਾਦਿਆਂ ਨੂੰ ਬਚਿਓ। ਤੁਹਾਡੇ ਤੁਹਾਨੂੰ ਪਤਾ ਤੁਹਾਡੇ ਦਾਦਾ ਜੀ ਗੁਰੂ ਤੇਗ ਬਹਾਦਰ, ਤੁਹਾਡੇ ਦਾਦੇ ਦੇ ਦਾਦਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਤੁਹਾਡੇ ਦਾਦੇ ਦੇ ਦਾਦਾ ਜੀ ਦਾ ਨਾਂ ਗੁਰੂ ਅਰਜਨ ਦੇਵ, ਤੁਹਾਡੀਆਂ ਰਗਾਂ ਚ ਉਹਨਾਂ ਦਾ ਖੂਨ ਹੈ। ਵੇਖਿਓ ਦਾਗ ਨਾ ਲਾਇਓ। ਬਾਬਾ ਫਤਿਹ ਸਿੰਘ ਆਂਦਾ ਮਾਂ ਚੰਗਾ ਹੋਵੇ ਸਾਹਮਣੇ ਕਚਹਿਰੀ ਲੱਗੇ, ਬਾਹਰ ਖੁੱਲੇ ਥਾਂ ਤੇ ਕਚਹਿਰੀ ਲੱਗੇ, ਤੂੰ ਵੀ ਵੇਖੇ ਸਵਾਲ ਜਵਾਬ ਹੁੰਦੇ। ਫਤਿਹ ਸਿੰਘ ਜੀ ਮਾਂ ਸਾਹਮਣੇ ਕਚਹਿਰੀ ਲੱਗੇ ਨਾ ਤੇ ਮੈਂ, ਤੂੰ ਫਿਕਰ ਨਾ ਕਰ, ਮੂੰਹ ਤੋੜ ਦਿਆਂਗੇ, ਉਹੋ ਜਿਹਾ ਜਵਾਬ ਦਿਆਂਗੇ, ਸਾਨੂੰ ਡੁਲਾ ਨਹੀਂ ਸਕਦੇ। ਇਹ ਫਿਰ 10 ਪੋਹ ਦੀ ਰਾਤ ਲੰਘਦੀ ਹੈ, 11 ਪੋਹ ਹੁੰਦਾ ਹੈ। ਸਵੇਰੇ ਸਵੇਰੇ ਸਾਹਿਬਜ਼ਾਦਿਆਂ ਨੂੰ ਸਿਪਾਹੀ ਲੈਣ ਵਾਸਤੇ ਆਉਂਦੇ। ਮਾਤਾ ਜੀ ਨੇ ਵੇਖਿਆ ਵੀ ਖੜਕਾ ਹੋਇਆ ਪੌੜੀ ਤੇ, ਕੌਣ ਆ ਰਿਹਾ? ਏਦਾਂ ਮੁੜ ਕੇ ਵੇਖਿਆ ਸਿਪਾਹੀ ਆ ਗਏ ਚਾਰ। ਮਾਤਾ ਜੀ ਸਾਹਿਬਜ਼ਾਦਿਆਂ ਨੂੰ ਸਾਡੇ ਨਾਲ ਭੇਜੋ, ਕਚਹਿਰੀ ਬੁਲਾਇਆ ਹੈ, ਕਚਹਿਰੀ ਲੱਗੀ ਹੈ, ਕਚਹਿਰੀ ਚ ਲੈ ਕੇ ਜਾਣਾ ਹੈ। ਮਾਤਾ ਜੀ ਨੇ ਆਖਿਆ ਵੇ ਭਾਈ ਇਹ ਤੇ ਬਾਲ ਨਿਆਣੇ ਨੇ, ਇਹਨਾਂ ਨੇ ਕੋਈ ਪਾਪ ਤੇ ਕੀਤਾ ਨਹੀਂ, ਕੋਈ ਜ਼ੁਲਮ ਤੇ ਕੀਤਾ ਨਹੀਂ, ਇਹਨਾਂ ਨੂੰ ਕਚਹਿਰੀ ਚ ਕਾਹਦੇ ਲਈ ਲੈ ਕੇ ਜਾਣਾ? ਇਹ ਤੇ ਨਿੱਕੇ ਨਿੱਕੇ ਬਾਲ ਨੇ, ਮੇਰੀਆਂ ਅੱਖਾਂ ਸਾਹਮਣੇ ਪਲੇ ਨੇ, ਮੇਰੇ ਨਾਲ ਰਹਿੰਦੇ ਨੇ। ਆ ਜਿਹੜਾ ਆ ਹੈ ਨਾ ਫਤਿਹ ਸਿੰਘ, ਇਹਦੀ ਮਾਂ ਪੌਣੇ 3 ਸਾਲ ਦਾ ਸੀ ਜਦੋਂ ਚੜ੍ਹਾਈ ਕਰ ਗਈ ਸੀ ਇਹਦੀ ਮਾਂ। ਮੈਂ ਪਾਲਿਆ ਹੈ, ਪੌਣੇ 3 ਸਾਲ ਦਾ ਮੈਂ ਪਾਲਿਆ। ਇਹ ਤੇ ਮੇਰੀ ਗੋਦੀ 'ਚ ਖੇਡਦੇ ਨੇ, ਇਹਨਾਂ ਨੇ ਕਿਹੜਾ ਮਾੜਾ ਕੰਮ ਕਰ ਲਿਆ ਵੇ ਭਾਈ? ਇਹਨਾਂ ਤੋਂ ਤੁਸੀਂ ਕੀ ਕਰਾਉਣਾ ਹੈ? ਜੇ ਕੋਈ ਗੱਲ ਪੁੱਛਣੀ ਹੈ ਮੈਨੂੰ ਲੈ ਚੱਲੋ, ਮਾਤਾ ਜੀ ਆਂਦੇ। ਜੇ ਕੋਈ ਗੱਲ ਪੁੱਛਣੀ ਹੈ ਮੈਂ ਚੱਲਣੀ ਹੈ ਤੁਹਾਡੇ ਨਾਲ, ਮੈਨੂੰ ਲੈ ਜਾਓ, ਇਹਨਾਂ ਤੋਂ ਕੀ ਕਰਾਉਣਾ ਤੁਸੀਂ? ਆਂਦੇ ਨੇ ਨਹੀਂ ਮਾਤਾ, ਤੈਨੂੰ ਨਹੀਂ ਲੈਣ ਆਏ, ਸਾਹਿਬਜ਼ਾਦਿਆਂ ਨੂੰ ਲੈਣ ਆਏ, ਇਹਨਾਂ ਨੂੰ ਭੇਜ ਸਾਡੇ ਨਾਲ, ਕੈਸਾ ਸਮਾਂ ਹੋਣਾ। ਮਾਤਾ ਜੀ ਕਹਿਣ ਲੱਗੇ ਬੱਚਿਓ ਫਿਰ ਤਿਆਰ ਕਰਕੇ। ਇੱਦਾਂ ਮਾਤਾ ਜੀ ਨੇ ਕਰੜੇ ਰਿਹੋ, ਵੇਖਿਓ ਕਿਤੇ ਆਪਾਂ ਜਿੱਦਾਂ ਪੜ੍ਹਦੇ ਹਾਂ ਨਾ, ਬਾਪੂ ਦੀ ਪੱਗ ਨੂੰ ਦਾਗ ਨਾ ਲਾ ਦਿਓ, ਵੇਖਿਓ ਕਿਤੇ ਲਾਲੋ ਦਾਗ ਨਾ ਕਿਤੇ ਲੱਗ ਜਾਵੇ, ਬਾਪੂ ਦੀ ਚਿੱਟੀ ਚਾਦਰ ਲਾਲੋ ਦਾਗ ਨਾ ਕਿਤੇ ਲੱਗ ਜਾਵੇ, ਬਾਪੂ ਦੀ ਚਿੱਟੀ ਚਾਦਰ ਸੰਗਤ ਬੋਲੋ ਸਾਰੀ ਚਿੱਟੀ ਚਾਦਰ ਨੂੰ ਲਾਲੋ ਦਾਗ ਨਾ
ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਨੇ ਇਹ ਸਾਡੇ ਲਈ ਵੀ ਹੈ। ਕੁਛ ਐਸਾ ਨਾ ਕਰੋ ਬਾਪੂ ਦੀ ਪੱਗ ਨੂੰ ਦਾਗ ਨਾ ਲੱਗੇ, ਇਹ ਸਾਡੇ ਵਾਸਤੇ ਵੀ ਹੈ। ਵਾਹ 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 ਸਾਡੀਆਂ ਦੇ ਪੁੱਤਿਆਂ ਨੂੰ, 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 ਵਾਹ 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 ਦੀ ਪੱਗ ਨੂੰ ਦਾਗ ਨਾ ਲੱਗਦਾ। ਫਿਕਰ ਨਾ ਕਰੋ ਮਾਤਾ ਜੀ, ਚਲੇ ਗਏ ਲੈ ਗਏ ਸਿਪਾਹੀ, ਸਾਰੇ ਰਾਹ ਸਮਝਾਉਂਦੇ ਗਏ ਬੱਚਿਓ, ਜਾ ਕੇ ਵਜੀਦੇ ਦੇ ਸਾਹਮਣੇ ਨਾ ਸਿਜਦਾ ਕਰਿਓ, ਸਲਾਮ ਕਰ ਦਿਓ, ਏਦਾਂ ਸਾਰੇ ਰਾਹ ਸਮਝਾਉਂਦੇ। ਸਭ ਜਾਂਦੇ ਉਹਨਾਂ ਨਾਲ ਤੁਰੇ ਜਾਂਦੇ, ਸਿਰ ਹਿਲਾਉਂਦੇ ਰਹੇ, ਠੀਕ ਹੈ ਚੱਲੋ ਚੱਲੋ ਠੀਕ। ਜਦੋਂ ਗਏ ਨਾ ਕਚਹਿਰੀ 'ਚ ਸਾਹਮਣੇ ਵਜੀਦੇ ਨੂੰ ਬੈਠਿਆਂ ਵੇਖਿਆ, ਸਾਰੇ ਵੇਖਣ ਲਈ ਵੀ ਕਦੋਂ ਆਉਣਗੇ, ਏਦਾਂ ਸਾਹਮਣੇ ਖਲੋ ਗਏ ਜਦੋਂ ਸਾਹਿਬਜ਼ਾਦੇ। ਹੁਣ ਕਈਆਂ ਨੇ ਗੁਰੂ ਗੋਬਿੰਦ ਸਿੰਘ ਦਾ ਨਾਂ ਹੀ ਸੁਣਿਆ ਸੀ, ਉਹਨਾਂ ਦੇ ਪੁੱਤਰਾਂ ਨੂੰ ਵੇਖਣਾ ਚਾਹੁੰਦੇ ਨੇ, ਕਿਹੋ ਜਿਹੇ ਹੋਣਗੇ ਉਹਨਾਂ ਦੇ ਬੱਚੇ, ਉਹਨਾਂ ਦੇ ਲਾਲ। ਆਪਣਾ ਵੀ ਤੇ ਮਨ ਕਰਦਾ ਹੀ ਹੈ ਨਾ ਵੀ ਕਦੀ ਸੁਪਨੇ 'ਚ ਹੀ ਦਿਸ ਜਾਓ ਵੀ ਕਿੱਦਾਂ ਦੇ ਸੋ, ਨਾ ਕਰਦਾ ਨੀ। ਬੜੇ ਵੇਖੇ ਨੇ ਵੀ ਗਲਗੀਆਂ ਵਾਲੇ ਸੱਚੇ ਪਾਤਸ਼ਾਹ ਕਿੱਦਾਂ ਦੇ ਸੋ ਤੁਸੀਂ, ਤੁਹਾਡਾ ਚਿਹਰਾ ਕਦੀ ਸੁਪਨੇ 'ਚ ਦੇਖ ਜਾਏ। ਲੜ ਗੁਰੂ ਗ੍ਰੰਥ ਸਾਹਿਬ ਦੇ ਲੱਗੇ ਆ, ਪਰ ਠੀਕ ਆ, ਅਸੀਂ ਤੇ ਚਿਹਰਿਆਂ ਨੂੰ ਹੀ ਵੇਹਨੇ ਆ ਨਾ, ਬਾਹਰੋਂ ਹੀ ਵੇਖਦੇ ਹਾਂ ਸਭ ਨੂੰ। ਇੱਕ ਸੱਚੀ ਮੁੱਚੀ ਕਿੱਦਾਂ ਦੇ ਸੀ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਹੈ, ਕਿੱਦਾਂ ਦੇ ਸੀ ਸਾਹਿਬਜ਼ਾਦੇ, ਹੈ ਦਰਸ਼ਨ ਕਿੱਦਾਂ ਦੇ ਹੁੰਦੇ ਸੀ ਉਹਨਾਂ। ਜਦੋਂ ਸਾਹਿਬਜ਼ਾਦੇ ਗਏ ਤੇ ਅੱਛਾ ਸਾਰੇ ਟਿਕਟਿਕੀ ਲਾ ਕੇ ਵਹਿੰਦੇ ਨੇ ਵੀ ਹੁਣ ਕੀ ਬਣਦਾ, ਵੇਖੀਏ। ਸਿਪਾਹੀਆਂ ਨੇ ਕਿਹਾ ਛੇਤੀ ਛੇਤੀ ਸਿਜਦਾ ਕਰੋ, ਸਾਹਮਣੇ ਉਹ ਤਖ਼ਤ ਤੇ ਸੂਬੇਦਾਰ ਜੀ ਬੈਠੇ ਨੇ। ਜਦੋਂ ਆਖਿਆ ਵੀ ਇਹ ਸਾਹਿਬਜ਼ਾਦੇ ਨੇ ਇੱਦਾਂ ਹੱਥ ਜੋੜ ਕੇ ਨਾ ਦੋਵਾਂ ਨੇ ਇਕੱਠੇ ਗੱਜ ਕੇ ਕਹਿ ਦਿੱਤਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੁਲਾਤੀ ਹੱਦ ਹੋ ਗਈ, ਪੜ੍ਹਦੇ ਹਾਂ ਅੱਧਾ ਅੱਧਾ ਬੋਲੋ। ਲਾਲਾ ਫਤਿਹ ਦਾ ਜਕਾਰਾ, ਲਾਲਾ ਫਤਿਹ ਦਾ ਜਕਾਰਾ ਛੱਡਿਆ ਸੂਬੇ ਦੀ ਕਚਹਿਰੀ ਜਾਏ, ਲਾਲਾ ਫਤਿਹ ਦਾ ਜਕਾਰਾ ਛੱਡਿਆ ਸੂਬੇ ਦੀ ਕਚਹਿਰੀ ਜਾਏ।
ਸੱਚਾ ਆਨੰਦ ਕਹਿਣ ਲੱਗਿਆ ਓਏ ਤੁਹਾਡੇ ਪਿਤਾ ਦਾ ਦਰਬਾਰ ਨਹੀਂ ਇਹ ਆਨੰਦਪੁਰ ਨਹੀਂ ਸੂਬੇਦਾਰ ਵਜੀਦ ਖਾਨ ਦਾ ਦਰਬਾਰ ਹੈ ਇੱਥੇ ਤੁਹਾਡੀ ਫਤਿਹ ਤੁਹਾਡੇ ਜਕਾਰੇ ਨਹੀਂ ਚੱਲਣੇ ਸਲਾਮ ਕਰੋ ਸਿਜਦਾ ਕਰੋ ਸਾਹਿਬਜ਼ਾਦੇ ਕਹਿੰਦੇ ਮੰਨੋ ਭਾਵੇਂ ਨਾ ਮੰਨੋ ਪਰ ਅਸੀਂ ਤੇ ਫਤਿਹ ਹੀ ਬੁਲਾਉਣੀ ਹੈ ਸਿੱਖ ਲਿਆ ਉਹ ਗੁਰਸਿੱਖੋ ਸਿੱਖ ਲਿਆ ਆ ਸਿੱਖੋ ਆ ਸਿੱਖਣ ਵਾਲੀਆਂ ਗੱਲਾਂ ਨੇ ਮੰਨੇ ਨਾ ਮੰਨੇ ਅੱਗੋਂ ਪਰ ਜਦੋਂ ਕਿਸੇ ਨੂੰ ਮਿਲਦੇ ਹੋ ਫਤਿਹ ਬੁਲਾਇਆ ਕਰੋ ਜਦੋਂ ਮਿਲਦੇ ਹੋ ਫਤਿਹ ਬੁਲਾਓ ਸਾਡੀ ਸਾਂਝ ਫਤਿਹ ਦੀ ਹੈ ਫਤਿਹ ਬੁਲਾਇਆ ਕਰੋ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀਆਂ ਲਾਲਾਂ ਨੇ ਸੂਬੇ ਦੀ ਕਚਹਿਰੀ ਵਿੱਚ ਫਤਿਹ ਬੁਲਾਈ ਬੱਚਿਓ ਤੁਹਾਨੂੰ ਡਰ ਨਹੀਂ ਲੱਗਦਾ ਕਹਿੰਦੇ ਸਾਡੇ ਪਿਤਾ ਨੇ ਸਾਡੇ ਸਭ ਡਰ ਚੁੱਕੇ ਹੋਏ ਨੇ ਸਿਜਦਾ ਕਿਉਂ ਨਹੀਂ ਕੀਤਾ ਕਹਿੰਦੇ ਕੀਤਾ ਹੈ ਮੱਥਾ ਟੇਕਿਆ ਹੈ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਅਕਾਲ ਪੁਰਖ ਵਾਹਿਗੁਰੂ ਨੂੰ ਮੱਥਾ ਟੇਕਦੇ ਹਾਂ ਅਸੀਂ ਆਪਣੇ ਗੁਰੂ ਅੱਗੇ ਝੁਕਨੇ ਆ ਗੁਰੂ ਨਾਨਕ ਅੱਗੇ ਝੁਕਣਾ ਸਿਖਾਇਆ ਸਾਨੂੰ ਸਾਡੇ ਪਿਤਾ ਜੀ ਨੇ ਸਿਜਦਾ ਹਮੇਸ਼ਾ ਹੀ ਕਰਦੇ ਹਾਂ ਪਰ ਇੱਦਾਂ ਨਹੀਂ ਝੁਕਦੇ ਕਿਤੇ ਇਹ ਸਿੱਖ ਲਈਏ ਆਪਾਂ ਨੂੰ ਤੇ ਜਦੋਂ ਸਵਾਲ ਜਵਾਬ ਸ਼ੁਰੂ ਹੋਏ ਕਿਉਂ ਜਾਨ ਗਵਾਉਂਦੇ ਹੋ ਬੱਚੇ ਹੋ ਮੰਨ ਲਓ ਮੇਰਾ ਕਹਿਣਾ ਕਹਿੰਦੇ ਟਿਕ ਕੇ ਬਹਿ ਜਾ ਅਸੀਂ ਪੁੱਤ ਹਾਂ ਗੁਰੂ ਪੁੱਤ ਹਾਂ ਗੋਬਿੰਦ ਸਿੰਘ ਦੇ ਸੂਬਿਆ ਸਿੱਖੀ ਸਿਦਕ ਵਿੱਚ ਰਹਿਣਾ ਅਸੀਂ ਧਰਮ ਨਹੀਂ ਛੱਡ ਸਕਦੇ ਤੂੰ ਤੇ ਕਹਿ ਲੈ ਜੋ ਕੁਝ ਕਹਿਣਾ ਕਿਉਂ ਪਾਪ ਕਮਾਉਣਾ ਹੈ ਤੇਰਾ ਰਾਜ ਸਦਾ ਨਹੀਂ ਰਹਿਣਾ ਓਏ ਬੱਚਿਓ ਬੜੀਆਂ ਮੌਜਾਂ ਕਰੋਗੇ ਤਕੜੇ ਤਕੜੇ ਅਹੁਦੇ ਦਿਆਂਗੇ ਪੈਸਾ ਦਿਆਂਗੇ ਜ਼ਮੀਨਾਂ ਜਾਇਦਾਦਾਂ ਮਿਲਣਗੀਆਂ ਇਸਲਾਮ ਧਰਮ ਕਬੂਲ ਕਰ ਲਓ ਮਰਨ ਤੋਂ ਬਾਅਦ ਵੀ ਤੁਸੀਂ ਸਵਰਗਾਂ 'ਚ ਜਾਓਗੇ ਜੰਨਤ ਮਿਲੇਗੀ ਹੂਰਾਂ ਮਿਲਣਗੀਆਂ ਜ਼ਮੀਨਾਂ ਦਿਓਗੇ ਜਾਇਦਾਦਾਂ ਦਿਓਗੇ ਸਾਹਿਬਜ਼ਾਦੇ ਕਹਿੰਦੇ ਨੇ ਲਿਖ ਕੇ ਦੇ ਦਿਓ ਮੌਤ ਨਹੀਂ ਆਉਣੀ ਮਰਾਂਗੇ ਨਹੀਂ ਕਹਿੰਦੇ ਮਰਨਾ ਤੇ ਪਏਗਾ ਮਰਨਾ ਤੇ ਹਰ ਇੱਕ ਨੂੰ ਪੈਂਦਾ ਹੈ ਕਹਿੰਦੇ ਫਿਰ 70 ਸਾਲ ਜਿਉਣ ਦਾ ਕੀ ਫਾਇਦਾ ਹੈ 100 ਬਰਸ ਕਾ ਜੀਣਾ ਵੀ ਬੇਕਾਰ ਕਾ ਜੀਣਾ ਹੈ 2 ਬਰਸ ਜੀਆ ਹੋਤਾ ਕੁਛ ਕਰਕੇ ਜੀਆ ਹੋਤਾ ਕੁਛ ਕਰਦੇ ਤੇ ਸਹੀ 100 ਸਾਲ ਜਿਉਂਦਾ ਰਿਹਾ ਓਏ ਅੰਨ ਗੰਦਾ ਕਰਨਾ ਬਸ ਜ਼ਮੀਰ ਮਾਰ ਕੇ ਧਰਮ ਛੱਡ ਕੇ ਸਿਧਾਂਤ ਛੱਡ ਕੇ ਅਸੂਲ ਛੱਡ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵਰਗਾ ਦਾਦੇ ਦਾ ਦਾਦਾ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਕਲਗੀਆਂ ਵਾਲਾ ਸੱਚਾ ਪਾਤਸ਼ਾਹ ਸਾਡਾ ਪਿਤਾ ਉਹਨਾਂ ਨੂੰ ਛੱਡ ਕੇ ਤੇ ਜਿਉਂਦੇ ਵੀ ਰਹਿ ਜਾਂਗੇ 60-70-80 ਸਾਲ ਕੀ ਫਾਇਦਾ ਭੁੱਲ ਜਾ ਅਸਲੀ ਇਸਲਾਮ ਨਹੀਂ ਕਬੂਲ ਕਰਾਂਗੇ ਪਹਿਲੇ ਦਿਨ ਤੇ ਲਾਲਚ ਬੜੇ ਦਿੱਤੇ ਮੰਨੇ ਨਹੀਂ ਜੇ ਅੰਦਰ ਗੱਲਬਾਤ ਹੁੰਦੀ ਹੈ ਜਾਓ ਭੇਜੋ ਵਾਪਸ ਬਾਹਰ ਦੁਕਾਨਾਂ ਲਾਤੀਆਂ ਸਜਾ ਕੇ ਰੱਖਤੀਆਂ ਇੱਕ ਦੁਕਾਨ ਤੇ ਖਾਣ ਵਾਲੇ ਪਦਾਰਥ ਮਠਿਆਈਆਂ ਸਜਾ ਕੇ ਰੱਖੀਆਂ ਨੇ ਇਦਾਂ ਸਾਹਿਬਜ਼ਾਦਿਆਂ ਦੇ ਸਾਹਮਣੇ ਮਠਿਆਈ ਦੀ ਦੁਕਾਨ ਹੈ ਦੁਕਾਨ ਕਹਿ ਲਓ ਜਾਂ ਉਦਾਂ ਹੀ ਸਜਾ ਕੇ ਰੱਖਤੀਆਂ ਬਸ ਇੱਕ ਤੇ ਕੱਪੜੇ ਲੀੜੇ ਨੇ ਇੱਕ ਤੇ ਖਿਡੌਣੇ ਨੇ ਤੇ ਇੱਕ ਤੇ ਸ਼ਸਤਰ ਰੱਖੇ ਹੋਏ ਸ਼ਸਤਰ ਬੰਦੂਕਾਂ ਰਾਈਫਲਾਂ ਤਲਵਾਰਾਂ ਬਰਸ਼ੇ ਤੀਰ ਕਮਾਨ ਉਹ ਵੀ ਰੱਖੇ ਪਹਿਲੇ ਦਿਨ ਜਦੋਂ ਬਾਹਰ ਨਿਕਲੇ ਸਿਪਾਹੀ ਵੇਖਦੇ ਨੇ ਵੀ ਹੁਣ ਹੋਏਗਾ ਕੀ ਸਾਹਿਬਜ਼ਾਦਿਆਂ ਨੂੰ ਛੱਡਿਆ ਇੰਨੇ ਦਿਨਾਂ ਦੇ ਭੁੱਖੇ ਖਾਣ ਵਾਲੇ ਪਾਸੇ ਨਹੀਂ ਗਏ ਖਿਡੌਣੇ ਵਾਲੇ ਪਾਸੇ ਨਹੀਂ ਗਏ ਸਿੱਧੇ ਹੀ ਗਏ ਤੇ ਸ਼ਸਤਰਾਂ ਵਾਲੇ ਪਾਸੇ ਇੱਕ ਨੇ ਬਰਛੀ ਚੁੱਕ ਲਈ ਦੂਜੇ ਨੇ ਐਦਾਂ ਸ਼ਸਤਰ ਵੇਖਣ ਲੱਗ ਪਏ ਉਹ ਸਮਝ ਗਏ ਕਹਿੰਦੇ ਬੱਚਿਆਂ ਵਾਲੀ ਗੱਲ ਨਹੀਂ ਇਹਨਾਂ ਦਾ ਤੇ ਹੁਣ ਹੀ ਸ਼ਸਤਰਾਂ ਨਾਲ ਪਿਆਰ ਹੈ ਵਾਪਸ ਆਏ ਅੱਜ ਮਾਂ ਨੂੰ ਜਦੋਂ ਆ ਕੇ ਮਿਲੇ ਨਾ
ਗਿਆਰਾਂ ਪੋਹ ਨੂੰ ਮਾਤਾ ਜੀ ਨੂੰ ਵਾਪਸ ਆ ਕੇ ਮਿਲੇ ਭੱਜ ਕੇ ਬਾਬਾ ਜ਼ੋਰਾਵਰ ਸਿੰਘ ਫਤਿਹ ਭੱਜ ਕੇ ਮਾਤਾ ਜੀ ਨੂੰ ਏਦਾਂ ਗਲਵੱਕੜੀ ਪਾਈ ਮੇਰੇ ਸੋਹਣੇ ਲਾਲ ਦੇ ਲਾਲ ਸਦਕੇ ਮੈਂ ਜਾਵਾਂ ਮੇਰੇ ਲਾਲ ਦੇ ਲਾਲ ਨੇ ਨਾ ਆਓ ਕਿਵੇਂ ਬਣੀ ਚਾਹ ਨਾਲ ਬਾਬਾ ਫਤਿਹ ਸਿੰਘ ਮਾਤਾ ਜੀ ਬੜੇ ਲਾਲਚ ਸਾਨੂੰ ਦਿੰਦੇ ਸੀ ਬੜੇ ਸਾਨੂੰ ਉਹਨਾਂ ਨੇ ਲਾਲਚ ਦਿੱਤੇ ਤੁਹਾਨੂੰ ਏਦਾਂ ਮਿਲੇਗਾ ਮਿਲੇਗਾ ਫੋਕ ਕੇ ਜਵਾਬ ਦਿੱਤਾ ਮੈਂ ਏਦਾਂ ਮੈਨੂੰ ਕਿਹਾ ਮੈਂ ਅੱਗੋਂ ਏਦਾਂ ਬੋਲਿਆ ਫਿਰ ਫਤਿਹ ਸਿੰਘ ਦੱਸੇ ਜ਼ੋਰਾਵਰ ਸਿੰਘ ਦੱਸੇ ਫਤਿਹ ਸਿੰਘ ਬਹੁਤਾ ਬੋਲੇ ਦੱਸੇ ਮਾਤਾ ਜੀ ਏਦਾਂ ਹੋਇਆ ਚਾਹ ਨਾਲ ਸ਼ਾਬਾਸ਼ ਬੱਚਿਓ ਹੁਣ ਡੋਲਿਓ ਨਾ ਸਾਰੀ ਰਾਤ ਫਿਰ ਲੰਘ ਗਈ ਠਰੂੰ ਠਰੂੰ ਕਰਦਿਆਂ ਫਿਰ ਆਇਆ ਜੀ ਬਾਰਾਂ ਪੋਹ ਬਾਰਾਂ ਪੋਹ ਨੂੰ ਫਿਰ ਕਚਹਿਰੀ ਲੱਗ ਗਈ ਸਿਪਾਹੀ ਫਿਰ ਲੈਣ ਵਾਸਤੇ ਆ ਗਏ ਮਾਤਾ ਜੀ ਭੇਜੋ ਮਾਤਾ ਜੀ ਨੇ ਫਿਰ ਅੱਜ ਸਮਝਾ ਕੇ ਤੇ ਸਾਹਿਬਜ਼ਾਦਿਆਂ ਨੂੰ ਦੂਜੇ ਦਿਨ ਭੇਜਿਆ ਤੁਹਾਨੂੰ ਸਾਰਿਆਂ ਨੂੰ ਇਤਿਹਾਸ ਦਾ ਪਤਾ ਹੈ ਮੇਨ ਦਰਵਾਜ਼ਾ ਬੰਦ ਕਰ ਦਿੱਤਾ ਛੋਟੀ ਜਿਹੀ ਖਿੜਕੀ ਖੋਲ੍ਹੀ ਜਦੋਂ ਸਾਹਿਬਜ਼ਾਦੇ ਅੰਦਰ ਵੜਨਗੇ ਨਾ ਨੀਵੇਂ ਹੋ ਕੇ ਸਿਰ ਝੁਕਾ ਕੇ ਲੰਘਣਗੇ ਸਾਰੇ ਦਰਬਾਰੀ ਤਾੜੀਆਂ ਮਾਰਾਂਗੇ ਉਹ ਸਿਰ ਝੁਕਾਤਾ ਸਿਰ ਝੁਕਾਤਾ ਮਨੋਬਲ ਡੇਗਣ ਵਾਸਤੇ ਹੁੰਦਾ ਕੌਨਫੀਡੈਂਸ ਨਹੀਂ ਰਹਿੰਦਾ ਜਦੋਂ ਏਦਾਂ ਦਾ ਕੁਝ ਹੋ ਜਾਏ ਸਭਾ ਦੇ ਵਿੱਚ ਖਾਸ ਕਰਕੇ ਸਭਾ ਵਿੱਚ ਕੌਨਫੀਡੈਂਸ ਲੋਅ ਕਰਨ ਲਈ ਮਨੋਬਲ ਡਿੱਗਣ ਲਈ ਏਦਾਂ ਦਾ ਕੁਝ ਨੀਤੀ ਹੁੰਦੀ ਹੈ ਉਹਨਾਂ ਨੇ ਛੋਟਾ ਦਰਵਾਜ਼ਾ ਖੋਲ੍ਹਿਆ ਖਿੜਕੀ ਸਾਹਿਬਜ਼ਾਦੇ ਜਦੋਂ ਅੰਦਰ ਆਏ ਆਉਣ ਲੱਗੇ ਨੇ ਵੇਖ ਲਿਆ ਵੀ ਦਰਵਾਜ਼ਾ ਬੰਦ ਹੈ ਜ਼ੋਰਾਵਰ ਸਿੰਘ ਨੇ ਫਤਿਹ ਸਿੰਘ ਨੂੰ ਇਸ਼ਾਰਾ ਕੀਤਾ ਜਿਵੇਂ ਮੈਂ ਲੰਘਾਂਗਾ ਉਵੇਂ ਕਰੀ ਉਹ ਇੱਦਾਂ ਸਾਰੇ ਟਿਕਟਕੀ ਲਾ ਕੇ ਬੈਠੇ ਹੁਣ ਵੀ ਸਿਰ ਆਏ ਅਸੀਂ ਤਾੜੀ ਮਾਰਾਂਗੇ ਹੁਣ ਵੀ ਸਿਰ ਆਏ ਬਾਹਰ ਜ਼ੋਰਾਵਰ ਸਿੰਘ ਫਤਿਹ ਸਿੰਘ ਨੇ ਸਿਰ ਨਹੀਂ ਲੰਘਾਇਆ ਪਹਿਲਾਂ ਪੈਰ ਅੱਗੇ ਰੱਖੇ ਉਹ ਉਡੀਕਦੇ ਸੀ ਸਿਰ ਆਉਣਗੇ ਜੁੱਤੀ ਆ ਗਈ ਤਲਾ ਦਿਸਿਆ ਤਲਾ ਪਾਇਆ ਹੋਇਆ ਜੋੜਾ ਤੇ ਤਲਾ ਦਿਸਿਆ ਵੀ ਤੁਹਾਡੇ ਰਾਜ ਦਰਬਾਰ ਨੂੰ ਤੁਹਾਡੀਆਂ ਆ ਪਦਾਰਥ ਜਿਹੜੇ ਵਿਖਾਉਂਦੇ ਹੋ ਸਾਨੂੰ ਲਾਲਚ ਦਿੰਦੇ ਹੋ ਜੁੱਤੀ ਦੀ ਨੋਕ ਤੇ ਠਕਰਾਉਂਦੇ ਹਾਂ ਅਸੀਂ ਉਡੀਕਦੇ ਸੀ ਸਿਰ ਆਉਣਗੇ ਜੁੱਤੀਆਂ ਆ ਗਈਆਂ ਹੱਦ ਹੋ ਗਈ ਹੈਰਾਨ ਹੋ ਗਏ ਵੀ ਕਮਾਲ ਹੋ ਗਈ ਐਡੇ ਐਡੇ ਨਿਆਣੇ ਅੱਜ ਫਿਰ ਉਹਨੇ ਡਰਾਇਆ ਬੜਾ ਬੱਚਿਓ ਤੁਹਾਨੂੰ ਰੋਣਾ ਕਿਸੇ ਨੇ ਨਹੀਂ ਤੁਹਾਨੂੰ ਦਫਨਾਉਣਾ ਕਿਸੇ ਨੇ ਨਹੀਂ ਤੁਹਾਡੀਆਂ ਲਾਸ਼ਾਂ ਇੱਥੇ ਰੁੱਲਣਗੀਆਂ ਉਹ ਵੇਖੋ ਆਕਾਸ਼ ਵਿੱਚ ਇੱਲਾਂ ਉੱਡਦੀਆਂ ਨਿਗਾਹ ਮਾਰ ਉੱਤੋਂ ਆਉਣਗੀਆਂ ਤੁਹਾਡੀਆਂ ਆਂਦਰਾਂ ਬੋਟੀਆਂ ਕੱਢ ਕੇ ਲੈ ਜਾਣਗੀਆਂ ਤੁਹਾਡੀਆਂ ਲਾਸ਼ਾਂ ਇੱਥੇ ਰੁੱਲਣਗੀਆਂ ਕਿਸੇ ਨੇ ਰੋਣਾ ਨਹੀਂ ਦਫਨਾਉਣਾ ਨਹੀਂ ਸਾਹਿਬਜ਼ਾਦੇ ਕਹਿੰਦੇ ਅਸੀਂ ਤੇ ਹੋਣਾ ਨਹੀਂ ਤੂੰ ਖਲੋ ਕੇ ਮਿਣਤੀ ਕਰ ਲਈ ਇੱਥੇ ਖੜ ਕੇ ਮਿਣਤੀ ਕਰੀ ਇੱਲਾਂ ਆ ਜਾਣ ਸਾਡੀਆਂ ਅੰਦਰਾਂ ਚੁੱਕ ਕੇ ਲੈ ਜਾਣ ਜਿੰਨੀ ਉੱਚੀ ਲੈ ਜਾਣਗੀਆਂ ਆਏਗਾ ਸਮਾਂ ਏਡੇ ਏਡੇ ਉੱਚੇ ਇੱਥੇ ਨਿਸ਼ਾਨ ਸਾਹਿਬ ਚੁੱਲਣਗੇ ਇੱਥੇ ਨਿਸ਼ਾਨ ਸਾਹਿਬ ਚੁੱਲਣਗੇ ਓਏ ਵਜੀਦਿਆ ਅਸੀਂ ਨਹੀਂ ਹੋਣਾ ਤੂੰ ਹੋਏਗਾ ਖਲੋ ਕੇ ਮਿਣਤੀ ਕਰੀ ਹੱਦ ਹੋ ਗਈ ਇਹ ਤੇ ਅੱਗੇ ਤੋਂ ਅੱਗੇ ਜਵਾਬ ਦਿੰਦਾ ਸੱਦਿਆ ਸ਼ਾਹੀ ਕਾਜੀ ਕਹਿੰਦੇ ਸਨਾ ਫਤਵਾ ਕਾਜੀ ਹੁੰਦਾ ਜੱਜ ਗੁਰੂ ਨਾਨਕ ਸਾਹਿਬ ਪਹਿਲਾਂ ਹੀ ਕਹਿ ਗਿਆ ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਾਵੇ ਜੀਆਂ ਘਾਏ ਜੋਗੀ ਜੁਗਤ ਨਾ ਜਾਣਾ ਅੰਧ ਟੀਨੇ ਉਹ ਜਾੜੇ ਕਾ ਬੰਦ ਮਹਾਰਾਜ ਨੇ ਕਿਹਾ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਪੂਰਾ ਪੜ੍ਹੋ ਸਮਝੋ ਤੇ ਵੇਖਿਓ ਕਾਜੀ ਕੀ ਹੈ ਉਹਨਾਂ ਵੇਲਿਆਂ ਦਾ ਜੱਜ ਸ਼ਰ੍ਹਾ ਨਹੀਂ ਕਹਿੰਦੀ ਸਰਕਾਰ ਦੇ ਇਸ਼ਾਰੇ ਤੇ ਜੱਜ ਨੇ ਫੈਸਲਾ ਕੀਤਾ ਪੈਸੇ ਦਾ ਲਾਲਚ ਮਿਲ ਗਿਆ ਜਿਵੇਂ ਸੂਬੇ ਨੇ ਇਸ਼ਾਰਾ ਕੀਤਾ ਬਸ ਉਵੇਂ ਦੀ ਸਜ਼ਾ ਸੁਣਾ ਦਿੱਤੀ ਨੀਤੀ ਨਹੀਂ ਕਹਿੰਦੀ
ਸ਼ਰਾ ਨਹੀਂ ਕਹਿੰਦੀ, ਧਰਮ ਨਹੀਂ ਕਹਿੰਦਾ, ਪਰ ਲਾਲਚ ਵਿੱਚ ਆ ਕੇ ਅੱਜ ਕਾਜੀ ਨੇ ਫਤਵਾ ਲਾਇਆ। ਕਹਿੰਦਾ ਹੈ ਇਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਖਤਮ ਕਰ ਦਿੱਤਾ ਜਾਵੇ। ਸਾਹਿਬਜ਼ਾਦਿਆਂ ਨੇ ਜਕਾਰੇ ਲਾਏ, ਫਤਵਾ ਸੁਣ ਕੇ ਕੱਲ ਨੂੰ ਨੀਹਾਂ 'ਚ ਚਿਣਿਆ ਜਾਏਗਾ। ਅੱਜ ਆਏ, ਅੱਜ ਜ਼ੋਰਾਵਰ ਫਤਿਹ ਸਿੰਘ ਭੱਜ ਕੇ ਆਇਆ। ਫਿਰ ਤੁਹਾਨੂੰ ਪਤਾ ਜੇ ਨਿਆਣਾ ਪਾਸ ਹੋ ਜਾਏ ਨਾ, ਤੇ ਜੇ ਫਸਟ ਡਿਵੀਜ਼ਨ ਲੈ ਆਵੇ, ਸੈਕਿੰਡ ਥਰਡ ਆਉਂਦਾ ਹੈ, ਨੰਬਰ ਚੰਗੇ ਆਉਂਦੇ ਨੇ, ਤੇ ਸਭ ਤੋਂ ਪਹਿਲਾਂ ਅਸੀਂ ਨਾ ਮਾਂ ਲੱਭਣੇ ਹੁੰਦੇ ਆ ਵੀ ਮੈਂ ਮਾਂ ਨੂੰ ਸੁਣਾਵਾਂ ਵੀ ਬੇਬੇ ਪਾਸ ਹੋ ਕੇ ਆਇਆ। ਏਦਾਂ ਹੀ ਹੁੰਦਾ ਜੀ, ਜਦੋਂ ਆਪਣਾ ਚੰਗੇ ਨੰਬਰ ਆਉਂਦੇ ਨੇ ਨਾ, ਬੱਚਾ ਮਾਂ ਲੱਭਦਾ ਹੈ, ਜਿਹੜੀ ਮਾਂ ਟਿਫਨ ਦੇ ਕੇ ਤਿਆਰ ਕਰਕੇ ਰੋਜ਼ ਭੇਜਦੀ ਹੈ ਵੀ ਬੇਬੇ ਚੰਗੇ ਨੰਬਰ ਲਏ ਨੇ, ਪਾਸ ਹੋਇਆ। ਅੱਜ ਫਤਿਹ ਸਿੰਘ ਭੱਜ ਕੇ ਆਇਆ। ਮਾਤਾ ਜੀ ਕਹਿੰਦੇ ਹਾਂ ਮੇਰਿਆ ਪੁੱਤਰਾ, ਦੱਸ ਹੁਣ ਸਾਰੇ ਪਰਚੇ ਪਾਸ ਹੋ ਗਏ ਨੇ, ਆਖਰੀ ਦਿਨ ਸੀ ਬਸ, ਹੁਣ ਇੱਕੋ ਹੀ ਰਾਤ ਰਹਿ ਗਈ ਹੈ ਆਪਣੀ, ਅੱਜ ਵਾਲੀ। ਇਹ ਅੱਜ ਵਾਲੀ ਰਾਤ ਹੈ ਭਾਈ ਜਿਹੜੀ ਸ਼ੁਰੂ ਹੋ ਗਈ, ਆਹੀ ਧਰਤੀ ਤੇ ਸੀ, ਇਸੇ ਧਰਤੀ ਤੇ ਆਹੀ ਜਗ੍ਹਾ ਸੀ। ਇਦੋਂ ਵੀ ਜ਼ਿਆਦਾ ਠੰਡ ਸੀ ਜਿੱਥੇ ਆਪਾਂ ਧਰਤੀ ਦੇ ਲੈਵਲ ਤੇ ਬੈਠੇ ਹਾਂ ਨਾ, ਇੱਥੋਂ ਉੱਚਾ ਕਈ ਫੁੱਟ ਉੱਚਾ ਉਹ ਬੁਰਜ ਸੀ, ਉਹ ਉੱਚੇ ਬੈਠੇ ਸੀ, ਠੰਡੀ ਹਵਾ ਪੈਂਦੀ ਸੀ, ਘੁੱਟ ਕੇ ਮਾਤਾ ਨਾਲ ਲੱਗ ਕੇ ਫਤਿਹ ਸਿੰਘ ਕਹਿੰਦਾ ਮਾਂ ਅੱਜ ਬੜੇ ਕਰੜੇ ਸਵਾਲ ਜਵਾਬ ਹੋਏ, ਦਾਗ ਨਹੀਂ ਲੱਗਣ ਦਿੱਤਾ ਅਸੀਂ, ਬਸ ਹੁਣ ਨੇੜੇ ਹੀ ਇਹ ਕੰਮ, ਹੁਣ ਥੋੜਾ ਹੀ ਰਹਿ ਗਿਆ ਸਮਾਂ। ਅੱਜ ਮਾਤਾ ਗੁਜਰ ਕੌਰ ਜੀ ਲਾਸਟ ਰਾਤ ਹੈ ਅੱਜ ਵਾਲੀ ਜਿਹੜੀ ਹੁਣ ਆਪਾਂ ਇੱਥੇ ਬੈਠੇ ਹਾਂ। ਸਾਰੀ ਰਾਤ ਮਾਤਾ ਜੀ ਸਮਝਾਉਂਦੇ ਰਹੇ, ਫਿਰ ਉਵੇਂ ਨਿੱਘ ਦਿੰਦੇ ਰਹੇ। ਹੌਲੀ ਹੌਲੀ ਦਿਨ ਚੜ੍ਹਦਾ ਹੈ, ਅੱਜ ਪਤਾ ਹੈ ਵੀ ਅੱਜ ਜਾਣਗੇ, ਮੁੜ ਕੇ ਨਹੀਂ ਆਉਣੇ। ਰੋਜ਼ ਮਾਤਾ ਜੀ ਉਠਾਉਂਦੇ ਨੇ, ਪਤਾ ਵੀ ਅੱਜ ਉਠਾਵਾਂਗੀ ਮੁੜ ਕੇ ਨਹੀਂ ਉਠਾਉਣੇ, ਅੱਜ ਤਿਆਰ ਕਰਾਂਗੀ ਮੁੜ ਕੇ ਨਹੀਂ ਕਰਨੇ। ਅੱਜ ਮਾਤਾ ਜੀ ਉਠਾਉਂਦੇ ਨੇ, ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ, ਵੇ ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ, ਕਾਇਮ ਕਰੋ ਜੱਗ ਤੇ ਮਿਸਾਲ ਦੂਲਿਓ। ਅੱਜ ਠਾਏ ਉੱਠੋ ਬਈ, ਫਤਿਹ ਸਿੰਘ ਅੱਜ ਵੀ ਬੜੀ ਫੁਰਤੀ ਨਾਲ ਉੱਠਿਆ, ਫਟਾਫਟ ਥੋੜਾ ਬਹੁਤ ਪਾਣੀ ਹੈ ਮੂੰਹ ਹੱਥ ਧੁਆਤੇ, ਬਾਣੀ ਦਾ ਨਿਤਨੇਮ ਸ਼ੁਰੂ ਕਰ ਲਿਆ। ਇਹ ਸਵੇਰ ਆਉਣੀ ਹੈ ਜੀ, ਅੱਜ 12 ਪੋਹ ਹੈ ਜਿਹੜੀ ਸਵੇਰ ਆਉਣੀ ਹੈ। ਅੱਜ ਸਿਪਾਹੀ ਫੇਰ ਲੈਣ ਵਾਸਤੇ ਆਏ, ਪੌੜੀ ਦਾ ਖੜਕਾ ਹੋਇਆ, ਪੁੱਤਰਾਂ ਵਾਲਿਓ, ਧੀਆਂ ਵਾਲਿਓ, ਪੋਤਰਿਆਂ ਦੋਤਰਿਆਂ ਵਾਲਿਓ, ਦਿਲਾਂ ਤੇ ਹੱਥ ਰੱਖ ਕੇ ਵੇਖੋ, ਬੱਚੇ ਵੈਨ ਵਿੱਚ ਭੇਜੀ ਦੇ ਨੇ ਸਕੂਲ, ਥ੍ਰੀ ਵੀਲਰ ਵੀਲਰ ਆਉਂਦਾ ਲੈਣ ਲਈ, ਏਦਾਂ ਨਾ ਨਿਆਣਾ, ਤੇ ਹਰ ਮਾਂ ਨੂੰ ਪਤਾ ਹੁਣ ਚੱਲਿਆ ਸ਼ਾਮ ਨੂੰ ਮੁੜੇਗਾ, ਜਿਹਨੂੰ ਮੈਂ ਤਿਆਰ ਕਰਨੀ ਆ ਨਾ ਇਹ ਸ਼ਾਮ ਨੂੰ ਮੁੜ ਕੇ ਆਏਗਾ। ਧੰਨ ਮਾਤਾ ਗੁਜਰ ਕੌਰ ਜੀ ਦਾ ਜਿਗਰਾ। ਮਾਤਾ ਜੀ ਅੱਜ ਸੋਚਦੇ ਰਹੇ ਸੀ ਵੀ ਉਹ ਵੀ ਦਿਨ ਸੀ ਜਿੱਦਣ ਮੈਂ ਡੋਲੀ ਚੜ੍ਹ ਕੇ ਆਈ ਸਾਂ, ਕਰਤਾਰਪੁਰ ਵਿਆਹ ਹੋਇਆ ਸੀ, ਉਹ ਵੀ ਸਮਾਂ ਸੀ 26 ਸਾਲ ਆਪਣੇ ਪਤੀ ਦੇ ਬੂਹੇ ਵਿੱਚ ਪਹਿਰਾ ਲਾ ਕੇ ਖਲੋਤੀ ਰਹੀ ਸਾਂ, ਉਹ ਦਿਨ ਯਾਦ ਆਏ। ਮੈਨੂੰ ਨੂੰਹ ਬਣਾ ਕੇ ਗੁਰੂ ਹਰਗੋਬਿੰਦ ਸਾਹਿਬ ਲਿਆਏ ਸੀ, ਤੇਗ ਬਹਾਦਰ ਸਾਹਿਬ ਵਿਆਹੁਣ ਗਏ ਸੀ, ਗੁਰੂ ਹਰਗੋਬਿੰਦ ਸਾਹਿਬ ਮੈਨੂੰ ਧੀ ਬਣਾ ਕੇ ਲਿਆਏ,
ਮੇਰੇ ਪੇਕਿਆਂ ਤੋਂ ਨਾਲ ਸਨ ਛੇਵੇਂ ਪਾਤਸ਼ਾਹ ਜਿੱਦਣ ਮੈਂ ਇਸ ਘਰ ਚ ਆਈ 26 ਸਾਲ ਮੈਂ ਪਹਿਰਾ ਦਿੱਤਾ ਫਿਰ ਇੱਕ ਦਿਨ ਉਹ ਵੀ ਆਇਆ ਜਿੱਦਣ ਖੁਸ਼ੀਆਂ ਦਾ ਸਮਾਂ ਸਾਡੀ ਜ਼ਿੰਦਗੀ ਚ ਆਇਆ ਕਰਦੇ ਨਹੀਂ ਆਪਾਂ ਯਾਦ ਕਈ ਵਾਰੀ ਸੌਂ ਕੇ ਵੀ ਆਹ ਵੀ ਹੋਇਆ ਸੀ ਆਹ ਵੀ ਆਇਆ ਸੀ ਇੱਕ ਵਾਰੀ ਏਦਾਂ ਵੀ ਹੋਇਆ ਸੀ ਮਾਤਾ ਜੀ ਦੇ ਸਾਹਮਣੇ ਪੂਰਾ ਨਕਸ਼ਾ ਆ ਗਿਆ ਮੈਂ ਨੂੰਹ ਬਣ ਕੇ ਆਈ ਸਾਂ 26 ਸਾਲ ਬੂਹੇ ਅੱਗੇ ਖਲੋਤੀ ਰਹੀ ਸਾਂ ਫਿਰ ਸਾਡੇ ਘਰ ਖੁਸ਼ੀਆਂ ਦਾ ਸਮਾਂ ਆਇਆ 32 ਸਾਲਾਂ ਬਾਅਦ ਮੇਰੇ ਘਰ ਪੁੱਤਰ ਨੇ ਜਨਮ ਲਿਆ ਪਟਨੇ ਦੀ ਧਰਤ ਤੇ ਭਾਗ ਜਾਗੇ ਸਨ ਮੇਰੇ ਘਰ ਗੋਬਿੰਦ ਹੋਇਆ ਮੈਂ ਰੀਝਾਂ ਨਾਲ ਪਾਲਿਆ ਫਿਰ ਇੱਕ ਦਿਨ ਹੋਣੀ ਵਾਪਰੀ ਮੇਰੇ ਪਤੀ ਦਾ ਸੀਸ ਆਇਆ ਕੱਲਾ ਆਨੰਦਪੁਰ ਸਾਹਿਬ ਦਿੱਲੀ ਤੋਂ ਸੋਚ ਕੇ ਵੇਖੋ ਭੈਣਾਂ ਦਿਲਾਂ ਤੇ ਹੱਥ ਰੱਖ ਕੇ ਮਾਤਾ ਗੁਜਰੀ ਵਰਗੀ ਉਹ ਮਾਤ ਗੁਜਰੀ ਬਣ ਜਾਏਗੀ ਕੋਈ ਕੱਲਾ ਹੀ ਸੀਸ ਆਵੇ ਆਨੰਦਪੁਰ ਸਾਹਿਬ ਆਇਆ ਜਦੋਂ ਜੈਤਾ ਜੀ ਲੈ ਕੇ ਆਏ ਦਿੱਲੀ ਤੋਂ ਕੱਲਾ ਹੀ ਸੀਸ ਆਇਆ ਸਭ ਤੋਂ ਪਹਿਲੇ ਦਰਸ਼ਨ ਸੀਸ ਦੇ ਬੇਬੇ ਨਾਨਕੀ ਨੇ ਕੀਤੇ ਮਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਮਾਂ ਆ ਕੇ ਪਤਾ ਕੀ ਆਉਂਦੀ ਜ਼ੋਰ ਲਾ ਲਿਆ ਇਹਨਾਂ ਜ਼ਾਲਮਾਂ ਨੇ ਪਰ ਮੇਰੇ ਤੇਗ ਬਹਾਦਰ ਦੀ ਮੁਸਕਰਾਹਟ ਨਹੀਂ ਖੋ ਸਕੇ ਸੀਸ ਦਾ ਵੀ ਸੀਸ ਵੇਖਿਆ ਨਾ ਚਿਹਰਾ ਤੇ ਮੁਸਕਰਾ ਰਹੇ ਨੇ ਜ਼ੋਰ ਲਾ ਲਿਆ ਇਹਨਾਂ ਜ਼ਾਲਮਾਂ ਨੇ ਮੇਰੇ ਤੇਗ ਬਹਾਦਰ ਦੀ ਮੁਸਕਰਾਹਟ ਨਹੀਂ ਖੋ ਸਕੇ ਫਿਰ ਦਰਸ਼ਨ ਕੀਤੇ ਗੋਬਿੰਦ ਰਾਏ ਜੀ ਨੇ ਤੀਜੀ ਵਾਰੀ ਉਸ ਸੀਸ ਦੇ ਦਰਸ਼ਨ ਕੀਤੇ ਮਾਤ ਗੁਜਰੀ ਨੇ ਜਦੋਂ ਆ ਕੇ ਵੇਖਿਆ ਨਾ ਪਤੀ ਦਾ ਸੀਸ ਹੱਥ ਜੋੜ ਕੇ ਆਖਿਆ ਜਿਵੇਂ ਤੁਹਾਡੀ ਨਿਭ ਗਈ ਮੇਰੇ ਤੇ ਵੀ ਕਿਰਪਾ ਕਰਿਓ ਮੇਰੀ ਵੀ ਨਿਭ ਜੇ ਜਿਵੇਂ ਤੁਸੀਂ ਨਿਭਾ ਚੱਲੇ ਮੈਂ ਲਾਵਾਂ ਲਈਆਂ ਮੈਂ ਤੁਹਾਡੇ ਪਿੱਛੇ ਪਿੱਛੇ ਤੁਰੀ ਮੈਂ ਤੁਹਾਡੇ ਸੰਗ ਵਿਆਹ ਕੇ ਆਈ ਤੁਹਾਡੇ ਘਰ ਤੁਹਾਡਾ ਘਰ ਸ਼ਹੀਦਾਂ ਦਾ ਹੈ ਇਹ ਜੁਝਾਰੂਆਂ ਦੀ ਕੌਮ ਵਿੱਚ ਮੈਂ ਆਈ ਤੇ ਮੇਰੇ ਤੇ ਵੀ ਕਿਰਪਾ ਕਰਿਓ ਮੇਰੇ ਪਤੀ ਦੇਵ ਜਿਵੇਂ ਤੁਸੀਂ ਨਿਭਾ ਗਏ ਹੋ ਮੈਂ ਵੀ ਨਿਭਾ ਜਾ ਆਂਦੇ ਨੇ ਢਾਈ ਮਾਵਾਂ ਹੋਈਆਂ ਨੇ ਮੈਂ ਆਹਨਾਂ ਸਿੱਖ ਧਰਮ ਸਿੱਖ ਹਿਸਟਰੀ ਪੜ੍ਹ ਕੇ ਵੇਖੋ ਇੱਥੋਂ ਦੀਆਂ ਮਾਵਾਂ ਸਿੱਖੋ ਗਿਣੀਆਂ ਨਹੀਂ ਜੇ ਜਾਣੀਆਂ ਸਿੱਖ ਧਰਮ ਚ ਇੰਨੀਆਂ ਮਾਵਾਂ ਹੋਈਆਂ ਗਿਣੀਆਂ ਨਹੀਂ ਜਾਣੀਆਂ ਇੰਨੀਆਂ ਮਾਵਾਂ ਹੋਈਆਂ ਸਾਰਾ ਨਕਸ਼ਾ ਸਾਹਮਣੇ ਆ ਗਿਆ ਫਿਰ ਆਨੰਦਪੁਰ ਬਣਿਆ ਖਾਲਸਾ ਸਾਜਿਆ ਫਿਰ ਮੇਰੇ ਪੋਤਰੇ ਹੋਏ ਫਿਰ ਮੈਂ ਫਤਿਹ ਸਿੰਘ ਨੂੰ ਪਾਲਿਆ ਮਾਤਾ ਗੁਜਰ ਕੌਰ ਸਾਰਾ ਨਕਸ਼ਾ ਸਾਹਮਣੇ ਲਿਆ ਕੇ ਆਉਂਦੇ ਨੇ ਅੱਜ ਉਹ ਸਮਾਂ ਆ ਗਿਆ ਪਤੀ ਜੀ ਤੁਸੀਂ ਨਿਭਾ ਗਏ ਸੋ ਹੁਣ ਲਾਸਟ ਹੈ ਆਖਰੀ ਨਿਭ ਜਾਏ ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ ਠਾਏ ਆਓ ਅੱਜ ਗਲੇ ਸੇ ਲਗਾ ਤੋ ਲੂੰ ਕੇਸੋ ਮੈਂ ਕਰੂੰ ਕੰਘੀ ਮੂੰਹ ਦੁਲਾ ਤੋ ਲੂੰ ਮਾਤਾ ਜੀ ਕਹਿੰਦੇ ਆਓ ਤੁਮਕੋ ਗਲੇ ਸੇ ਲਗਾ ਤੋ ਲੂੰ ਨੰਨੀ ਸੀ ਕਲਗੀ ਸੀਸ ਪੇ ਸਜਾ ਤੋ ਲੂੰ ਬਚਿਓ ਮੇਰੇ ਉਹ ਲਾਲੋ ਜਾਣੇ ਸੇ ਪਹਿਲੇ ਤੁਮਕੋ ਦੂਲਾ ਬਣਾ ਤੋ ਲੂੰ ਅੱਜ ਰੀਤ ਨਾਲ ਮੈਂ ਤਿਆਰ ਕਰਾਂ ਬੁਗਚੇ ਚੋਂ ਉਹ ਪੋਟਲੀ ਕਹਿ ਲਓ ਪੋਟਲੀ ਸੀ ਕੋਲ ਅੱਜ ਉਹ ਚੋਲੇ ਕੱਢੇ ਜਿਹੜੇ ਕਦੀ ਨਹੀਂ ਸੀ ਕੱਢੇ ਨਾਲ ਰੱਖੇ ਸੀ ਮਾਤਾ ਜੀ ਇਹ ਤੇ ਤੁਸੀਂ ਸਾਨੂੰ ਚੋਲੇ ਪਵਾਏ ਹੀ ਨਹੀਂ ਮਾਤਾ ਜੀ ਕਹਿੰਦੇ ਮੈਂ ਅੱਜ ਵਾਲੇ ਦਿਨ ਲਈ ਸਾਂਭ ਕੇ ਰੱਖੇ ਸੀ ਅੱਜ ਵਾਲੇ ਦਿਨ ਲਈ ਨੀਲੇ ਚੋਲੇ ਪਵਾਏ ਕਮਰ ਕੱਸੇ ਕੀਤੇ ਸੋਹਣੀਆਂ ਦਸਤਾਰਾਂ ਸਜਾਈਆਂ ਨੰਨੀ ਸੀ ਕਲਗੀ ਸਜਾ ਤੋਲੂ ਕਲਗੀਆਂ ਲਾਈਆਂ ਨਿੱਕੀਆਂ ਨਿੱਕੀਆਂ
ਆਪਣੇ ਸਾਹਿਬਜ਼ਾਦਿਆਂ ਦੇ ਚਿਹਰਿਆਂ ਨੂੰ ਇਦਾਂ ਹੱਥਾਂ ਚ ਫੜ ਕੇ ਨਾ ਮਾਤਾ ਗੁਜਰ ਕੌਰ ਜੀ ਆਂਦੇ ਨੇ ਸੋਹਣੇ ਤੇ ਜਿਉਂ ਜੰਮੇ ਹੋ ਹੈ ਹੀ ਬੜੇ ਤੁਸੀਂ ਪਰ ਅੱਜ ਜਿੰਨੇ ਨੀ ਕਦੀ ਫੱਬੇ ਅੱਜ ਬੜੇ ਹੀ ਸੋਹਣੇ ਲੱਗਦੇ ਹੋ ਲਾਲੋ ਫੱਬ ਫੱਬ ਪੈਂਦੇ ਹੋ ਮਾਤਾ ਜੀ ਕਹਿੰਦੇ ਖੜਾਕ ਹੋਇਆ ਸਾਹਮਣੇ ਲਿਆਇਓ ਨਕਸ਼ਾ ਗੁਰਮੁਖੋਏ ਅੱਜ ਦੀ ਰਾਤ ਸੀ ਸਵੇਰ ਆਉਣੀ ਹੈ ਹੁਣ ਆਪਣੇ ਆਪ ਨੂੰ ਭੁੱਲ ਜਾਓ ਸਾਹਮਣੇ ਲਿਆਓ ਪੂਰਾ ਨਕਸ਼ਾ ਅੰਦਰੋਂ ਵੇਖਿਓ ਸਾਹਮਣੇ ਤੱਕਿਓ ਲਿਆ ਕੇ ਸਿਪਾਹੀ ਆ ਗਏ ਮਾਤਾ ਜੀ ਮਾਤਾ ਜੀ ਫੇਰ ਕਹਿੰਦੇ ਨੇ ਸਿਪਾਹੀ ਉਹ ਵਿਗਾੜਿਆ ਤੇ ਇੱਕ ਵਾਰੀ ਫੇਰ ਜਾਂਦੀ ਵਾਰੀ ਵਿਗਾੜਿਆ ਇਹਨਾਂ ਨੇ ਕੁਛ ਨਹੀਂ ਮੈਨੂੰ ਲੈ ਜਾਓ ਜਿੱਥੇ ਲਿਜਾਣਾ ਵੇ ਮੈਨੂੰ ਚਿਣ ਦਿਓ ਜਿੱਥੇ ਚਿਣਨਾ ਹੈ ਸਿਪਾਹੀਆਂ ਨੂੰ ਮਾਤਾ ਜੀ ਮੈਨੂੰ ਲੈ ਜਾਓ ਮੈਨੂੰ ਚਿਣ ਦਿਓ ਜਿੱਥੇ ਚਿਣਨਾ ਤੁਸੀਂ ਵੇ ਇਹਨਾਂ ਨੇ ਵਿਗਾੜਿਆ ਕੁਛ ਨਹੀਂ ਵੇ ਭਾਈ ਵੇ ਲੈਣ ਆ ਗਏ ਉਹ ਵਿਗਾੜਿਆ ਨਹੀਂ ਕੁਛ ਇਹਨਾਂ ਨੇ ਏਦਾਂ ਸਿਪਾਹੀਆਂ ਨੂੰ ਫਿਰ ਮਾਤਾ ਜੀ ਸਿਪਾਹੀ ਵੀ ਮਾਤਾ ਜੀ ਮਿਲ ਲਓ ਰੱਜ ਰੱਜ ਕੇ ਅੱਜ ਅਸੀਂ ਅੱਗੇ ਤੇ ਕਾਲ ਕਰਨੇ ਅੱਜ ਤੁਹਾਨੂੰ ਖੁੱਲ ਦਿੰਦੇ ਹਾਂ ਮਿਲ ਲਓ ਅੱਜ ਨਹੀਂ ਰੋਕਦੇ ਸਾਹਿਬਜ਼ਾਦੇ ਜਦੋਂ ਤੁਰਨ ਲੱਗੇ ਸਾਹਮਣੇ ਲਿਆਇਓ ਭੁੱਲ ਜਾਓ ਕੌਣ ਆ ਕਿੱਥੇ ਬੈਠੇ ਆ ਤੁਰਨ ਲੱਗੇ ਗੱਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਮੇਲੇ ਗੱਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਮੇਲੇ ਗੱਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਮੇਲੇ ਗੱਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਮੇਲੇ ਗੱਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਮੇਲੇ ਗੱਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਮੇਲੇ ਗੱਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਮੇਲੇ ਗੱਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਮੇਲੇ ਗੱਲ ਲੱਗ ਕੇ ਲਿਆਇਓ ਸਾਹਮਣੇ ਨਕਸ਼ਾ ਸਾਹਮਣੇ ਲਿਆਇਓ ਹਾਂਜੀ ਪਰਲੇ ਤਰਦਾ ਮੈਂ ਜੀ ਆਖਿਆ ਮਾਤਾ ਨੂੰ ਹੰਕਾਰੇ ਕਰ ਤਿਆਰ ਪਾਤਿਆਂ ਨੂੰ ਬੰਦੇ ਚਿਣ ਚਿਣ ਕੇ ਦਸਤਾਰੇ ਕਰ ਤਿਆਰ ਪਾਤਿਆਂ ਨੂੰ ਬੰਦੇ ਚਿਣ ਚਿਣ ਕੇ ਦਸਤਾਰੇ ਸੁਪਨਾ ਹੋ ਜਾਵਣਗੇ ਸੁਪਨਾ ਹੋ ਜਾਵਣਗੇ ਤੇਰੇ ਮਨ ਮਾਣੇ ਅਲਵੇਲੇ ਸੁਪਨਾ ਹੋ ਜਾਵਣਗੇ ਸੁਪਨਾ ਹੋ ਜਾਵਣਗੇ ਤੇਰੇ ਮਨ ਮਾਣੇ ਅਲਵੇਲੇ ਗੱਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਮੇਲੇ ਗੱਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਮੇਲੇ ਗੱਲ ਲੱਗ ਕੇ ਕਰ ਲੈ
ਕਬਰ ਸਬੂਰ ਤੋਂ ਖੁਮਖ ਮੁਖ ਵੇਖਣ ਤੇ ਛੱਤ ਤੇ ਕਰ ਸਬਰ ਸਬੂਰ ਨੂੰ ਤੂੰ ਭੁੱਖ ਮੁੱਖ ਵੇਖਣ ਤੇ ਛੱਡ ਦੇ ਹੋ ਕੇ ਨਿਰਮਾਈ ਤੂੰ ਹੋ ਕੇ ਨਿਰਮਾਈ ਤੂੰ ਮਨ ਵਿੱਚੋਂ ਮਮਤਾ ਡੈਣ ਨੂੰ ਕੱਢ ਦੇ ਮਨ ਵਿੱਚੋਂ ਮਮਤਾ ਡੈਣ ਨੂੰ ਕੱਢ ਦੇ ਮਾਲਕ ਸਭ ਮੁਲਕਾਂ ਦੇ ਮਾਲਕ ਸਭ ਮੁਲਕਾਂ ਦੇ ਇੱਥੋਂ ਤੁਰਦੇ ਦਿਸਣ ਵੇਲੇ ਮਾਲਕ ਸਭ ਮੁਲਕਾਂ ਦੇ ਸਭ ਹੀ ਜਾ ਰਹੇ ਨੇ ਸਿਪਾਹੀ ਕਹਿੰਦੇ ਨੇ ਮਾਲਕ ਸਭ ਮੁਲਕਾਂ ਦੇ ਇੱਥੋਂ ਤੁਰਦੇ ਦਿਸਣ ਵੇਲੇ ਕਰ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਵੇਲੇ ਕਰ ਲੈ ਮਾਤਾ ਜੀ ਜਾਂਦੀ ਵਾਰ ਦੇ ਵੇਲੇ ਕਰ ਲੱਗ ਕੇ ਕਰ ਲੈ ਮਾਤਾ ਜੀ ਜਾਂਦੀ ਵਾਰ ਦੇ ਵੇਲੇ ਪੜੋ ਲੱਗ ਕੇ ਕਰ ਲੈ ਓ ਕਰ ਲੱਗ ਕੇ ਕਰ ਲੈ ਲਾਈਨਾਂ ਸੁਣਿਓ ਧਿਆਨ ਨਾਲ ਸੁਣਿਓ ਤੈਨੂੰ ਸਭ ਜਾਣਨ ਹੈ ਸਭ ਤੇ ਵਜਣਾ ਮੌਤ ਨਜ਼ਾਰਾ ਤੈਨੂੰ ਸਭ ਜਾਣਨ ਹੈ ਸਭ ਤੇ ਵਜਣਾ ਮੌਤ ਨਜ਼ਾਰਾ ਤੈਨੂੰ ਸਮਝ ਆਉਣ ਲਈ ਮਾਂ ਮੈਂ ਮੂਰਖ ਕੌਣ ਵਿਚਾਰਾ ਤੈਨੂੰ ਸਮਝ ਆਉਣ ਲਈ ਮੂਰਖ ਕੌਣ ਵਿਚਾਰਾ ਪੈਂਦੇ ਸਿਰ ਸਭਨਾ ਦੇ ਪੈਂਦੇ ਸਿਰ ਸਭਨਾ ਦੇ ਮੌਤ ਦੇ ਮਾਰੀ ਨਾਲ ਗੁਲੇਲੇ ਪੈਂਦੇ ਸਿਰ ਸਭਨਾ ਦੇ ਪੈਂਦੇ ਸਿਰ ਸਭਨਾ ਦੇ ਮੌਤ ਦੇ ਵਾਰੀ ਨਾਲ ਗੁਲੇਲੇ ਗੱਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਵੇਲੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਵੇਲੇ ਗੱਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਵੇਲੇ ਗੱਲ ਲੱਗ ਕੇ ਕਰ ਲੈ ਤੂੰ ਹੁਣ ਕੱਲੀ ਬੈਠੀ ਨੂੰ ਬੁਰਜ ਵਿੱਚ ਦੇਊਗਾ ਕੌਣ ਦਿਲਾਸੇ ਹੁਣ ਕੱਲੀ ਬੈਠੀ ਨੂੰ ਬੁਰਜ ਵਿੱਚ ਦੇਊਗਾ ਕੌਣ ਦਿਲਾਸੇ ਮੁੜ ਵਾਪਸ ਆਉਂਦੇ ਨਾ ਕਦੇ ਵੀ ਪਾਣੀ ਵਿੱਚੋਂ ਪਤਾਸੇ ਮੁੜ ਵਾਪਸ ਆਉਂਦੇ ਨਾ ਕਦੇ ਵੀ ਪਾਣੀ ਵਿੱਚੋਂ ਪਤਾਸੇ ਟੁੱਟ ਜਾਣ ਹਨੇਰੀ ਸੇ ਟੁੱਟ ਜਾਣ ਹਨੇਰੀ ਸੇ ਤੇਰੇ ਹਲੀ ਸਾਹਿਬ ਦੇ ਕੇਲੇ ਟੁੱਟ ਜਾਣ ਹਨੇਰੀ ਸੇ ਤੇਰੇ ਹਰੀ ਸਾਹਿਬ ਦੇ ਕੇਲੇ ਗੱਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਵੇਲੇ ਮਾਤਾ ਜੀ ਜਾਂਦੀ ਵਾਰ ਦੇ ਵੇਲੇ ਕਰ ਲੈ ਮਾਤਾ ਜੀ ਜਾਂਦੀ ਵਾਰ ਦੇ ਵੇਲੇ ਕਰ ਲੱਗ ਕੇ ਕਰ ਲੈ ਮਾਤਾ ਜੀ ਜਾਂਦੀ ਵਾਰ ਦੇ ਵੇਲੇ ਕਰ ਲੱਗ ਕੇ ਕਰ ਲੈ ਮਾਤਾ ਜੀ ਜਾਂਦੀ ਵਾਰ ਦੇ ਵੇਲੇ ਕਰ ਲੱਗ ਕੇ ਕਰ ਲੈ ਉਸ ਵੇਲੇ ਮਾਤਾ ਜੀ ਨੂੰ ਆਖਿਆ ਜਾਂਦੀ ਵਾਰੀ ਮਿਲ ਲਓ ਟਾਈਮ ਦਿੰਦੇ ਆ ਸਿਪਾਹੀ ਕਹਿੰਦੇ ਨੇ
ਹੁਣ ਦਾ ਹੁਣ ਦਿਆਂ ਗਿਆ ਨੇ ਵਾਪਸ ਨਹੀਂ ਆਉਣਾ। ਮਾਤਾ ਗੁਜਰ ਕੌਰ ਜੀ ਨੇ ਉਹ ਸਗਨ ਕੀਤੇ, ਸਾਹਿਬਜ਼ਾਦਿਆਂ ਨੂੰ ਤਿਆਰ ਕਰਕੇ ਅੱਜ ਕਚਹਿਰੀ ਵੱਲ ਭੇਜਿਆ। ਤੁਰਨ ਲੱਗਿਆਂ ਘੁੱਟ ਕੇ ਬਾਬਾ ਫਤਿਹ ਸਿੰਘ ਨੇ ਮਾਤਾ ਜੀ ਨੂੰ ਗਲਵੱਕੜੀ ਪਾਈ, ਘੁੱਟ ਕੇ ਗਲਵੱਕੜੀ ਪਾਈ। ਮਾਤਾ ਜੀ ਵੀ ਛੱਡਣ ਨੂੰ ਜੀ ਨਹੀਂ ਕਰਦਾ, ਤੋਰਨ ਲੱਗੇ। ਮਾਤਾ ਰੋਜ਼ ਉਡੀਕਣ ਲੱਗ ਪੈਂਦੀ ਸੈਂ ਹੁਣ ਨਹੀਂ ਆਉਣਾ। ਆਖਰੀ ਵਾਰੀ ਮਾਤਾ ਜੀ ਨੂੰ ਫਤਿਹ ਬੁਲਾਈ, ਸਤਿਕਾਰ ਨਾਲ ਅੱਗੇ ਝੁਕੇ, ਉਸ ਦਾਦੀ ਮਾਂ ਨੂੰ ਘੁੱਟ ਕੇ ਗਲਵੱਕੜੀ ਪਾ ਕੇ, ਚੰਗਾ ਮਾਂ ਹੁਣ ਦੇ ਵਿਛੜੇ ਫਿਰ ਨਹੀਂ ਮਿਲਾਂਗੇ, ਨਾ ਉਡੀਕੀ ਦਾਦੀਏ। ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ, ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ, ਭੁੱਲ ਜਾਵੀਂ ਤੂੰ ਪੋਤਿਆਂ ਨੂੰ ਲਾਡ ਵਡਾਉਣਾ, ਭੁੱਲ ਜਾਵੀਂ ਤੂੰ ਪੋਤਿਆਂ ਨੂੰ ਲਾਡ ਵਡਾਉਣਾ, ਭੁੱਲ ਜਾਵੀਂ ਤੂੰ ਪੋਤਿਆਂ ਲਾਡ ਵਡਾਉਣਾ, ਭੁੱਲ ਜਾਵੀਂ ਤੂੰ ਚੱਲੇ ਮੌਤ ਵਿਆਉਣ ਲੂ ਤੂੰ ਸ਼ਗਨ ਮਨਾ ਦੇ, ਸਿਰ ਤੇ ਕਫਨ ਬੰਨ ਲੈ ਹੁਣ ਕਲਗੀਆਂ ਲਾ ਦੇ, ਚੱਲੇ ਮੌਤ ਵਿਆਉਣ ਲੂ ਤੂੰ ਸ਼ਗਨ ਮਨਾ ਦੇ, ਸਿਰ ਤੇ ਕਫਨ ਬੰਨ ਲੈ ਹੁਣ ਕਲਗੀਆਂ ਲਾ ਦੇ, ਵੈਰੀ ਨੇ ਵੇ ਅੰਦਰਾਂ ਦਾ ਸ਼ੇਰਾ ਲਾਉਣਾ, ਵੈਰੀ ਨੇ ਵੇ ਅੰਦਰਾਂ ਦਾ ਸ਼ੇਰਾ ਲਾਉਣਾ, ਨਾ ਉਡੀਕੀ ਦਾਦੀਏ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ, ਮੈਂ ਤਾਂ ਹੋ 9 ਸਾਲ ਦਾ ਮੇਰਾ ਵੀਰ ਨਿਆਣਾ, ਮੌਤ ਵੱਡੀ ਹੈ ਇਸ ਤੋਂ ਪਹਿਲੋ ਜਾਣਾ। ਜ਼ੋਰਾਵਰ ਸਿੰਘ ਕਹਿੰਦੇ ਮੈਂ ਤੇ ਫਿਰ ਵੀ ਵੱਡਾ, ਇਹ ਨਿਆਣਾ ਫਤਿਹ ਸਿੰਘ ਛੋਟਾ ਹੈ ਨਾ, ਨਾਲ ਵੱਡੇ ਹੋ ਗਏ ਆ ਭਰਾ ਤੇ ਛੋਟੇ ਵੇਖੇ ਹੀ ਨੇ ਨਾ, ਨਿੱਕੇ ਨਿੱਕੇ ਜਦੋਂ ਹੁੰਦਾ ਹੀ ਹੈ, ਛੋਟੇ ਹੋਵੋਗੇ ਜਾਂ ਵੱਡੇ ਹੋਵੋਗੇ, ਇਹ ਨਿਆਣਾ ਹੈ ਵੇਖੋ ਲਾਈ ਲਾਈ। ਮੈਂ ਤਾਂ ਹੋ 9 ਸਾਲ ਦਾ ਮੇਰਾ ਵੀਰ ਨਿਆਣਾ, ਮੌਤ ਵੱਡੀ ਹੈ ਪਹਿਲੋ ਜਾਣਾ, ਅੱਗੋ ਪਿੱਛੋ ਮੌਤ ਨੂੰ ਅਸੀਂ ਘੇਰਾ ਪਾਉਣਾ, ਅੱਗੋ ਪਿੱਛੋ ਮੌਤ ਨੂੰ ਅਸੀਂ ਘੇਰਾ ਪਾਉਣਾ, ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ, ਅਸੀਂ ਤੇ ਆਪਾਂ ਨਾ ਅੱਜ ਵੇਖੋ ਸਾਰੇ ਉਹ ਗਾ ਹੀ ਰਹੇ ਹਾਂ ਬਸ,
ਅਸੀਂ ਕਿੱਥੇ ਚੱਲੇ ਆ? ਆਪਾਂ ਤੇ ਤਿਆਰੀ ਕੀਤੀ ਘਰਾਂ ਨੂੰ ਭੱਜ ਲੈਣਾ, ਸੌ ਜਾਣਾ ਰਜਾਈਆਂ 'ਚ ਜਾ ਕੇ। ਇਹ ਤੇ ਉਹ ਆਪਾਂ ਤੇ ਉਹ ਗੱਲ ਯਾਦ ਕਰਨੇ ਪਏ ਆ, ਧਨ ਨੇ ਜਿਨ੍ਹਾਂ ਤੇ ਬੀਤੀਆਂ ਨੇ, ਧਨ ਨੇ। ਆਪਾਂ ਕਿੱਥੇ ਚੱਲੇ ਆ? ਪਰ ਉਹ ਸਮਾਂ ਯਾਦ ਕਰਕੇ ਵੇਖੋ, ਬੁਰਜ ਤੋਂ ਤੁਰਨ ਲੱਗੇ ਜਦੋਂ ਆਖਰੀ ਵਾਰੀ, ਆਖਰੀ ਲਾਈਨ, ਕੌਣ ਖੂਰੀਓ ਕਿਵੇਂ ਸੁਣਾ ਗੇ ਲੋਰੀਆਂ ਬਿਨ ਤੇਰੇ ਸਾਜੋ, ਕੌਣ ਖਵਾਉ ਚੂਰੀਆਂ ਮਾਂ ਤੇਰੇ ਬਾਜੋ, ਕਿਵੇਂ ਸੁਣਾ ਗੇ ਲੋਰੀਆਂ ਬਿਨ ਤੇਰੇ ਸਾਜੋ, ਛੇਤੀ ਛੇਤੀ ਆ ਜਾਣਾ ਨਾ ਤੇਰ ਲਗੋਣਾ, ਤੂੰ ਵੀ ਸਾਡੇ ਪਿੱਛੇ ਹੀ ਆ ਜਾਈ, ਇੱਥੇ ਨਾ ਬੈਠੀ ਰਹੀ, ਅਸੀਂ ਵੀ ਚੱਲੇ ਆ ਮਗਰ ਹੀ ਆ ਜਾਈ, ਸਾਡਾ ਨੀ ਜੀ ਲੱਗਣਾ ਤੇਰੇ ਬਿਨਾ। ਧੰਨ ਮਾਂ ਗੁਜਰੀ, ਫੜੋ ਛੇਤੀ ਛੇਤੀ ਆ ਜਾਣਾ ਨਾ ਤੇਰ ਲਗੋਣਾ, ਛੇਤੀ ਛੇਤੀ ਆ ਜਾਣਾ ਨਾ ਤੇਰ ਲਗੋਣਾ, ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ, ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ, ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ। ਚੱਲੇ ਆ ਬਸ, ਮਾਤਾ ਗੁਜਰ ਕੌਰ ਜੀ ਨੇ ਤੋਰੇ, ਸਿਪਾਹੀ ਲੈ ਤੁਰੇ। ਆਪਾਂ ਪੜ੍ਹਨੇ ਆ ਨਾ ਅੱਗੇ ਵੀ, ਪਿਛਲੇ ਸਾਲ ਮੈਂ ਪੜ੍ਹਿਆ ਸੀ, ਠੰਡੇ ਬੁਰਜ ਠੰਡੇ ਬੁਰਜ ਬੈਠੀ ਮਾਤਾ ਸ਼ਗਨ ਕਰੇ, ਸ਼ਗਨ ਕਰੇ ਸਿੰਘ ਕੋੜੀ ਚੜੇ, ਠੰਡੇ ਬੁਰਜ ਬੈਠੀ ਮਾਤਾ ਸ਼ਗਨ ਕਰੇ, ਸ਼ਗਨ ਕਰੇ ਜੋਰਾਵਾਰ ਫਤਿਹ ਸਿੰਘ ਕੋੜੀ ਚੜੇ, ਜੋਰਾਵਾਰ ਫਤਿਹ ਸਿੰਘ ਕੋੜੀ ਚੜੇ, ਨਿੱਕੇ ਨਿੱਕੀਆਂ ਕਲਗੀਆਂ ਲਗਾ ਕੇ ਤੁਰੇ, ਨਿੱਕੇ ਤੇਲ ਹੰਝੂਆਂ ਦਾ ਚੋਵੇ, ਓਏ ਦੁਨੀਆ ਵਾਲਿਓ ਦਿਲਾਂ ਤੇ ਹੱਥ ਰੱਖ ਕੇ ਵੇਖੋ, ਗੁਲਾਬੀ ਚੁੰਨੀ ਉਦਣ ਸਾਡੀ ਮਾਂ ਲੈ ਲੈਂਦੀ ਹੈ, ਹੋਰ ਕਿੰਨੇ ਕੁ ਸਗਨ ਕਰਦੀ,
ਗੁਰਸਿੱਖੋ ਉਹ ਸਮੇਂ ਨੂੰ ਸਾਹਮਣੇ ਲਿਆ ਕੇ ਵੇਖਿਓ ਮੋਤੀ ਰਾਮ ਖੜਾਰੋ ਤੇਲ ਹੰਝੂਆਂ ਦਾ ਚੋਵੇ ਮੋਤੀ ਰਾਮ ਖੜਾਰੋ ਤੇਲ ਹੰਝੂਆਂ ਦਾ ਚੋਵੇ ਕਾਨੇ ਗੁੱਟਾਂ ਤੇ ਸ਼ਹੀਦੀਆਂ ਦੇ ਜੱਜ ਦੇ ਬੜੇ ਜੱਜ ਦੇ ਬੜੇ ਪੜੋ ਜੋਰਾਵਾਲ ਫਤਿਹ ਸਿੰਘ ਕੋੜੀ ਚੜੇ ਅੱਜ ਜੋਰਾਵਾਲ ਫਤਿਹ ਸਿੰਘ ਕੋੜੀ ਚੜੇ ਸਿੰਘ ਕੋੜੀ ਚੜੇ ਅੱਜ ਜੋਰਾਵਾਲ ਫਤਿਹ ਸਿੰਘ ਕੋੜੀ ਚੜੇ ਤੁਰਨ ਲੱਗੇ ਤੁਹਾਨੂੰ ਪਤਾ ਹੈ ਸਾਡੇ ਤੇ ਦੁੱਖ ਦਾ ਸਮਾਂ ਆਵੇ ਭਾਵੇਂ ਸੁੱਖ ਦਾ ਸਾਨੂੰ ਵਿਛੜਿਆਂ ਦੀ ਯਾਦ ਆ ਜਾਂਦੀ ਸੁੱਖਾਂ ਲੱਦਾ ਕਿਸੇ ਦਾ ਭਰਾ ਤੁਰ ਗਿਆ ਹੋਵੇ ਭਾਵੇਂ ਰੱਖੜੀ ਸਾਡੇ ਚ ਹੈ ਨਹੀਂ ਤਿਉਹਾਰ ਭੈਣਾਂ ਭਰਾਵਾਂ ਨੂੰ ਰੱਖੜੀਆਂ ਬੰਨਦੀਆਂ ਨੇ ਜਿਹਦਾ ਵਿਛੜਿਆ ਉਹ ਭੈਣ ਯਾਦ ਕਰਦੀ ਰਹਿੰਦੀ ਹੈ ਭੈਣ ਯਾਦ ਆਈ ਜਾਂਦੀ ਕਿਸੇ ਦਾ ਪੁੱਤਰ ਘੋੜੀ ਚੜ੍ਹਦਾ ਜਦੋਂ ਜਿਹਦਾ ਤੁਰ ਗਿਆ ਹੋਵੇ ਉਹਨੂੰ ਆਪਣੇ ਪੁੱਤਰ ਦੀ ਯਾਦ ਆਉਂਦੀ ਸਾਡਾ ਵੀ ਜਵਾਨ ਹੁੰਦਾ ਅਸੀਂ ਵੀ ਵਿਆਹ ਕਰਦੇ ਇਹੋ ਜਿਹੇ ਰਿਵਾਜ ਗੁਰਮਤ ਵਿੱਚ ਹੈ ਨਹੀਂ ਨਾਲ ਮੈਂ ਬੇਨਤੀ ਕਰਦਾ ਜਾਵਾਂ ਜਦੋਂ ਕੋਈ ਵਿਆਹ ਕੇ ਆਉਂਦਾ ਪਾਣੀ ਵਾਰਿਆ ਜਾਂਦਾ ਹੈ ਜਿਹਦੀ ਮਾਂ ਤੁਰ ਗਈ ਹੋਵੇ ਛੱਡ ਕੇ ਮਾਂ ਦੀ ਥਾਂ ਤੇ ਚਾਚੀ ਜਾਂ ਤਾਈ ਖਲੋਤੀ ਹੋਵੇ ਨਾ ਉਦਣ ਆਪਣੀ ਵਿਛੜੀ ਮਾਂ ਦਾ ਚੇਤਾ ਆ ਜਾਂਦਾ ਜਿੱਦਣ ਪਿਓ ਪੱਲਾ ਫੜਾਉਂਦਾ ਹੈ ਧੀ ਦਾ ਜਦੋਂ ਗੁਰਦੁਆਰੇ ਦੇ ਭਾਈ ਜੀ ਆਉਂਦੇ ਨੇ ਪਿਓ ਨਹੀਂ ਪਿਓ ਦੀ ਥਾਂ ਤੇ ਹੁਣ ਚਾਚਾ ਪੱਲਾ ਫੜਾਏਗਾ ਉਦਣ ਉਸ ਧੀ ਨੂੰ ਪੁੱਛੋ ਉਹਨੂੰ ਪਿਓ ਦੀ ਚੇਤਾ ਯਾਦ ਆ ਜਾਂਦਾ ਹਮੇਸ਼ਾ ਦੁੱਖ ਵਿੱਚ ਸੁੱਖ ਵਿੱਚ ਸਾਨੂੰ ਸਾਡੇ ਵਿਛੜੇ ਯਾਦ ਆਉਣ ਲੱਗ ਪੈਂਦੇ ਆ ਅੱਜ ਜਦੋਂ ਸਾਹਿਬਜ਼ਾਦੇ ਤੁਰੇ ਨਾ ਤੇ ਜੀਤਾਂ ਨੂੰ ਯਾਦ ਕੀਤਾ ਮਾਂ ਨੇ ਜੀਤਾਂ ਤੂੰ ਹੁੰਦੀ ਅੱਜ ਵੇਖ ਅੱਜ ਮੇਰੇ ਲਾਲ ਕਿੰਨੇ ਸੋਹਣੇ ਲੱਗਦੇ ਨੇ ਵੇ ਲਾਲੋ ਆਓ ਇੱਕ ਵਾਰੀ ਗੱਲ ਨਾਲ ਲੱਗ ਲਓ ਦਾਦੀ ਪੋਤਿਆਂ ਨੂੰ ਆਖੇ ਕਹਿਰ ਜਾਲਮਾਂ ਨੇ ਟਾਇਆ ਪਾਣਾ ਗੰਗੂਆਰ ਤਾਇਆ ਕਹਿਰ ਜਾਲਮਾਂ ਨੇ ਟਾਇਆ ਪਾਣਾ ਗੰਗੂਆਰ ਤਾਇਆ ਖੜੀ ਬੁਰਜ ਚੋ ਵੇਖੇ ਖੜੀ ਬੁਰਜ ਚੋ ਵੇਖੇ ਚਿਹਰੇ ਮੁਸਕਾਨ ਨਾ ਭਰੇ ਦਾਦੀ ਬੱਚਿਆਂ ਨੂੰ ਕਹਿੰਦੀ ਤੱਕ ਲਵਾਇਆ ਤੂੰ ਮੁੱਖ ਲਾਲ ਫੱਬ ਦੇ ਬੜੇ ਦਾਦੀ ਬੱਚਿਆਂ ਨੂੰ ਕਹਿੰਦੀ ਤੱਕ ਲਵਾਇਆ ਤੂੰ ਮੁੱਖ ਲਾਲ ਫੱਬ ਦੇ ਬੜੇ ਇੱਥੇ ਨਾ ਸਾਡੇ ਬੱਚਾ ਇੱਕ ਪੁੱਠੇ ਜੇ ਗਾਣੇ ਲਿਖਣ ਲੱਗ ਪਿਆ ਪੁੱਠੇ ਜੇ ਮੈਨੂੰ ਮਿਲਿਆ ਮੈਂ ਆਖਿਆ ਓਏ ਇੰਨਾ ਕੁਝ ਲਿਖਣਾ ਹੈ ਤੇਰਾ ਦਿਮਾਗ ਮਾੜਾ ਮੋਟਾ ਕੰਮ ਕਰਦਾ ਤੇ ਕੁਛ ਚੰਗਾ ਲਿਖ ਦੇ
ਜੇ ਤੈਨੂੰ ਰੱਬ ਨੇ ਕੋਈ ਸ਼ਬਦ ਦਿੱਤੇ ਨੇ ਬਣਾਉਣੇ ਤੇ ਬਣਾ ਖਾ। ਉਹਨੇ ਕੱਲ ਆ ਕਵਿਤਾ ਇਹਨੂੰ ਕਹਿੰਦਾ ਸਿੰਘ ਨੂੰ, ਆਂਦਾ ਮੈਂ ਬਣਾਉਣਾ ਤੇ ਤੂੰ ਪੜ੍ਹੀ। ਉਹ ਵੇਖ ਜਿੱਥੇ ਬੈਠਾ ਹੈ ਆ ਮਾਣ ਨਹੀਂ ਮਿਲ ਸਕਦਾ, ਇਹ ਹਾਜ਼ਰੀ ਨਹੀਂ ਲੱਗ ਸਕਦੀ ਜਿਹੜੀ ਮਾਂ ਗੁਜਰੀ ਤੇ ਸਾਹਿਬਜ਼ਾਦਿਆਂ ਕੋਲ ਲੱਗ ਜਾਣੀ ਤੇਰੀ। ਹੱਥ ਚੱਲਦਾ ਕਲਮ ਲਿਖਦੀ ਖੋਰੇ ਕੀ ਗੰਦ ਪਾ ਦਿੰਦਾ, ਕਿੰਨਿਆਂ ਦਾ ਜੀਵਨ ਵਿਗੜਦਾ। ਆ ਹਾਜ਼ਰੀ ਹੈ ਜਿੱਥੇ ਬੈਠਾ ਵੇਖ। ਬੜਾ ਸੋਹਣਾ ਮੈਂ ਵੇਖਿਆ ਨਾ ਜਦੋਂ, ਮੈਂ ਕਿਹਾ ਬੜਾ ਕਮਾਲ ਹੈ, ਲਾਲ ਫੱਬਦੇ ਬੜੇ। ਹਾਂਜੀ, ਉਸਾਰਦੇ ਤੰਦਾ ਮੁੱਖੋਂ ਬੋਲ ਕੇ, ਲਾੜੀ ਮੌਤ ਨੂੰ ਨੀ ਵੇਖੋ ਹਾਸੇ ਭਾਣੇ ਲੈ, ਹਾਸੇ ਭਾਣੇ ਲੈ ਰਹੇ ਨੇ, ਕਹਿ ਰਹੇ ਨੇ ਚਿਣ ਦਿਓ ਦੁਆਰਾ ਪੜ੍ਹੋ। ਉਸਾਰਦੇ ਤੰਦਾ ਮੁੱਖੋਂ ਬੋਲ ਕੇ, ਲਾੜੀ ਮੌਤ ਨੂੰ ਨੀ ਵੇਖੋ ਹਾਸੇ ਭਾਣੇ ਲੈ, ਜੀਤਾ ਹੁੰਦੀ ਵੇਖ ਲੈਂਦੀ, ਜੀਤਾ ਨੀ ਜੀਤਾ ਤੂੰ ਹੁੰਦੀ ਵੇਖ ਲੈਂਦੀ। ਅੱਜੋ ਮਾਂ ਨੂੰ ਚੇਤਾ ਕੀਤਾ ਫਤਿਹ ਸਿੰਘ ਦਾ, ਜੀਤਾਂ ਦੀ ਕੁੱਖੋਂ ਜਨਮ ਹੈ, ਮਾਤਾ ਜੀਤਾ ਨੀ ਜੀਤਾ ਤੂੰ ਹੁੰਦੀ ਪੜੋ। ਜੀਤਾ ਹੁੰਦੀ ਵੇਖ ਲੈਂਦੀ ਸੂਬੇ ਵੈਰੀ ਦੀ ਕਚਹਿਰੀ, ਹਿਕਾਂ ਤਾਣ ਕੇ ਖੜੇ ਦਾਦੀ ਬੱਚਿਆਂ ਨੂੰ ਕਹਿੰਦੀ ਤੱਕ ਲਵਾ ਜਾਂਦੀ ਵਾਰ, ਲਾਲ ਫੱਬਦੇ ਬੜੇ ਦਾਦੀ ਬੱਚਿਆਂ ਨੂੰ ਕਹਿੰਦੀ ਤੱਕ ਲਵਾ ਜਾਂਦੀ ਵਾਰ, ਲਾਲ ਫੱਬਦੇ ਬੜੇ ਸੋਹਣੇ ਲੱਗਦੇ ਨੇ। ਲਾਵਾਂ ਹੋ ਗਈਆਂ ਨੇ ਪੂਰੀਆਂ, ਸਾਇਆ ਜੇ ਵੀ ਬਾਕੀ ਰਹਿੰਦੇ ਨੇ, ਮੋਤੀ ਰਾਮ ਅੱਖਾਂ ਹੰਝੂ ਸ਼ਗਨਾਂ ਦੇ ਬਹਿੰਦੇ ਨੇ। ਲਾਵਾਂ ਹੋ ਗਈਆਂ ਨੇ ਪੂਰੀਆਂ, ਸਾਇਆ ਜੇ ਵੀ ਬਾਕੀ ਰਹਿੰਦੇ ਨੇ, ਮੋਤੀ ਰਾਮ ਅੱਖਾਂ ਹੰਝੂ ਸ਼ਗਨਾਂ ਦੇ ਬਹਿੰਦੇ ਨੇ। ਪਾਏ ਪੂਰ ਨੇ ਮਾਸੂਮਾਂ, ਪਾਏ ਪੂਰ ਨੇ ਮਾਸੂਮਾਂ, ਜੋਰ ਲਾ ਵੈਰੀ ਨੇ ਹਰੇ ਦਾਦੀ ਦੁਨੀਆ ਨੂੰ ਕਹਿੰਦੀ ਤੱਕ ਲਵੋ ਅੱਜ ਲੋਕੋ, ਲਾਲ ਫੱਬਦੇ ਬੜੇ ਦਾਦੀ ਦੁਨੀਆ ਨੂੰ ਕਹਿੰਦੀ ਤੱਕ ਲਵੋ ਅੱਜ ਲੋਕੋ, ਲਾਲ ਫੱਬਦੇ ਬੜੇ। ਮਾਂ ਗੁਜਰੀ ਕਹਿੰਦੀ ਏ ਉਹ ਸਮਾਂ ਸੀ ਜਦੋਂ ਲੋਕਾਂ ਦੇ ਬੱਚੇ ਅਨਾਥ ਹੋਏ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮੈਂ ਅਨਾਥ ਹੋ ਜਾ, ਧੱਕੇ ਨਾਲ ਜਨੇਊ ਲਾਏ ਜਾ ਰਹੇ ਆ, ਹਿੰਦੂਆਂ ਦੇ ਬੱਚੇ ਅਨਾਥ ਹੋਣੋਂ ਬਚ ਜਾਣ ਕੋਈ ਗੱਲ ਨਹੀਂ, ਮੈਂ ਅਨਾਥ ਹੋ ਜਾਂਗਾ ਕੋਈ ਗੱਲ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤੇਰੀ ਮਾਂ ਵਿਧਵਾ ਹੋ ਜਾਏਗੀ, ਹਿੰਦੂ ਬੀਬੀਆਂ ਵਿਧਵਾ ਹੋਣੋਂ ਬਚ ਜਾਣਗੀਆਂ, ਪਿਤਾ ਜੀ ਮੈਨੂੰ ਮੇਰੀ ਮਾਂ ਨੂੰ ਵਿਧਵਾ ਹੋ ਜਾਣ ਦਿਓ। ਅੱਜ ਮਾਤਾ ਜੀ ਕਹਿੰਦੇ ਨੇ ਦੁਨੀਆਂ ਦੇ ਲੋਕੋ ਵੇਖੋ ਮੈਂ ਸ਼ਗਨ ਮਨਾਏ ਨੇ, ਅੱਜ ਮਾਤਾ ਨੇ ਆਪਣੇ ਸਾਹਿਬਜ਼ਾਦੇ ਤੋਰੇ ਨੇ, ਤਾਂ ਹੀ ਅੱਜ ਸਾਡੀਆਂ ਭੈਣਾਂ ਆਪਣੇ ਬੱਚਿਆਂ ਨੂੰ ਤੋਰਦੀਆਂ ਨੇ ਵਿਆਹ ਵਾਸਤੇ।
ਜਾ ਪੁੱਤਰ ਅੱਜ ਘੋੜੀ ਚੜਦਾ ਹੈ ਡੋਲਾ ਲੈ ਕੇ ਆਏਗਾ ਕਦੇ ਨਾ ਅਸੀਂ ਵਿਆਹ ਕਰ ਸਕਦੇ ਜੇ ਮਾਂ ਗੁਜਰੀ ਨੇ ਆਪਣੇ ਲਾਲ ਨਾ ਤੋਰੇ ਹੁੰਦੇ ਇਹ ਸਵੇਰ ਦਾ ਦਿਨ ਹੈ ਕੱਲ ਦਾ ਸਭ ਜਾਂਦੇ ਤੁਰੇ ਜਾ ਰਹੇ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਲਾਲ ਫਤਿਹ ਬੁਲਾਈ ਮੁੜ ਕੇ ਨਹੀਂ ਦਿਸੇ ਕਚਹਿਰੀ ਚ ਗਏ ਬੱਚਿਓ ਅੱਜ ਵੀ ਮੰਨ ਜਾਓ ਨਹੀਂ ਮੰਨਦੇ ਇਹ ਫਿਰ ਸਵੇਰ ਆਉਣੀ ਹੈ ਨੀਹਾਂ ਵਿੱਚ ਖਲਾਰ ਲੈ ਗਏ ਨੀਹਾਂ ਚਿੰਨ ਵਾਲੇ ਨੀਹਾਂ ਚਿਣਦੇ ਗਏ ਕੰਧ ਚਿਣਦੇ ਗਏ ਗੋਡਿਆਂ ਤੱਕ ਕੰਧ ਆਈ ਕਈ ਇਤਿਹਾਸਕਾਰਾਂ ਨੇ ਵੀ ਲਿਖਿਆ ਸੂਬਾ ਕਹਿੰਦਾ ਓਏ ਮੇਰੀ ਇੱਟ ਨਾ ਭੰਨਿਓ ਚੱਪਣੀਆਂ ਲਾ ਦਿਓ ਚੱਪਣੀਆਂ ਆ ਗਈਆਂ ਸੀ ਮਾਰ ਕੇ ਤੇਸੇ ਜ਼ੋਰ ਨਾਲ ਚੱਪਣੀਆਂ ਲਾ ਦਿੱਤੀਆਂ ਸੀ ਸਾਹਿਬਜ਼ਾਦਿਆਂ ਸਾਹਿਬ ਚੱਪਣੀਆਂ ਸੁਣੋ ਚੱਪਣੀਆਂ ਲਾ ਦਿੱਤੀਆਂ ਸਾਹਿਬਜ਼ਾਦਿਆਂ ਦੀਆਂ ਹੌਲੀ ਹੌਲੀ ਕੰਧ ਉੱਪਰ ਵੱਧਦੀ ਗਈ ਇਤਿਹਾਸ ਕਹਿੰਦਾ ਹੈ ਜ਼ੋਰਾਵਰ ਸਿੰਘ ਦੇ ਨੇਤਰਾਂ ਚੋਂ ਜਲ ਆ ਗਿਆ ਫਤਿਹ ਸਿੰਘ ਕਹਿਣ ਲੱਗਿਆ ਵੀਰਾ ਡੋਲ ਗਿਆ ਆਂਦਾ ਡੋਲਿਆ ਨਹੀਂ ਹੈ ਮੇਰੇ ਨਾਲੋਂ ਛੋਟਾ ਹੈ ਪਰ ਤੂੰ ਦਾਦਾ ਪਿਤਾ ਦੀ ਗੋਦ ਵਿੱਚ ਪਹਿਲਾਂ ਚੱਲਿਆ ਜਾਏਗਾ ਕਹਿੰਦਾ ਗੱਲ ਹੀ ਕੋਈ ਨਹੀਂ ਰੁਕ ਜਾ ਜਲਾਦ ਨੂੰ ਰੋਕ ਕੇ ਇੱਕ ਇੱਟ ਪੈਰਾਂ 'ਚ ਰੱਖ ਲਈ ਬਰਾਬਰ ਹੋ ਗਏ ਕਹਿੰਦੇ ਲੈ ਹੁਣ ਆਪਾਂ ਇੱਕੋ ਜਿੱਡੇ ਹੋ ਗਏ ਇਕੱਠੇ ਚੱਲਾਂਗੇ ਉੱਪਰ ਤੱਕ ਚਿਣਦੇ ਗਏ ਛਾਤੀਆਂ ਤੱਕ ਕੰਧ ਆਈ ਸਾਹ ਰੁਕਣ ਲੱਗ ਪਿਆ ਜਿਵੇਂ ਜਿਵੇਂ ਉੱਪਰ ਤੱਕ ਕੰਧ ਜਾਂਦੀ ਰਹੀ ਸਾਹ ਰੁਕਦੇ ਗਏ ਇੱਕਦਮ ਕੰਧ ਫਟੀ ਧਰਤੀ ਕੰਬੀ ਕੰਧ ਫਟ ਗਈ ਧਰਤੀ ਤੇ ਡਿੱਗੇ ਲੈ ਹੁਣ ਮੰਨਣਗੇ ਲਿਆਓ ਹੋਸ਼ ਵਿੱਚ ਇਹ 13 ਪੋਹ ਹੈ ਸਵੇਰ ਦੀ ਸਾਹਿਬਜ਼ਾਦਿਆਂ ਦੇ ਮੂੰਹ ਤੇ ਪਾਣੀ ਦਾ ਛੱਟਾ ਦਿੱਤਾ ਤਲੀਆਂ ਮਲੀਆਂ ਹੋਸ਼ ਵਿੱਚ ਆਉਣਗੇ ਹੁਣ ਮੰਨਣਗੇ ਕਾਜੀ ਨੇੜੇ ਗਿਆ ਸੂਬੇਦਾਰ ਨੇੜੇ ਆਇਆ ਨੇੜੇ ਆ ਗਏ ਨੇੜੇ ਆ ਕੇ ਕਹਿੰਦੇ ਨੇ ਦੱਸੋ ਇਸਲਾਮ ਕਬੂਲ ਹੈ
ਬੋਲਿਆ ਨਹੀਂ ਗਿਆ, ਸਾਹਿਬਜ਼ਾਦਿਆਂ ਦੀਆਂ ਗਲੇ ਰੁਕ ਗਏ, ਆਵਾਜ਼ ਨਹੀਂ ਨਿਕਲੀ, ਮਾੜੀਆਂ ਮਾੜੀਆਂ ਅੱਖਾਂ ਖੁੱਲੀਆਂ। ਜਦੋਂ ਉਹਨਾਂ ਨੇ ਕਿਹਾ ਦੱਸੋ ਹੁਣ ਤੁਹਾਨੂੰ ਹੋਸ਼ ਵਿੱਚ ਲੈ ਆਵਾਂਗੇ, ਤੁਹਾਡਾ ਇਲਾਜ ਕਰਾ ਲਾਂਗੇ, ਤੁਸੀਂ ਠੀਕ ਹੋ ਜਾਓਗੇ, ਸ਼ਾਹੀ ਹਕੀਮ ਤੁਹਾਡਾ ਇਲਾਜ ਕਰਨਗੇ, ਬਚਿਓ, ਹੁਣ ਦੱਸੋ ਇਸਲਾਮ ਕਬੂਲ ਹੈ। ਕਹਿੰਦੇ ਦੋਵਾਂ ਨੇ ਇੱਦਾਂ ਸਿਰ ਹਿਲਾਤਾ ਇਸਲਾਮ ਕਬੂਲ ਲਈ, ਇੱਦਾਂ ਸਿਰ ਹਿਲਾਤਾ। ਬਸ ਫਿਰ ਵਜੀਦਾ ਕਹਿੰਦਾ ਹੁਣ ਨਾ ਢਿੱਲ ਕਰੋ, ਉੱਠੋ, ਕੋਈ ਕੋਈ ਉੱਠੇ, ਜਿਬਾ ਕਰ ਦਿਓ। ਇਹ ਜਿਬਾ ਕਰਨਾ ਕਹਿੰਦੇ ਨੇ, ਤੁਹਾਨੂੰ ਪਤਾ ਹੈ ਇਸਲਾਮ ਧਰਮ ਦੇ ਵਿੱਚ ਜਦੋਂ ਵੀ ਇਹ ਜਦੋਂ ਕਿਸੇ ਜਾਨਵਰ ਨੂੰ ਵੀ ਮਾਰਦੇ ਨੇ ਨਾ, ਤੇ ਹੌਲੀ ਹੌਲੀ ਇੱਦਾਂ ਹਥਿਆਰ ਜਿਹੜਾ ਹੁੰਦਾ ਉਹਨੂੰ ਇੱਦਾਂ ਘਸਾ ਕੇ ਹੌਲੀ ਹੌਲੀ ਉਹਨੂੰ, ਉੱਠੋ ਕੋਈ ਕਹਿੰਦਾ ਵਜੀਦਾ। ਲਾਸਟ ਲਾਈਨਾਂ ਨੇ ਜਿਹੜੀਆਂ ਆਪਾਂ ਪੜ੍ਹਦੇ ਹੁੰਦੇ ਹਾਂ, ਜਿੰਦਾ ਕੋਮਲ ਨੇ ਨਿਹਾਜ ਖਲੋਣ ਲੱਗੀਆਂ, ਜਿੰਦਾ ਕੋਮਲ ਨੇ ਨਿਹਾਜ ਖਲੋਣ ਲੱਗੀਆਂ, ਇੱਟਾਂ ਲਾੜੀ ਦੀ ਸਹੇਲੀ ਵਾਂਗੂ ਰੋਣ ਲੱਗੀਆਂ, ਇੱਟਾਂ ਲਾੜੀ ਦੀ ਸਹੇਲੀ ਸੁੱਚਾ ਆਨੰਦ ਗਾਰਾ ਪਾਵੇ, ਸੁੱਚਾ ਆਨੰਦ ਗਾਰਾ ਪਾਵੇ, ਲਾੜੀ ਮੌਤ ਨੂੰ ਸਜਾਵੇ, 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 ਅੱਜ ਭੈਣਿਆਂ ਜਲਤ ਭੈਣਿਆਂ ਜਲਤ ਹੀਰੇ ਕੰਧਾਂ ਚ ਅੱਜ ਭੈੜਿਆਂ ਜਲਤ, ਕਲਗੀਆਂ ਵਾਲੇ ਨੇ ਕਦੇ ਚੁੱਕੇ ਵੀ ਹੋਣੇ ਗੋਦੀ, ਫਤਿਹ ਸਿੰਘ ਹੀਰਾ ਪੁੱਤਰ ਗੁਰੂ ਗੋਬਿੰਦ ਸਿੰਘ ਦਾ, ਜੋਰਾਵਰ ਸਿੰਘ ਹੀਰਾ ਪੁੱਤਰ, ਜਦੋਂ ਦਰਬਾਰ ਚਾਹੁੰਦੇ ਸੀ ਪਿਤਾ ਜੀ, ਬਾਪੂ ਜੀ ਆ ਗਏ, ਪਿਤਾ ਜੀ ਆ ਗਏ, ਗੁਰੂ ਪਿਤਾ ਜੀ ਆ ਗਏ ਕਹਿੰਦੇ ਸੀ, ਫਤਿਹ ਸਿੰਘ ਭੱਜ ਕੇ ਗੋਦੀ ਚੜ੍ਹਦਾ ਸੀ। ਇੱਕ ਦਿਨ ਫਤਿਹ ਸਿੰਘ ਵੱਡਾ ਤਮਾਲਾ ਸਜਾਉਂਦਾ ਹੈ, ਮੈਂ ਵੱਡਿਆਂ ਵੀਰਾਂ ਨਾਲ ਖੇਡਣਾ, ਵੱਡੇ ਕਹਿੰਦੇ ਨੇ ਤੂੰ ਨਹੀਂ ਖੇਡ ਸਕਦਾ, ਇੱਕ ਦਸਤਾਰ, ਦਸਤਾਰ ਤੇ ਫਿਰ ਦਸਤਾਰ, ਪੰਜ ਛੇ ਦਸਤਾਰਾਂ ਬੰਨ ਕੇ ਨਿਹੰਗ ਸਿੰਘਾਂ ਵਾਂਗੂ ਵੱਡਾ ਤਮਾਲਾ ਬੰਨ ਕੇ ਆ ਗਿਆ। ਫਤਿਹ ਸਿੰਘ ਕਹਿੰਦਾ ਹੈ ਹੁਣ ਤੇ ਮੈਂ ਤੁਹਾਡੇ ਜਿੱਡਾ ਹੋ ਗਿਆ, ਖੜਾ ਲਓ ਆਪਣਿਆਂ ਭਰਾਵਾਂ ਨੂੰ। ਤੇ ਕਲਗੀ ਵਾਲੇ ਨੇ ਵੇਖਿਆ ਓਏ ਮੇਰਾ ਪੁੱਤਰ ਪੱਗ ਇੱਡੀ ਲੰਬੀ ਸੋਹਣੀ ਬੜੀ ਲੱਗੇ, ਤੇ ਕਲਗੀ ਵਾਲੇ ਕਹਿੰਦੇ ਨੇ ਇਹਦੇ ਨਾਲ ਦੀਆਂ ਪੰਜ ਸਿੰਘ ਦਸਤਾਰਾਂ ਬੰਨੋ ਵੱਡੀਆਂ ਵੱਡੀਆਂ, ਇਹ ਅੱਜ ਤੋਂ ਇਹ ਬੜਾ ਲਾਡਲੀ ਫੌਜ ਹੋਏਗੀ, ਇਹਨਾਂ ਦੇ ਦਮਾਲੇ ਹੀ ਵੱਖਰੇ ਹੋਇਆ ਕਰਨਗੇ, ਆਹ ਦਮਾਲੇ ਲੰਬੇ ਲੰਬੇ ਬਾਬੇ ਫਤਿਹ ਸਿੰਘ ਦੇ ਸ਼ੁਰੂ ਕੀਤੇ ਹੋਏ ਆ। ਬਾਬਾ ਫਤਿਹ ਸਿੰਘ ਏਦਾਂ ਦਾ ਲਾਡਲਾ ਸੀ ਗੁਰੂ ਗੋਬਿੰਦ ਸਿੰਘ ਦਾ, ਜੋਰਾਵਰ ਗੋਦੀ ਚੜ੍ਹਦਾ ਸੀ, ਫਤਿਹ ਸਿੰਘ ਨੂੰ ਮਰਜ ਚੁੱਕਦੇ ਸੀ। ਤੁਹਾਨੂੰ ਪਤਾ ਹੈ ਛੋਟਾ ਸਭ ਨਾਲੋਂ ਪਿਆਰਾ ਹੁੰਦਾ ਹੈ, ਘਰ 'ਚ ਜੀ ਜਿਹੜਾ ਛੋਟਾ ਨਿਆਣਾ ਹੁੰਦਾ ਨਾ ਉਹਨੂੰ ਸਾਰਿਆਂ ਨਾਲੋਂ ਖਾਣ ਨੂੰ ਵੀ ਵੱਧ ਮਿਲਦਾ ਹੈ, ਛੋਟੇ ਬੱਚੇ ਦਾ ਕੁਦਰਤੀ ਜ਼ਿਆਦਾ ਮੋਹ ਹੁੰਦਾ ਸਾਰੇ ਪਰਿਵਾਰ ਨਾਲ, ਹਰ ਕੋਈ ਚੁੱਕੀ ਫਿਰਦਾ ਹੈ। ਅੱਜ ਉਹ ਮਾਰਦਾ ਹੀਰਾ ਪੁੱਤਰ, ਉਹ ਹੀਰੇ ਕੰਧਾਂ 'ਚ ਚੰਨਣ ਵਾਲੇ ਨਹੀਂ ਸਨ, ਅੱਜ ਭੈੜਿਆਂ ਜਲਤ ਹੀਰੇ ਕੰਧਾਂ 'ਚ ਜੜੇ, ਕੰਧਾਂ 'ਚ ਜੜੇ
ਉਤੇ ਸਾਂਭ ਕੇ ਰੱਖਣ ਵਾਲੇ ਸਨ। ਇਹੋ ਜਿਹੇ ਤੇ ਕੌਮ ਦੇ ਹੀਰੇ ਸਾਂਭੀਦੇ ਨੇ। ਬਦਕਿਸਮਤੀ ਇਹ ਸਾਡੀ, ਸਾਡੇ ਤੋਂ ਹੀਰੇ ਸਾਂਭੇ ਨਹੀਂ ਜਾਂਦੇ, ਸਾਡੇ ਤੋਂ ਤੇ ਗਵਾਚੇ ਹੀ ਨਹੀਂ ਹਮੇਸ਼ਾ। ਅਸੀਂ ਤੇ ਗਵਾਏ ਨੇ, ਹਲਕੇ ਕੁੱਤੇ ਰਹਿ ਗਏ ਨੇ ਸਾਡੇ ਕੋਲ, ਮਾਫ ਕਰਨਾ, ਹੀਰੇ ਨਹੀਂ ਸਾਂਭੇ ਗਏ। ਆ ਬੜੇ ਨੇ ਬਾਬਾ ਜਰਨੈਲ ਸਿੰਘ ਜੀ ਦੀ ਗੱਲ ਕਰਦੇ ਨੇ ਨਾ ਜਦੋਂ ਇਹ ਕਰੀ, ਪਰ ਇਹੋ ਜਿਹੇ ਹੀਰੇ ਨਹੀਂ ਸਾਂਭੇ ਗਏ ਸਾਥੋਂ। ਅੱਜ ਤੇ ਫੋਟੋਆਂ ਹੀ ਲੈ ਕੇ ਲਈ ਫਿਰਨੇ ਆਪਾਂ, ਛਾਤੀਆਂ ਤੇ ਲਾਈ ਫਿਰਨੇ। ਉਹ ਹੀਰੇ ਸਾਂਭਣ ਵਾਲੇ ਨੇ, ਕੰਧਾਂ 'ਚ ਚਿੰਨ ਵਾਲੇ ਨਹੀਂ ਸੀ। ਧੰਨ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ, ਉਹ ਕਹਿੰਦਾ ਉੱਠੋ ਕੋਈ ਸ਼ਾਸ਼ਲ ਬੇਗ ਬਾਸਲ ਬੇਗ, ਸਮਾਣੇ ਦੇ ਜਲਾਦ ਉੱਠੇ। ਸੂਬੇਦਾਰਾ ਸਾਡਾ ਮੁਕੱਦਮਾ ਮਾਫ ਕਰਦੇ, ਅਸੀਂ ਇਹ ਕੰਮ ਕਰ ਦਿੰਦੇ ਹਾਂ। ਸਹਿਕਦੇ ਨੇ, ਸਾਹ ਚੱਲਦੇ ਨੇ ਅਜੇ। ਬਾਬੇ ਫਤਿਹ ਸਿੰਘ ਜੋਰਾਵਰ ਦੀਆਂ ਥੋੜੀਆਂ ਥੋੜੀਆਂ ਅੱਖਾਂ ਖੁੱਲਦੀਆਂ ਨੇ, ਹੋਸ਼ ਵਿੱਚ ਨੇ, ਸੁਰਤ ਵਿੱਚ ਸੀ ਜਦੋਂ ਸਵੇਰ ਦਾ ਦਿਨ ਹੈ। ਸਾਹਿਬਜ਼ਾਦੇ ਕਹਿੰਦੇ ਅਸੀਂ ਇਹ ਕੰਮ ਕਰ ਦਿੰਦੇ ਹਾਂ, ਸਾਡਾ ਮੁਕੱਦਮਾ ਮਾਫ ਕਰਦੇ ਸੂਬਿਆ। ਕਹਿੰਦੇ ਆਓ, ਸਾਰੇ ਲੋਕੀ ਵੇਖ ਰਹੇ ਸੀ। ਉਹ ਵੱਡੇ ਵੱਡੇ ਮੋਟੇ ਸਰੀਰਾਂ ਵਾਲੇ ਸਾਹਿਬਜ਼ਾਦਿਆਂ ਦੀਆਂ ਛਾਤੀਆਂ ਤੇ ਬਹਿ ਗਏ ਸੀ। ਫੁੱਲਾਂ ਵਾਂਗੂ ਪਾਲੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ, ਰੀਝ ਨਾਲ ਪਾਲੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ। ਸਾਰੇ ਪਿਆਰ ਕਰਦੇ ਹੋ ਗੁਰਮੁਖੋ, ਬੀਬੀ ਘਰ ਵਾਲੀ ਰੋਟੀ ਬਣਾਉਂਦੀ ਹੈ, ਨਿਆਣਾ ਚੁੱਕੀ ਫਿਰਦਾ ਬੰਦਾ, ਗਿੱਲੇ ਥਾਂ ਤੇ ਪੈਂਦਾ ਹੈ, ਸਾਂਭ ਸਾਂਭ ਰੱਖਦੇ ਹਾਂ ਆਪਣੇ ਬੱਚਿਆਂ ਨੂੰ, ਠੰਡ ਤੋਂ ਬਚਾ ਕੇ ਰੱਖਦੇ ਹਾਂ, ਮੋਟਾ ਲੀੜਾ ਉਹਦੇ ਤੇ ਦੇਈਦਾ ਹੈ, ਠੰਡ ਨਾ ਲੱਗ ਜਾ ਮੇਰੇ ਪੁੱਤਰ ਨੂੰ ਕਿਤੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਿਆਂ ਸਾਹਿਬਜ਼ਾਦਿਆਂ ਦੀਆਂ ਛਾਤੀਆਂ ਤੇ। ਇਹ ਸਵੇਰ ਦਾ ਦਿਨ ਹੈ, ਉਹ ਜਲੇਬੀਆਂ ਪਕੌੜੇ ਖਾ ਕੇ ਨਹੀਂ ਮੁੜੀਦਾ। ਉਹਨਾਂ ਜੁਝਾਰੂਆਂ ਨੂੰ, ਉਹਨਾਂ ਯੋਧਿਆਂ ਨੂੰ, ਸੂਰਵੀਰਾਂ ਨੂੰ ਯਾਦ ਕਰੀਦਾ, ਉਹਨਾਂ ਦੀ ਸ਼ਹੀਦੀ ਨੂੰ ਸਮਝੀਦਾ। ਆਪਣਾ ਜੀਵਨ ਬਦਲ ਕੇ ਜਾਓ। ਅੱਜ ਕਹੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੁਸੀਂ ਆਪਣੇ ਹੀਰੇ ਪੁੱਤਰ ਵਾਰੇ ਨੇ, ਫਿਕਰ ਨਾ ਕਰਿਓ, ਅਸੀਂ ਸਾਰੇ ਤੁਹਾਡੇ ਪੁੱਤਰ ਬਣ ਕੇ ਵਿਖਾਵਾਂਗੇ। ਕਹੋ ਇੱਕ ਵਾਰੀ, ਧੰਨ ਗੁਰੂ ਗੋਬਿੰਦ ਸਿੰਘ ਜੀ, ਭੈਣੋ ਗੱਜ ਕੇ ਬੋਲਿਓ ਇੱਕ ਵਾਰੀ, ਸਿੰਘੋ ਗੱਜ ਕੇ, ਇੱਕ ਪਾਸੇ ਬੀਬੀਆਂ ਇੱਕ ਪਾਸੇ ਸਿੰਘ ਬੋਲੋ, ਸਾਰੀ ਬੀਬੀਆਂ ਬੋਲੋ। ਅਸੀਂ ਗਲਗੀ ਧਰਦੀਆਂ ਤੀਆਂ, ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ। ਭੈਣਾ ਗਲਗੀ ਸਿੰਘੋ ਬੋਲੋ, ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ। ਅਸੀਂ ਗਲਗੀ, ਅਸੀਂ ਪੁੱਤ ਗੱਜ ਕੇ ਗੁਰੂ ਗੋਬਿੰਦ ਸਿੰਘ ਦੇ। ਉਹ ਕਿਹੋ ਜਿਹੇ ਪੁੱਤਰ ਆ ਸੀ, ਨਿਤਨੇਮ ਸਾਡੇ ਪੱਲੇ ਨਹੀਂ, ਅੰਮ੍ਰਿਤ ਛਕਣ ਤੋਂ ਅਸੀਂ ਕਿੰਨੀ ਕਤਰਾਨੇ ਆ। ਚੱਜ ਦੀ ਗੱਲ ਨਹੀਂ ਕਰਨੀ, ਸਾਰਾ ਦਿਨ ਭੈੜੀਆਂ ਭੈੜੀਆਂ ਗਾਲਾਂ ਕੱਢਣੇ ਆ, ਕਿੱਧਰ ਦੇ ਪੁੱਤਰ ਆ। ਵੀਰੋ ਭਰਾਵੋ ਮਨੋ ਆਖੋ, ਉਸ ਬਾਜਾਂ ਵਾਲੀ ਸੱਚੀ ਸਰਕਾਰ ਨੂੰ ਚੇਤਾ ਕਰਕੇ ਮਨੋ ਆਖੋ। ਮੇਰੇ ਕਹਿਣ ਤੇ ਮਗਰ ਬੋਲ ਕੇ ਨਹੀਂ, ਅੰਦਰੋਂ ਇੱਕ ਵਾਰੀ, ਅੰਦਰੋਂ ਇੱਕ ਵਾਰੀ ਕਹਿ ਕੇ ਵੇਖੋ, ਚਾਹ ਨਾਲ ਅੰਦਰ ਭਰਦਾ ਹੋਏ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣ ਰਹੇ ਆ। ਮਹਾਰਾਜ ਕਹਿੰਦੇ ਧਰਮ ਦਾ ਪਿਤਾ ਮੈਂ ਤੁਹਾਡਾ, ਗੁਰੂ ਤੁਹਾਡੇ ਗੁਰੂ ਗ੍ਰੰਥ ਸਾਹਿਬ ਹੋਣਗੇ। ਅੰਦਰੋਂ ਇੱਕ ਵਾਰੀ, ਤੇ ਜਿੰਨੇ ਵੀਰ ਬੈਠੇ ਨੇ ਬੇਅਮਰਤੀਏ ਨਹੀਂ ਛਕਿਆ, ਅੱਜ ਮਨੋ ਕਹਿ ਜਾਓ ਕਿ ਬਾਜਾਂ ਵਾਲਿਆ, ਆ ਸਾਹਿਬਜ਼ਾਦਿਆਂ ਵਰਗੇ ਤੇਰੇ ਪੁੱਤਰਾਂ ਵਰਗੇ ਤੇ ਨਹੀਂ ਬਣ ਸਕਦੇ ਅੰਦਰੋਂ, ਪਰ ਬਾਹਰੋਂ ਜ਼ਰੂਰ ਪੱਗਾਂ ਬੰਨਾਂਗੇ, ਜ਼ਰੂਰ ਬਣ ਕੇ ਵੇਖਾਂਗੇ, ਤੇਰੇ ਪੁੱਤਰ ਬਣਾਂਗੇ। ਬਿੰਦੀ ਪੁੱਤਰ ਨਹੀਂ, ਨਾਦੀ ਪੁੱਤਰ, ਤੇਰੇ ਸ਼ਬਦ ਵਿੱਚੋਂ ਪੈਦਾ ਹੋਵਾਂਗੇ, ਤੇਰੇ ਨਾਦ ਤੇਰੇ ਬਚਨਾਂ ਨੂੰ ਮੰਨਾਂਗੇ, ਨਾਦੀ ਪੁੱਤਰ ਬਣਾਂਗੇ। ਇੱਕ ਵਾਰੀ ਮਨੋ ਇਹ
ਫੀਲ ਕਰਕੇ ਭਾਵਨਾ ਬਣਾ ਕੇ ਇੱਕ ਵਾਰੀ ਮਨੋ ਆਖਿਓ ਅਸੀਂ ਕਲਗੀ ਧਰ ਦੀਆਂ ਧੀਆਂ ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ ਹਾਂ ਕਲਗੀ ਗੱਜ ਕੇ ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ ਪਿਓ ਮਿਲ ਜੇ ਕਲਗੀ ਧਰ ਮਨ ਕਾ ਪਿਓ ਮਿਲ ਜੇ ਕਲਗੀ ਧਰ ਮਨ ਕਾ ਮਿਲ ਜੇ ਕਲਗੀ ਧਰ ਮਨ ਕਾ ਪਿਓ ਮਿਲ ਜੇ ਕਲਗੀ ਧਰ ਮਨ ਕਾ ਜਿਹਨੂੰ ਸਾਹਿਬ ਕੌਰ ਜਹੀ ਮਾਂ ਮਿਲ ਜੇ ਸਾਹਿਬਜ਼ਾਦਿਆਂ ਦੀਆਂ ਛਾਤੀਆਂ ਤੇ ਬਹਿ ਕੇ ਫਿਰ ਸਾਰਗਾਂ ਕੱਟ ਦਿੱਤੀਆਂ ਗਈਆਂ ਸੀ ਸਾਰਗਾਂ ਤੇ ਇਕਾਗਰਤਾ ਨਾਲ ਸੁਣਿਓ ਬਸ ਪੰਜ ਚਾਰ ਮਿੰਟ ਵਿੱਚ ਸਮਾਪਤੀ ਕਰਨ ਲੱਗਾ ਮਾਤਾ ਗੁਜਰ ਕੌਰ ਜੀ ਨੂੰ ਪਤਾ ਲੱਗਾ ਉਹ ਤੇ ਕਹਿ ਗਿਆ ਸੀ ਨਾ ਉਹ ਡੀਕੀ ਦਾਦੀ ਅਸੀਂ ਮੁੜ ਨਹੀਂ ਆਉਣਾ ਅਸੀਂ ਹੁਣ ਆਉਣਾ ਨਹੀਂ ਇਹ ਤੇ ਕਹਿ ਗਏ ਸੀ ਨਾ ਫਿਰ ਵੀ ਮਾਤਾ ਜੀ ਬੈਠੇ ਨੇ ਮੋਤੀ ਰਾਮ ਨੇ ਆ ਦੱਸਿਆ ਮਾਤਾ ਜੀ ਕਹਿੰਦੇ ਨੇ ਦੱਸੋ ਮੇਰਿਆਂ ਲਾਲਾਂ ਨਾਲ ਕਿਵੇਂ ਬੀਤੀ ਮੋਤੀ ਰਾਮ ਕਹਿੰਦਾ ਮਾਤਾ ਜੀ ਹੱਸ ਹੱਸ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ ਹੁਣ ਕਈ ਇਤਿਹਾਸਕਾਰਾਂ ਨੇ ਲਿਖਿਆ ਕਈਆਂ ਨੇ ਲਿਖਿਆ ਅੱਖਾਂ ਬੰਦ ਕਰ ਲਈਆਂ ਨੇਤਰ ਬੰਦ ਕਰਕੇ ਮਾਤਾ ਜੀ ਨੇ ਸਰੀਰ ਛੱਡਿਆ ਪਰ ਕਈ ਇਤਿਹਾਸਕਾਰ ਇਹ ਵੀ ਲਿਖਦੇ ਨੇ ਮਾਤਾ ਜੀ ਨੂੰ ਬੁਰਜ ਤੋਂ ਧੱਕਾ ਦਿੱਤਾ ਗਿਆ ਸਿਪਾਹੀਆਂ ਨੇ ਮਾਤਾ ਜੀ ਨੂੰ ਧੱਕਾ ਦੇ ਕੇ ਬਜ਼ੁਰਗ ਮਾਤਾ ਨੂੰ ਬੁਰਜ ਤੋਂ ਧਰਤੀ ਤੇ ਸੁੱਟਿਆ ਇਹ ਵੀ ਇਤਿਹਾਸ 'ਚ ਲਿਖਿਆ ਹੁਣ ਦੋ ਸਾਹਿਬਜ਼ਾਦੇ ਨੇ ਮਾਤਾ ਗੁਜਰ ਕੌਰ ਹੈ ਅਸੀਂ ਹਿੰਦੂਆਂ ਦੇ ਵਿਰੋਧੀ ਨਹੀਂ ਹਾਂ ਇੱਕ ਉਹ ਨੇ ਉਸ ਵੇਲੇ ਗੰਗੂ ਵੀ ਇੱਕ ਬ੍ਰਾਹਮਣ ਘਰ ਦਾ ਜਨਮ ਹੈ ਹਿੰਦੂ ਹੈ ਪਰ ਦੂਜੇ ਪਾਸੇ ਉਸ ਵੇਲੇ ਸੰਸਕਾਰ ਕਰਨ ਵਾਲਾ ਟੋਡਰ ਮੱਲ ਸੇਠ ਵੀ ਹਿੰਦੂਆਂ ਦੇ ਘਰ ਦਾ ਜਨਮ ਉਹ ਵੀ ਹਿੰਦੂ ਅਸੀਂ ਧਰਮ ਦਾ ਕਿੱਥੇ ਵਿਰੋਧ ਕਰਨੇ ਆ ਅੱਜ ਤੱਕ ਸੇਠ ਟੋਡਰ ਮੱਲ ਦਾ ਨਾਂ ਹੈ ਉਹ ਗੇਟ ਬਣਿਆ ਸੇਠ ਟੋਡਰ ਮੱਲ ਦੀ ਯਾਦ ਵਿੱਚ ਇੱਥੇ ਮਕਬਰੇ ਬਣੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਨਾਲ ਆ ਪਰਲੇ ਪਾਸੇ ਵੇਖੋ ਵੱਡੇ ਵੱਡੇ ਗੁੰਬਦ ਲੱਗੇ ਆ ਖਾਲਸੇ ਨੇ ਢਾਇਆ ਹੈ ਸਰ ਇਹ ਸਰਹੰਦ ਦੀ ਇੱਟ ਨਾਲ ਇੱਟ ਖੜਕੀ ਹੈ ਪਰ ਕਿਸੇ ਧਰਮ ਸਥਾਨ ਦੀ ਸਿੱਖਾਂ ਨੇ ਬੇਅਦਬੀ ਨਹੀਂ ਕੀਤੀ ਮਕਬਰੇ ਨਹੀਂ ਢਾਏ ਕੋਈ ਮਸੀਤ ਨਹੀਂ ਢਾਈ ਇੱਥੇ ਉਵੇਂ ਹੀ ਨੇ ਮਕਬਰੇ ਵੱਡੀਆਂ ਵੱਡੀਆਂ ਮਸੀਤਾਂ ਫਤਿਹਗੜ੍ਹ ਵਿੱਚ ਉਵੇਂ ਹੀ ਨੇ ਢਾਈਆਂ ਨਹੀਂ ਅਸੀਂ ਕਿਸੇ ਧਰਮ ਨਾਲ ਵੈਰ ਨਹੀਂ ਸਾਡਾ ਜ਼ਾਲਮ ਤੇ ਜ਼ੁਲਮ ਨਾਲ ਵੈਰ ਹੈ ਖਾਲਸੇ ਦਾ
ਜੇ ਧਰਮ ਨਾਲ ਵੈਰ ਹੁੰਦਾ ਇੱਥੇ ਇੱਕ ਵੀ ਮਸੀਤ ਨਾ ਹੁੰਦੀ, ਮਸੀਤਾਂ ਵੀ ਢਾ ਦੇਣੀਆਂ ਸੀ। ਸੂਬਾ ਸਰਹੰਦ ਹੈ ਨਾ ਜਿਹੜਾ, ਪੁੱਛਿਆ ਸੀ ਬੱਚਿਓ ਤੁਹਾਨੂੰ ਛੱਡਾਂਗੇ ਕੀ ਕਰੋਗੇ, ਕਹਿੰਦੇ ਜਾਵਾਂਗੇ ਫੌਜਾਂ ਇਕੱਠੀਆਂ ਕਰਾਂਗੇ, ਸੁੱਚਾ ਆਨੰਦ ਤੇਰੇ ਸੂਬੇ ਦੇ ਆ ਕੇ ਦੋ ਟੁਕੜੇ ਕਰਾਂਗੇ, ਤੇ ਸੁਣਿਓ ਤੇਰੇ ਸੂਬੇ ਦੇ, ਜੇ ਕਹਿੰਦੇ ਇੱਕ ਵਾਰੀ ਬਚ ਗਿਆ ਦੂਜੀ ਵਾਰੀ ਤੀਜੀ ਵਾਰੀ ਫੇਰ ਆਵਾਂਗੇ, ਜਿੰਨਾ ਚਿਰ ਤੇਰੇ ਸੂਬੇ ਦੇ ਦੋ ਟੁਕੜੇ ਨਹੀਂ ਹੁੰਦੇ ਅਸੀਂ ਮੁੜ ਮੁੜ ਕੇ ਆਉਂਦੇ ਰਹਾਂਗੇ। ਤੇ ਬਾਬਾ ਫਤਿਹ ਸਿੰਘ ਨੂੰ ਤੇ ਸ਼ਹੀਦ ਕਰ ਦਿੱਤਾ ਸੀ, ਪਰ ਫਤਿਹ ਸਿੰਘ ਜਥੇਦਾਰ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ, ਜਿਹਨੇ ਵਜੀਦੇ ਦੇ ਦੋ ਟੁਕੜੇ ਕੀਤੇ ਸੀ। ਉਹ ਫਤਿਹ ਸਿੰਘ ਹੋਰ ਹੈ, ਹੋਰ ਰੂਪ ਵਿੱਚ ਆਇਆ ਹੈ, ਪਰ ਟੁਕੜੇ ਦੋ ਕੀਤੇ ਸੀ। ਹੋਇਆ ਉਸੇ ਤਰ੍ਹਾਂ ਹੀ ਹੈ ਵਜੀਦੇ ਦੇ ਨਾਲ। ਸਾਹਿਬਜ਼ਾਦੇ ਕਹਿੰਦੇ ਸੀ, ਉਹ ਸੇਠ ਟੋਡਰ ਮੱਲ ਕਹਿੰਦਾ ਮੈਂ ਸੰਸਕਾਰ ਕਰਨਾ ਹੈ, ਮੈਂ ਸੰਸਕਾਰ ਕਰਨਾ ਸਾਹਿਬਜ਼ਾਦਿਆਂ, ਕਹਿੰਦੇ ਮੋਹਰਾਂ ਵਿਛਾ ਦੇ। ਉਹਨਾਂ ਵੇਲਿਆਂ ਵਿੱਚ ਸਮੁੰਦਰੀ ਜਹਾਜ਼ ਚੱਲਦੇ ਸੀ, ਸੇਠ ਟੋਡਰ ਮੱਲ ਦੇ ਤਕੜਾ ਸੇਠ ਸੀ, ਮਾੜੀ ਮੋਟੀ ਗੱਲ ਨਹੀਂ। ਉਹਨੇ ਫਿਰ ਧਰਤੀ ਤੇ ਸੋਨੇ ਦੀਆਂ ਮੋਹਰਾਂ ਵਿਛਾਈਆਂ, ਉਹਨੇ ਮੋਹਰਾਂ ਵਿਛਾ ਕੇ ਜੋਤੀ ਸਰੂਪ ਸਾਹਿਬ ਆ ਨਾਲ ਹੈ ਤੁਸੀਂ ਦਰਸ਼ਨ ਕਰਦੇ ਹੋ। ਸਵੇਰੇ ਨਗਰ ਕੀਰਤਨ ਭੋਰਾ ਸਾਹਿਬ ਤੋਂ ਸ਼ੁਰੂ ਹੋਣਾ ਹੈ, ਜੋਤੀ ਸਰੂਪ ਤੱਕ ਜਾਣਾ ਹੈ। ਇਹ ਜਗ੍ਹਾ ਉਹਨੇ ਖਰੀਦੀ, ਇਤਿਹਾਸ ਕਹਿੰਦਾ ਦੁਨੀਆਂ ਵਿੱਚ ਸਭ ਤੋਂ ਮਹਿੰਗੀ ਜਗ੍ਹਾ ਜੇ ਕੋਈ ਵਿਕੀ ਤੇ ਜੇ ਕਿਸੇ ਨੇ ਖਰੀਦੀ ਹੈ ਮੋਹਰਾਂ ਵਿਛਾ ਕੇ, ਇਹ ਪੰਜਾਬ ਦੀ ਧਰਤੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਹੈ। ਅੱਜ ਤੱਕ ਨਾ ਇੰਨੀ ਮਹਿੰਗੀ ਜਗ੍ਹਾ ਕਿਸੇ ਨੇ ਵੇਚੀ ਹੈ ਤੇ ਨਾ ਖਰੀਦੀ ਹੈ। ਸਭ ਤੋਂ ਮਹਿੰਗੀ ਜਗ੍ਹਾ ਉਹ ਹੈ ਜਿੱਥੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ। ਉਹ ਅੰਗਰੇਜ਼ ਆਉਂਦੇ ਨੇ ਦੁਨੀਆਂ ਵਿੱਚ ਸਭ ਤੋਂ ਮਹਿੰਗੀ ਜਗ੍ਹਾ ਜਿਹੜੀ, ਓਏ ਉੱਥੇ ਰਹਿੰਦਾ ਕੌਣ ਹੈ? ਸਿੱਖ ਮਾਨ ਨਾਲ ਕਹਿੰਦੇ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਇਹੋ ਜਿਹੇ ਸਿੱਖ ਭਾਵਨਾ ਵਾਲਾ ਮੋਹਰਾਂ ਵਿਛਾ ਕੇ ਜਗ੍ਹਾ ਖਰੀਦੀ। ਚਾਰ ਮਜ਼ਦੂਰ ਚਾਹੀਦੇ ਨੇ, ਮਾਤਾ ਗੁਜਰ ਕੌਰ ਜੀ ਦਾ ਬਵਾਨ ਚੁੱਕਣਾ ਹੈ, ਬੜਾ ਪੈਸਾ ਦਿੱਤਾ ਤਾਂ ਚਾਰ ਮਜ਼ਦੂਰ ਮਿਲੇ। ਉਹਨਾਂ ਨੇ ਚਾਰਾਂ ਨੇ ਚੁੱਕ ਲਿਆ, ਮਤੀ ਮੋਤੀ ਰਾਮ ਉਹਦੇ ਘਰ ਵਾਲੀ ਵੀ ਨਾਲ ਲੱਗੇ। ਸੇਠ ਟੋਡਰ ਮੱਲ ਨੇ ਬਾਬਾ ਜੋਰਾਵਰ ਸਿੰਘ ਦਾ ਸਰੀਰ ਚੁੱਕ ਲਿਆ ਇਕੱਲੇ ਨੇ, ਤੇ ਫਤਿਹ ਸਿੰਘ ਦਾ ਸਰੀਰ ਉਹਦੇ ਘਰ ਵਾਲੀ ਬੀਬੀ ਨੇ ਚੁੱਕਿਆ। ਭੈਣੋ ਜਿਵੇਂ ਸੁੱਤਾ ਹੋਇਆ ਨਿਆਣਾ ਚੁੱਕ ਲੈਂਦੀਆਂ ਨੇ ਨਾ ਬੀਬੀਆਂ, ਸੁੱਤਾ ਪਿਆ ਬੱਚਾ ਜਦੋਂ ਏਦਾਂ ਚੁੱਕੀਦਾ ਗੋਦੀ, ਚਾਰ ਜਣਿਆਂ ਨੇ ਨਹੀਂ ਸੀ ਚੁੱਕਿਆ। ਬਾਬਾ ਜੋਰਾਵਰ ਸਿੰਘ ਨੂੰ ਸੇਠ ਟੋਡਰ ਮੱਲ ਨੇ ਇਕੱਲੇ ਨੇ, ਤੇ ਬਾਬਾ ਫਤਿਹ ਸਿੰਘ ਨੂੰ ਉਹਦੇ ਘਰ ਵਾਲੀ ਬੀਬੀ ਨੇ ਇੱਦਾਂ ਚੁੱਕਿਆ। ਮਾਤਾ ਗੁਜਰ ਕੌਰ ਦਾ ਬਵਾਨ ਜਾ ਰਿਹਾ ਹੈ। ਵੇਖਣ ਵਾਲੇ ਕਹਿੰਦੇ ਨੇ ਉਹ ਦੁਨੀਆਂ ਦੇ ਲੋਕੋ, ਸਾਰੇ ਸੰਸਾਰ ਨੂੰ ਸੁੱਖ ਦੇਣ ਵਾਲਾ ਸੱਚਾ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਅੱਜ ਉਹਨਾਂ ਦੇ ਬੱਚਿਆਂ ਦੇ ਅੰਤਮ ਸੰਸਕਾਰ ਹੋ ਰਿਹਾ। ਗਰੀਬ ਤੋਂ ਗਰੀਬ ਬੰਦਾ ਵੀ ਭਾਵੇਂ ਜਾਵੇ ਦੁਨੀਆਂ ਚੋਂ, ਨਾਲ ਪੰਜ ਸੱਤ ਬੰਦੇ ਤੁਰਦੇ ਨੇ, ਪਰ ਜਿੱਦਣ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦਾ ਸਰੀਰ ਗਿਆ ਸੀ, ਇੱਕ ਬੰਦਾ ਨਾਲ ਨਹੀਂ ਸੀ ਤੁਰਿਆ। ਓਏ ਉਦੋਂ ਇੱਕ ਨਹੀਂ ਸੀ ਤੁਰਿਆ, ਵਜੀਦਿਆ ਕਿਤੇ ਬੈਠਾ ਤੇ ਆ ਕੇ ਵੇਖ, ਓਏ ਉਦੋਂ ਇੱਕ ਨਹੀਂ ਸੀ ਤੁਰਦਾ। ਆ ਸਵੇਰਾ ਵਾਲਾ ਨਗਰ ਕੀਰਤਨ ਵੇਖਿਓ, ਲੱਖਾਂ ਤੁਰਨਗੇ ਉਹਨਾਂ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ। ਲੱਖਾਂ ਲੋਕ ਸਵੇਰੇ ਨਗਰ ਕੀਰਤਨ ਵਿੱਚ ਤੁਰਨਗੇ ਪਿੱਛੇ ਪਿੱਛੇ ਧੰਨ। ਓਏ ਇੱਕੋ ਇੱਕ ਨਗਰ ਕੀਰਤਨ ਏਦਾਂ ਦਾ ਹੈ ਜਿਹਦੇ ਵਿੱਚ ਕੋਈ ਚੰਚਲ ਨਹੀਂ ਹੁੰਦਾ, ਅੱਖਾਂ 'ਚੋਂ ਪਾਣੀ ਚੱਲਦਾ ਹੁੰਦਾ ਹੈ। ਤੁਸੀਂ ਵੇਖਿਓ ਸਵੇਰੇ ਨਗਰ ਕੀਰਤਨ ਜਦੋਂ ਤੁਰੇਗਾ, ਕਾਲਾ ਨਹੀਂ ਕਰਦੇ ਲੋਕੀ ਵਿੱਚ, ਚਲੋ ਕੋਈ ਨਾ ਕੋਈ ਆ ਜਾਏਗਾ। ਜਿਹੜੇ ਭਾਵਨਾ ਵਾਲੇ ਨੇ ਨਾ ਪਿੱਛੇ ਇੱਦਾਂ ਤੁਰੇ ਜਾਂਦੇ ਨੇ ਜਿਵੇਂ ਅਸੀਂ ਸਾਹਿਬਜ਼ਾਦਿਆਂ ਦੇ ਮਗਰ ਮਗਰ ਹੀ ਤੁਰੇ ਹਾਂ, ਉਦੋਂ ਨਹੀਂ ਹਾਜ਼ਰੀ ਲੱਗੀ ਹੁਣ ਲੱਗ ਜਾਏ, ਉਦੋਂ ਨਹੀਂ ਪ੍ਰਵਾਨ ਹੋਏ ਹੁਣ ਹੋ ਜਾਈਏ। ਇਹ ਉਹ ਧਰਤੀ ਹੈ, ਫਿਰ ਉਸ ਜਗ੍ਹਾ ਤੇ ਲਿਜਾ ਕੇ ਅੰਤਮ ਸੰਸਕਾਰ ਕੀਤਾ। ਸੇਠ ਟੋਡਰ ਮੱਲ ਦਾ ਕਾਕੜਾ ਪਿੰਡ ਸੀ, ਭਵਾਨੀਗੜ੍ਹ ਦੇ ਨੇੜੇ ਹੈ ਉਹ ਜਗ੍ਹਾ। ਸਾਹਿਬਜ਼ਾਦਿਆਂ ਦੀਆਂ ਅਸਥੀਆਂ ਵੀ ਇੱਥੋਂ ਚੁੱਕ ਕੇ ਲੈ ਗਿਆ ਸੀ, ਉਸ ਜਗ੍ਹਾ ਉੱਤੇ ਧਰਤੀ 'ਚ ਦੱਬੀਆਂ। ਭਵਾਨੀਗੜ੍ਹ ਦੇ ਨੇੜੇ ਕਾਕੜਾ ਪਿੰਡ ਹੈ, ਉੱਥੇ ਗੁਰਦੁਆਰਾ ਵੀ, ਮਹਾਂਪੁਰਖ ਸਨ ਬਾਬਾ ਨਰੈਣ ਸਿੰਘ ਜੀ,
ਉਹਨਾਂ ਨੇ ਉਸ ਅਸਥਾਨ ਦੀ ਸੇਵਾ ਕਰਵਾਈ ਨਾਲ ਲੱਗ ਕੇ ਘਰ ਸੇਵਾ ਵਾਲਿਆਂ ਨੇ ਕਰਵਾਈ ਉਹ ਨਗਰ ਕੀਰਤਨ ਇੱਥੋਂ ਜਿਵੇਂ ਨਾ ਇੱਥੋਂ ਸੁਣਿਓ ਸਹੇੜੀ ਤੋਂ ਨਗਰ ਕੀਰਤਨ ਤੁਰਦਾ ਮੋਰਿੰਡੇ ਆਉਂਦਾ ਮੋਰਿੰਡੇ ਤੋਂ ਤੁਰਦਾ ਹੈ ਫਤਿਹਗੜ੍ਹ ਸਾਹਿਬ ਆਉਂਦਾ ਹੈ ਤੇ ਉਹ ਬਾਬਾ ਜੀ ਫਤਿਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਤੋਰਦੇ ਹੁੰਦੇ ਸੀ ਕਾਕੜੇ ਪਿੰਡ ਤੱਕ ਲੈ ਕੇ ਜਾਂਦੇ ਸੀ ਵੀ ਇੱਥੋਂ ਇੱਥੋਂ ਸਾਹਿਬਜ਼ਾਦਿਆਂ ਦੀਆਂ ਫਿਰ ਅਸਥੀਆਂ ਵੀ ਲੈ ਕੇ ਗਏ ਉਹ ਭਾਵਨਾ ਉਹ ਧਰਤੀ 'ਚ ਦੱਬੀਆਂ ਫਿਰ ਕੱਢੀਆਂ ਵੀ ਗਈਆਂ ਕਾਰ ਸੇਵਾ ਵਾਲਿਆਂ ਨੇ ਉਹ ਧਰਤੀ 'ਚੋਂ ਕੱਢੀਆਂ ਅਸਥੀਆਂ ਅਸਥੀਆਂ ਕੱਢੀਆਂ ਸੰਗਤਾਂ ਨੇ ਦਰਸ਼ਨ ਵੀ ਕੀਤੇ ਰਾਖੀਆਂ ਫਿਰ ਵਿਚਾਰ ਬਣੀ ਵੀ ਇੱਦਾਂ ਬਾਹਰ ਨਾ ਕੱਢੋ ਉਵੇਂ ਹੀ ਫਿਰ ਧਰਤੀ ਦੇ ਵਿੱਚ ਦੱਬ ਦਿੱਤੀਆਂ ਗਈਆਂ ਉੱਥੇ ਅਸਥਾਨ ਉੱਥੇ ਵੀ ਯਾਦਗਾਰ ਸਾਹਿਬਜ਼ਾਦਿਆਂ ਦੀ ਬਣੀ ਹੈ ਤੇ ਵਜੀਦੇ ਨੂੰ ਜੋ ਸਾਹਿਬਜ਼ਾਦੇ ਜਾਂਦੀ ਵਾਰੀ ਕਹਿ ਕੇ ਗਏ ਸੀ ਨਾ ਸਾਡੀ ਯਾਦ ਚ ਲੱਗਣਗੇ ਮੇਲੇ ਓਏ ਵਜੀਦਿਆ ਤੈਨੂੰ ਲੋਕੀ ਪਾਪੀ ਕਹਿਣਗੇ ਸਾਡੀ ਯਾਦ ਚ ਲੱਗਣਗੇ ਮੇਲੇ ਤੈਨੂੰ ਲੋਕੀ ਪਾਪੀ ਕਹਿਣਗੇ ਸਾਡੀ ਯਾਦ ਚ ਲੱਗਣਗੇ ਤੈਨੂੰ ਲੋਕੀ ਪਾਪੀ ਕਹਿਣਗੇ ਸਾਡੀ ਯਾਦ ਚ ਲੱਗਣਗੇ ਤੈਨੂੰ ਲੋਕੀ ਪਾਪੀ ਕਹਿਣਗੇ ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ ਫਤਿਹ ਸਿੰਘ ਘਰ ਚੱਲਿਆ ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ ਫਤਿਹ ਸਿੰਘ ਘਰ ਚੱਲਿਆ ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ ਫਤਿਹ ਸਿੰਘ ਘਰ ਚੱਲਿਆ ਕਾਲ ਸੇ ਪੰਥ ਦੀਆਂ ਪੱਕੀਆਂ ਫਤਿਹ ਸਿੰਘ ਘਰ ਚੱਲਿਆ ਉਹ ਤੇ ਨੀਹਾਂ ਖਾਲਸੇ ਪੰਥ ਦੀਆਂ ਸਦਾ ਲਈ ਪੱਕੀਆਂ ਕਰ ਗਏ ਗੁਰਮੁਖੋ ਮੈਂ ਬੇਨਤੀ ਕਰਾਂਗਾ ਭਾਵੇਂ ਕਿ 3.5 ਘੰਟੇ ਹੋ ਗਏ ਆ ਤੁਸੀਂ ਪਿਆਰ ਨਾਲ ਬੈਠੇ ਹੋ ਹੁਣ ਅਰਦਾਸ ਹੋਣੀ ਹੈ ਹੁਕਮਨਾਮੇ ਸੁਣ ਕੇ ਜਾਇਓ ਕਾਹਲ ਨਾ ਕਰੋ ਵੀਰੋ ਭਰਾਵੋ ਠੰਡ ਬੜੀ ਏ ਜੇ ਖੜੇ ਵੀ ਹੋਈਏ ਤੇ ਬਾਹਰ ਠੰਡ ਬਹੁਤ ਔਖਾ ਹੋ ਜਾਂਦਾ ਹੈ ਆਰਾਮ ਨਾਲ 5-7 ਮਿੰਟ ਟਿਕੇ ਰਹੋ ਆਪਾਂ ਸਾਰਿਆਂ ਰਲ ਮਿਲ ਕੇ ਹਾਜ਼ਰੀ ਭਰੀਏ ਸਤਿਗੁਰੂ ਮਿਹਰ ਕਰਨ ਸਾਨੂੰ ਆਪਣੇ ਲਾਇਕ ਪੁੱਤਰ ਬਣਾਉਣ ਸਾਡਿਆਂ ਨਲੈਕਾਂ ਤੇ ਕਲਗੀਆਂ ਵਾਲੇ ਮਿਹਰ ਕਰ ਦੇਣ ਹਾਜ਼ਰੀ ਸਾਡੀ ਸਾਰਿਆਂ ਦੀ ਜਿੰਨੇ ਆਪਾਂ ਬੈਠੇ ਹਾਂ ਨਾ ਆਪਣੀ ਸਾਰਿਆਂ ਦੀ ਹਾਜ਼ਰੀ ਉਹਨਾਂ ਸ਼ਹੀਦਾਂ ਦੇ ਚਰਨਾਂ 'ਚ ਪ੍ਰਵਾਨ ਹੋ ਜਾਏ ਸੋ ਉਹਨਾਂ ਦੇ ਪੁਆਏ ਪੂਰਨਿਆਂ 'ਤੇ ਚੱਲੀਏ ਅਰਜੈ ਅਰਦਾਸ ਹੁਕਮਨਾਮੇ ਸੁਣ ਕੇ ਫਿਰ ਚਾਲਾ ਪਾਇਓ ਬਾਹਰ ਇੱਕ ਸਟਾਲ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਲਾਈ ਹੋਈ ਹੈ ਕੱਲ ਨੂੰ ਭਾਵੇਂ ਦਿਨੇ ਉੱਥੇ ਸਾਈਨ ਕਰ ਦਿਓ ਪਟੀਸ਼ਨ ਜਿਹੜੀ ਬਰਾਕ ਓਬਾਮੇ ਤੱਕ ਜਾਣੀ ਹੈ ਉਹਨਾਂ ਦੀ ਜਿਹੜੀ ਅਮਰੀਕਾ ਵਿੱਚ ਸਾਈਨ ਇਹ ਕਰਨੇ ਹੁੰਦੇ ਨੇ ਵੀ ਸਿੱਖ ਇੱਕ ਵੱਖਰੀ ਕੌਮ ਹੈ ਉਹਦੇ 'ਤੇ ਆਪਣੀ ਮੋਹਰ ਲਾਉਣੀ ਚਾਹੀਦੀ ਹੈ ਇਸ ਕਰਕੇ ਉਹ ਇੱਥੇ ਬਾਹਰ ਆਏ ਨੇ ਉਹਨਾਂ ਵੱਲੋਂ ਬੇਨਤੀ ਹੈ ਇਹ ਵੀ ਉਹਦੇ ਵਿੱਚ ਆਪ ਜੀ ਕੱਲ੍ਹ ਨੂੰ ਦਿਨੇ ਸਾਈਨ ਜਿਹੜੇ ਕਰ ਸਕਣ ਚਲੋ ਰਾਤ ਨੂੰ ਕਰ ਸਕੋਗੇ ਜਾਂ ਫਿਰ ਦਿਨੇ ਕੱਲ੍ਹ ਨੂੰ ਸਾਈਨ ਕਰੋ ਉਹਦੇ ਵਿੱਚ ਹਾਜ਼ਰੀ ਭਰੋ ਸੰਗਤ ਜੁੜੀ ਕਰਕੇ ਬੇਨਤੀ ਕਰ ਰਹੇ ਹਾਂ ਮੈਂ ਸਟੇਜਾਂ 'ਤੇ ਕਈ ਵਾਰੀ ਕੀਤੀ ਭਾਈ ਗੁਰਬਖਸ਼ ਸਿੰਘ ਜੀ ਲਖਨੌਰ ਸਾਹਿਬ ਭੁੱਖੜ ਧਾਲ 'ਤੇ ਬੈਠੇ ਆ ਬੜਾ ਲੰਮਾ ਟਾਈਮ ਹੋ ਗਿਆ 44 ਦਿਨ ਹੋ ਗਏ ਉਹਨਾਂ ਵਾਸਤੇ ਵੀ ਬੇਨਤੀ ਹੈ ਉਹਨਾਂ ਦਾ ਵੀ ਸਾਥ ਦਿਓ ਨਾਲ ਨਹੀਂ ਵੀ ਭਾਵੇਂ ਜਾ ਸਕਦੇ ਪਰ ਆਪਣੇ ਤਰੀਕਿਆਂ ਨਾਲ ਯਤਨ ਕਰੋ ਇੰਟੈਲੀਜੈਂਸੀ ਇੱਥੇ ਵਿੱਚ ਬੈਠੀ ਹੋਏਗੀ ਇਹ ਗੱਲ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਹੀ ਹੈ
ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਕਹੀ ਹੈ ਵੀ ਉਹਨਾਂ ਨੂੰ ਛੱਡਣਾ ਚਾਹੀਦਾ ਹੈ ਤੇ ਜੇ ਹੁਣ ਅਸੀਂ ਕਹਿੰਦੇ ਹਾਂ ਕੋਈ ਗਰਮ ਗੱਲ ਨਹੀਂ ਕਰ ਰਹੇ ਸਿਰਫ ਬੇਨਤੀ ਇੰਨੀ ਹੈ ਵੀ ਜਿਹੜੇ ਬੰਦੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਹੱਕ ਹੈ ਉਹਨਾਂ ਨੂੰ ਆਪਣੇ ਬੱਚਿਆਂ ਵਿੱਚ ਜਾਣ ਦਾ ਧੀ ਨੂੰ ਧੀ ਪਿਓ ਨੂੰ ਉਡੀਕਦੀ ਏ ਹੱਕ ਹੈ ਉਸ ਧੀ ਨੂੰ ਆਪਣੇ ਪਿਓ ਨੂੰ ਮਿਲਣ ਦਾ ਹੱਕ ਹੈ ਉਸ ਬੱਚੇ ਨੂੰ ਜਿਹੜਾ ਬਚਪਨ ਛੱਡਿਆ ਅੱਜ ਜਵਾਨ ਹੋ ਗਿਆ ਹੱਕ ਹੈ ਉਸ ਪਤਨੀ ਨੂੰ ਆਪਣੇ ਪਤੀ ਕੋਲ ਬਹਿਣ ਦਾ ਸਜ਼ਾ ਕੱਟ ਚੁੱਕਿਆ ਜਿਹੜਾ ਬੁੱਢਾ ਹੋ ਗਿਆ ਜੇਲ੍ਹ ਵਿੱਚ ਬੈਠਾ ਇਹ ਨਹੀਂ ਕਹਿ ਰਹੇ ਜਿਨ੍ਹਾਂ ਦੀਆਂ ਅਸੀਂ ਕਾਨੂੰਨ ਤੋਂ ਬਾਹਰ ਨਹੀਂ ਜਾਂਦੇ ਨੋਟ ਕਰ ਲਓ ਇਹ ਗੱਲ ਅਸੀਂ ਕਾਨੂੰਨ ਦੀ ਪ੍ਰਕਿਰਿਆ ਤੋਂ ਬਾਹਰ ਨਹੀਂ ਚੱਲਦੇ ਪਰ ਹਾਂ ਇੰਨੀ ਗੱਲ ਜ਼ਰੂਰ ਹੈ ਵੀ ਕਾਨੂੰਨ ਨੇ ਜਿਨ੍ਹਾਂ ਨੂੰ ਸਜ਼ਾ 14 ਸਾਲ ਦੀ ਦਿੱਤੀ ਉਹ 25 ਸਾਲ ਕਿਵੇਂ ਲਾ ਗਿਆ 20 ਸਾਲੀ ਪੂਰੀ ਹੋ ਗਈ ਹੈ 25 ਕਿਉਂ ਲਾਏ ਇੰਨਾ ਕੋ ਕੰਮ ਕਰੋ ਵੀ ਜਿਹੜੇ ਸਾਡੇ ਵੀਰਾਂ ਦੀ ਸਜ਼ਾ ਪੂਰੀ ਹੋ ਗਈ ਹੈ ਉਹਨਾਂ ਨੂੰ ਛੱਡਿਆ ਜਾਵੇ ਇਸ ਲਈ ਜੋ ਉਪਰਾਲਾ ਉਹ ਕਰ ਰਹੇ ਨੇ ਇਹਦੇ ਵਾਸਤੇ ਸੰਗਤ ਨੂੰ ਬੇਨਤੀ ਹੈ ਵੀ ਸਹਿਯੋਗ ਹੈ ਜਿਵੇਂ ਕਿਸੇ ਤਰੀਕੇ ਨਾਲ ਵੀ ਰਲ ਮਿਲ ਕੇ ਤੇ ਬਾਕੀ ਬੇਨਤੀ ਹੈ ਇਸੇ ਸਥਾਨ ਤੋਂ ਫਤਿਹਗੜ੍ਹ ਸਾਹਿਬ ਤੋਂ ਮਾਰਚ ਦੇ ਮਹੀਨੇ ਜਿਹੜੀ ਸੰਗਰਾਂਦ ਮਾਰਚ ਦੇ ਮਹੀਨੇ ਵਿੱਚ ਆਉਣੀ ਹੈ ਨਗਰ ਕੀਰਤਨ ਫਤਿਹਗੜ੍ਹ ਸਾਹਿਬ ਤੋਂ 350 ਸਾਲਾਂ ਸ੍ਰੀ ਆਨੰਦਪੁਰ ਸਾਹਿਬ ਦਾ ਉਹ ਮਨਾਇਆ ਜਾ ਰਿਹਾ ਹੈ ਅਸੀਂ ਮਾਰਚ ਵਾਲੀ ਸੰਗਰਾਂਦ ਫਰਵਰੀ ਦੀ ਸੰਗਰਾਂਦ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਂਦੇ ਹਾਂ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਬੱਚੀਆਂ ਦੀ ਸ਼ਾਦੀ ਰੱਖੀ ਹੈ ਫਤਿਹ ਪਰਮੇਸ਼ਰ ਦੁਆਰ ਤੁਹਾਨੂੰ ਪਤਾ ਹੈ ਪਰ ਜਿਹੜੀ ਅਗਲੀ ਮਾਰਚ ਦੀ ਸੰਗਰਾਂਦ ਆਉਣੀ ਹੈ ਇਸੇ ਸਥਾਨ ਤੋਂ ਨਗਰ ਕੀਰਤਨ ਚੱਲਣਾ ਹੈ ਤੇ ਸ੍ਰੀ ਆਨੰਦਪੁਰ ਸਾਹਿਬ ਜਾਣਾ ਹੈ ਮੁਰਿੰਡੇ ਵੱਲੋਂ ਹੋ ਕੇ ਉਹ ਮਾਰਚ ਦੀ ਸੰਗਰਾਂਦ ਤੇ ਵਿਹੜਾ ਹੋਏਗਾ ਬਾਪੂ ਦਾ ਆਨੰਦਪੁਰ ਸਾਹਿਬ ਦੀ ਧਰਤੀ ਹੋਏਗੀ ਜਿਵੇਂ ਆਪਾਂ ਅੱਜ ਫਤਿਹਗੜ੍ਹ ਸਾਹਿਬ ਬੈਠੇ ਹਾਂ ਇਵੇਂ ਉਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਾਰਚ ਦੀ ਸੰਗਰਾਂਦ ਨੂੰ ਇੱਥੋਂ ਨਗਰ ਕੀਰਤਨ 'ਚ ਨਾਲ ਰਲੋ ਤੇ ਆਨੰਦਪੁਰ ਸਾਹਿਬ ਦੇ ਉਹ ਖੁੱਲ੍ਹੇ ਮੈਦਾਨ ਵਿੱਚ ਵਿਹੜੇ ਵਿੱਚ ਦੀਵਾਨ ਸਜੇਗਾ ਆਨੰਦਪੁਰ ਸਾਹਿਬ ਹਾਜ਼ਰੀ ਭਰਨੀ ਤੇ ਸੰਗਤ ਨੂੰ ਬੇਨਤੀ ਹੈ ਉਹਦੇ ਵਿੱਚ ਵੀ ਆਪ ਜੀ ਤੇ ਭਾਈ ਗੁਰਬਖਸ਼ ਸਿੰਘ ਹੋਣਾ ਦਾ ਵੀ ਸਾਥ ਜ਼ਰੂਰ ਸਾਨੂੰ ਦੇਣਾ ਚਾਹੀਦਾ ਹੈ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਮੈਂ ਨਹੀਂ ਧੰਨਵਾਦ ਕਰਨੋਂ ਰੁਕ ਸਕਦਾ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਪਿਛਲੇ 15 ਦਿਨਾਂ ਤੋਂ ਇੱਥੇ ਆ ਕੇ ਤਿਆਰੀ ਕੀਤੀ ਹੈ ਇਹ ਨਾਲਾ ਸੀ ਅੱਗੇ ਪੁਲ ਨਹੀਂ ਸੀ ਲੰਘਣ ਨੂੰ ਰਾਹ ਵੀ ਨਹੀਂ ਸੀ ਇਹ ਬਣਾਇਆ ਬੜਾ ਮੁਸ਼ਕਲ ਪਰਮਿਸ਼ਨ ਨਾਲ ਮਿਲੀਆਂ ਪਰਮਿਸ਼ਨਾਂ ਲੈ ਕੇ ਸਾਰੀ ਜ਼ਿੰਮੇਵਾਰੀ ਨਿਭਾਈ ਹੈ ਸਾਡੇ ਟਰੱਸਟੀ ਮੈਂਬਰ ਸਰਦਾਰ ਨਰਿੰਦਰ ਸਿੰਘ ਸੇਖੋਂ ਗੋਬਿੰਦਗੜ੍ਹ ਤੋਂ ਸਰਦਾਰ ਹਰਪਾਲ ਸਿੰਘ ਜੀ ਮਾਂਗਟ ਠੇਕੇਦਾਰ ਜੀ ਇੱਥੇ ਹੀ ਰਹਿੰਦੇ ਨੇ ਮਾਸਟਰ ਆਸਾ ਸਿੰਘ ਜਾਂ ਭਾਈ ਧਰਮ ਸਿੰਘ ਜੀ ਚੰਡੀਗੜ੍ਹ ਤੋਂ ਵੀ ਵਿੱਚ ਬੈਠੇ ਇਹਨਾਂ ਬਹੁਤ ਮਿਹਨਤ ਕੀਤੀ ਹੈ ਸਾਰਾ ਪੰਡਾਲ 15 ਦਿਨ ਇੱਥੇ ਬਹਿ ਕੇ ਸਾਰੀ ਤਿਆਰੀ ਕਰਾਈ ਹੈ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਉਹਨਾਂ ਸਾਰੇ ਵੀਰਾਂ ਦਾ ਜਿਨ੍ਹਾਂ ਸਟੇਜ ਸਜਾਉਣ ਦੀ ਪੂਰਾ ਪੰਡਾਲ ਲਾਉਣ ਦਾ ਸਾਰਾ ਪ੍ਰਬੰਧ ਕੀਤਾ ਹੈ ਸੰਗਤ ਨੂੰ ਬਿਠਾਉਣ ਦਾ ਸਾਰਾ ਇੰਤਜ਼ਾਮ ਜੋ ਵੀ ਵੀਰ ਕਰ ਰਹੇ ਨੇ ਤੁਹਾਡੀ ਸਭ ਦੀ ਸੇਵਾ ਮਰ ਦੇ ਚਰਨਾਂ 'ਚ ਅਸੀਂ ਤੇ ਅਰਦਾਸ ਕਰਨ ਜੋਗੇ ਹਾਂ ਸਾਡੀ ਤੁਹਾਡੀ ਜਿੰਨੀ ਵੀ ਸੇਵਾ ਹੈ ਉਹ ਸਾਹਿਬਜ਼ਾਦਿਆਂ ਦੇ ਚਰਨਾਂ 'ਚ ਪ੍ਰਵਾਨ ਹੋ ਜਾਏ ਬਸ ਇਹੀ ਅਰਦਾਸ ਹੈ ਸਾਰਿਆਂ ਮਹਾਂਪੁਰਸ਼ਾਂ ਦਾ ਸਭ ਦਾ ਧੰਨਵਾਦ ਜੀ ਆਇਆਂ ਨੂੰ ਸਾਰੀਆਂ ਸੰਗਤਾਂ ਨੂੰ ਜਿੰਨੇ ਦੇਸ਼ਾਂ ਵਿਦੇਸ਼ਾਂ ਵਿੱਚ ਘਰ ਬਹਿ ਕੇ ਇਹ ਪ੍ਰੋਗਰਾਮ ਵੇਖ ਰਹੇ ਹੋ ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਆਓ ਫਤਿਹਗੜ੍ਹ ਸਾਹਿਬ ਆਓ ਤੇ ਗੁਰੂ ਕੇ ਪੁੱਤਰ ਧੀਆਂ ਬਣ ਕੇ ਆਓ ਲਾਲ ਬਣ ਕੇ ਆਓ ਗੁਰੂ ਗੋਬਿੰਦ ਸਿੰਘ ਦੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਆਪਾਂ ਸਾਰੇ ਇਹਦੇ ਵਿੱਚ ਸਮਾਗਮ 'ਚ ਹਾਜ਼ਰ ਹੋ ਸਕੇ ਹਾਂ ਭਾਗਾਂ ਵਾਲਿਆਂ ਸਤਿਗੁਰਾਂ ਨੇ ਸਾਨੂੰ ਆਹ ਰਾਤ ਮਹਾਰਾਜ ਨੇ ਆਪਣੇ ਚਰਨਾਂ 'ਚ ਪਾਇਆ ਹੈ ਇਹ ਦੁੱਖ ਨਾ ਮੰਨਿਓ ਹੁਣ ਵੀ ਠੰਡ ਹੈ ਗਰਮੀ ਪਰੇਸ਼ਾਨੀ ਹੈ ਨਹੀਂ ਪਰੇਸ਼ਾਨੀ ਉਹਨਾਂ ਦੇ ਆ ਦੁੱਖਾਂ ਸਾਹਮਣੇ ਆ ਕਿਹੜੇ ਦੁੱਖ ਨੇ ਸਵਾਓ ਜੋ ਸਾਹਿਬਜ਼ਾਦੇ ਪੈਗਾਮ ਹਮ ਜਬ ਵੀ ਤੁਮਾਰੇ ਦਰ ਪੇ ਗਏ ਹਾਥੋਂ ਮੇਂ ਲੇਕਰ ਫੂਲ ਗਏ ਵੋ ਹਰਸੂ ਫਿਰਨਾ ਮੱਕੇ ਕਾ ਵੋ ਰੁਕਨਾ ਗਿਰਤੇ ਪਰਬਤ ਕਾ ਹਰ ਚੀਜ਼ ਤੁਮਾਰੀ ਯਾਦ ਰਹੀ ਪੈਗਾਮ ਤੁਮਾਰਾ ਭੁੱਲ ਗਏ ਜਿਹੜਾ ਤੁਸੀਂ ਸਾਨੂੰ ਪੈਗਾਮ ਦੇ ਕੇ ਗਏ ਹੋ ਅਸੀਂ ਉਹ ਭੁੱਲ ਗਏ ਹਾਂ ਜਾਣੇ ਜ਼ਰੂਰ ਆ ਮੱਥੇ ਟੇਕਣ ਵਾਸਤੇ ਪਰ ਉਹ ਸਾਹਿਬਜ਼ਾਦਿਆਂ ਦਾ ਦਿੱਤਾ ਪੈਗਾਮ ਉਹਨੂੰ ਅਸੀਂ ਭੁੱਲੀਏ ਨਾ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਆਪਾਂ ਯਾਦ ਰੱਖੀਏ ਆਓ ਸਾਰੀ ਸੰਗਤ ਹੁਣ ਗੱਜ ਕੇ ਆਨੰਦ ਸਾਹਿਬ ਵਿੱਚ ਬੋਲੋ ਅਰਦਾਸ 'ਚ ਜੁੜੋ ਹੁਕਮਨਾਮੇ ਸੁਣੋ ਧੰਨਵਾਦ
ਸਾਰੀ ਸੰਗਤ ਦਾ ਧੰਨ ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟਵਾਰ ਸ਼ੁਕਰ ਹੈ ਜਿਨ੍ਹਾਂ ਖੁੱਲੇ ਦਰਸ਼ਨ ਬਖਸ਼ੇ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਆਓ ਮੜੀਆਂ ਮਸਾਣੀਆਂ ਨੂੰ ਨਾ ਮੰਨੋ ਕਬਰਾਂ ਦਾ ਸਿੱਖ ਪੁਜਾਰੀ ਨਹੀਂ ਭੁੱਲ ਕੇ ਵੀ ਕਬਰਾਂ ਨਾਲ ਸਾਂਝ ਨਾ ਰੱਖੀ ਕਬਰਾਂ ਬਣਾਉਣ ਵਾਲਿਆਂ ਨਾਲ ਸਾਂਝ ਨਹੀਂ ਸਾਡੀ ਅਸੀਂ ਗੁਰਮਤ ਦੇ ਧਾਰਨੀ ਹੋ ਕੇ ਬਾਣੀ ਔਰ ਬਾਣੇ ਦੇ ਧਾਰਨੀ ਹੋਣਾ ਹੈ ਸਿਰ ਝੁਕਾਉਣਾ ਹੈ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਸਤਿਗੁਰ ਜੀ ਦੀ ਵਿਚਾਰਧਾਰਾ ਨੂੰ ਜੀਵਨ ਵਿੱਚ ਲਾਗੂ ਕਰੋ ਆਓ ਸਾਰੀ ਸੰਗਤ ਮਹਾਂਪੁਰਸ਼ਾਂ ਦਾ ਧੰਨਵਾਦ ਸਾਰੀ ਸੰਗਤ ਹੁਣ ਗੱਜ ਕੇ ਅਨੰਦ ਸਾਹਿਬ ਜੀ ਬੋਲੋ ਕੋਈ ਰਸਨਾ ਵਾਂਝੀ ਰਹੇ ਸਾਰੇ ਕਿਰਪਾ ਕਰੋ ਸਜੇ ਰਹਿਣਾ ਹੈ ਅਰਦਾਸ ਹੁਕਮਨਾਮੇ ਸੁਣ ਕੇ ਚੱਲਾਂਗੇ ਇੱਕ ਬੇਨਤੀ ਹੋਰ ਉਹ ਜਿਹੜਾ ਪੁੱਲ ਲੱਗਾ ਹੈ ਉਹ ਇਹ ਕਮਜ਼ੋਰ ਪੁੱਲ ਕਮਜ਼ੋਰ ਹੈ ਪਹਿਲਾਂ ਤੇ ਬੀਬੀਆਂ ਨੂੰ ਲੰਘਣ ਦਿਓ ਇਹ ਬੇਨਤੀ ਜਦੋਂ ਜਾਣਾ ਹੈ ਬੀਬੀਆਂ ਜਾਣ ਅੱਧੀ ਸੰਗਤ ਸਿੱਧੀ ਲੰਘ ਜਾਏ ਪੁੱਲ ਤੋਂ ਕੁਝ ਵੀਰ ਏਦਾਂ ਕਰਨ ਜਦੋਂ ਪੰਡਾਲ ਲੰਘੋਗੇ ਸੱਜੇ ਨੂੰ ਮੁੜ ਜਾਇਓ ਜਿੱਥੇ ਪੰਡਾਲ ਖਤਮ ਹੁੰਦਾ ਹੈ ਸੱਜੇ ਨੂੰ ਮੁੜ ਕੇ ਬਾਹਰ ਨੂੰ ਨਿਕਲ ਜਾਓਗੇ ਇਹ ਨਾ ਹੋਵੇ ਕਿ ਠੰਡ ਦਾ ਸਮਾਂ ਨਾਲਾ ਹੈ ਇੱਕਦਮ ਧੱਕਾ ਪੈ ਜਾਏ ਧੁੰਦ ਵਿੱਚ ਪਤਾ ਨਹੀਂ ਲੱਗਣਾ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਵੈਸੇ ਤੇ ਉਹ ਨਾਲ ਨੇ ਜਿਨ੍ਹਾਂ ਦੇ ਆਪਾਂ ਘਰ ਆਏ ਹਾਂ ਉਹ ਨਾਲ ਨੇ ਉਹਨਾਂ ਨੇ ਸਾਡਾ ਕਾਹਦਾ ਨੁਕਸਾਨ ਹੋਣ ਦੇਣਾ ਹੈ ਪਰ ਫਿਰ ਵੀ ਮੈਂ ਬੇਨਤੀ ਕਰਾਂਗਾ ਕਿ ਥੋੜ੍ਹਾ ਜਿਹਾ ਧਿਆਨ ਰੱਖਿਓ ਜਦੋਂ ਨਿਕਲੋਗੇ ਬਾਹਰ ਬੜੇ ਧਿਆਨ ਨਾਲ ਜਾਇਓ ਸਾਰੀ ਸੰਗਤ ਦਾ ਧੰਨਵਾਦ ਗੱਜ ਕੇ ਅਨੰਦ ਸਾਹਿਬ ਜੀ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੀ ਮਾਏ ਆਨੰਦ ਪੈਣਾ ਮੇਰੀ ਮਾਏ ਸਭ
ਅਨੰਦ ਸੁਣਾਵਟ ਭਾਗੀ ਹੋ ਸਗਲ ਮਨੋਰਥ ਰੋਗ ਸੰਤਾਪ ਸੁਣੀ ਸੱਚੀ ਸੁਣਦੇ ਸੁਣੀ ਸਤਿਗੁਰ ਗੁਰੂ ਪਾਣੀ ਪਿਤਾ ਮਾਤਾ ਤਰਸ ਮਾਤ ਨਾਮ ਤੇ ਆਇਆ ਕੈਮ ਸਕਤ ਜਿਨੇ ਨਾਮ ਤੇ ਆਇਆ ਬਹਿ ਜੋ ਜਾਂਦੀ ਵਾਰੀ ਦੋ ਮਿੰਟ ਬਹਿ ਜੋ ਸਿਮਰਨ ਵਿੱਚ ਹਾਜ਼ਰੀ ਭਰੀ ਹੈ ਜਿੱਥੇ ਖੜੇ ਹੋ ਬਹਿ ਜੋ ਵਾਹਿਗੁਰੂ ਵਾਹਿਗੁਰੂ ਅੱਖਾਂ ਬੰਦ ਕਰ ਲਓ ਚੌਂਕੜੇ ਲਾ ਲਓ ਵੇ ਸ਼ਹੀਦਾਂ ਦੀ ਧਰਤੀ ਪਿਆਰਿਓ ਬੜੀ ਬਰਕਤ ਜੇ ਇੱਥੇ ਇੱਥੇ ਖੂਨ ਡੁੱਲਿਆ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਦਾ ਇੱਥੇ ਸਿਮਰਨ ਹੋਇਆ ਇੱਥੇ ਮਾਤਾ ਅੱਗੇ ਬੋਲੀ ਇਹ ਸਭ ਜਾਤੇ ਮਗਰ ਬੋਲੇ ਨੇ ਇਹ ਫਿਜ਼ਾ ਬੜੀ ਪਵਿੱਤਰ ਮਹਿਸੂਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਪੋ ਉਸ ਮਾਲਕ ਨੂੰ ਸੁਰਤ ਵਿੱਚ ਲਿਆ ਕੇ ਆਖੋ ਜੀਵਨਾ ਸਾਡੀ ਰਹਿਤ ਮਰਿਆਦਾ 'ਚ ਲਿਖਿਆ ਅਕਾਲ ਪੁਰਖ ਦਾ ਧਿਆਨ ਧਰ ਕੇ ਵਾਹਿਗੁਰੂ ਜਪਣਾ ਆਓ ਜਪੀਏ ਫਿਰ ਥੋੜ੍ਹਾ ਜਿਹਾ ਵਾਹਿਗੁਰੂ ਸੰਗਤ ਬੋਲੋ ਵਾਹਿਗੁਰੂ 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 ਵਾਹਿਗੁਰੂ
ਜਾਚਕ ਮੰਗੈ ਦਾਨ ਵਾਹਿਗੁਰੂ ਪੜੋ ਗੁਰਮੁਖ ਲਾਹਾ ਲੈ
ਗੁਰਮੁਖਲਾ ਲੈ ਗਏ ਕਰਿਓ ਯਾਦ ਲਾਲਾ ਗੁਰਮੁਖ ਲਾਹਾ ਲੈ ਗਏ ਗੁਰਮੁਖ ਲਾਹਾ ਲੈ ਗਏ ਗੁਰਮੁਖ ਲਾਹਾ ਪੜੋ ਸੰਗਤ ਬੋਲੋ ਜੀ ਗੁਰਮੁਖ ਗੁਰਮੁਖ ਲਾਹਾ ਲੈ ਗਏ ਗੁਰਮੁਖ ਲਾਹਾ ਲੈ ਗਏ ਗੁਰਮੁਖ ਲਾਹਾ ਲੈ ਗਏ ਗੁਰਮੁਖ ਲਾਹਾ ਲੈ ਗਏ ਗੁਰਮੁਖ ਲਾਹਾ ਗੁਰਮੁਖ ਲਾਹਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਮਾਈਕ ਥੋੜੇ ਦੂਰ ਕਰ ਲਓ ਬੋਲੋ ਸਾਰੇ ਵਾਹਿਗੁਰੂ 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 ਵਾਹਿਗੁਰੂ
ਪ੍ਰਭੂ ਨਾ ਛਾਡੇ ਗੁਰਬਰ ਅਕਾਲ ਦੇ ਫਤਿਹ ਖਾਲਸੇ ਦੀ।